ਇੱਕ ਵਾਰ ਫਿਰ ਆਪ ਸਭ ਨੂੰ ਜੀਵਨ ਕਹਿੰਦੇ ਆ। ਜਗਵਾਲਾ ਜਥਾ ਕੌਮੀ ਆਵਾਜ਼ ਦੇ ਸਟੂਡੀਓ ਦੇ ਵਿਚ ਪਹੁੰਚ ਕੇ ਆਏ। ਆਓ ਉਨ੍ਹਾਂ ਦੇ ਨਾਲ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਤੇ ਨਾਲ ਦੀ ਨਾਲ ਉਨ੍ਹਾਂ ਨੂੰ ਜੀਵਨ ਕਹਿੰਦੇ ਆ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੁਹਾਨੂੰ ਬਹੁਤ ਬਹੁਤ ਜੀਆ ਨੂੰ ਧੰਨਵਾਦ ਸਾਡੇ ਕਿ ਤੁਸੀਂ ਸਟੂਡੀਓ ਦੇ ਵਿਚ ਦਰਸ਼ਨ ਦਿੱਤੇ ਸਾਡੀ ਬੇਨਤੀ ਦੇ ਉੱਤੇ। ਤੇ ਸਭ ਤੋਂ ਪਹਿਲਾਂ ਦੱਸੋ ਕਿ ਆਸਟ੍ਰੇਲੀਆ ਦੇ ਵਿਚ ਹੁਣ ਤੱਕ ਦਾ ਜਿਹੜਾ ਸਫ਼ਰ ਕਿਸ ਤਰ੍ਹਾਂ ਰਿਹਾ? ਤੁਹਾਡਾ ਇਹ ਤੀਜਾ ਗੇੜਾ ਆਸਟ੍ਰੇਲੀਆ ਦੇ ਵਿਚ ਹੈ, ਸੋ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਸ਼ਹਿਰਾਂ ਦੇ ਵਿਚ ਹਾਜ਼ਰੀਆਂ ਭਰ ਚੁੱਕੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਆਵਾਜ਼ ਰੇਡੀਓ ਮੈਲਬਰਨ ਤੋਂ ਜੋ ਨੌਜਵਾਨ ਇਹ ਚਲਾ ਰਹੇ ਹਨ, ਸਾਰੇ ਸਟਾਫ ਦਾ ਤੇ ਸਾਰੇ ਸਰੋਤਿਆਂ ਦਾ ਅਸੀਂ ਜਾਗੋ ਵਾਲੇ ਜਥੇ ਵੱਲੋਂ ਬਹੁਤ ਬਹੁਤ ਹੀ ਆਪ ਜੀ ਦਾ ਧੰਨਵਾਦ ਕਰਦੇ ਹਾਂ ਜੋ ਆਪ ਜੀ ਨੇ ਇਹ ਬਚਨ ਕੀਤੇ ਹਨ ਕਿ ਆਸਟ੍ਰੇਲੀਆ ਕਿੱਦਾਂ ਲੱਗਾ। ਤੀਜਾ ਸਾਡਾ ਚੱਕਰ ਹੈ ਤੇ ਜੋ ਅਸੀਂ ਇੱਥੇ ਮਹਿਸੂਸ ਕੀਤਾ ਹੈ ਕਿ ਜੋ ਨੌਜਵਾਨ ਅਤੇ ਗੁਰਸਿੱਖ ਵੀਰ ਮਾਤਾਵਾਂ ਭੈਣਾਂ ਸਾਰੇ ਜਣੇ ਜਿਨ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਪੰਥ ਦੇ ਨਾਲ ਪਿਆਰ ਕਰਦੇ ਹਨ, ਇਹ ਹੋਰ ਦੇਸ਼ਾਂ ਦੇ ਨਾਲੋਂ ਕੋਈ ਵੀ ਘੱਟ ਨਹੀਂ, ਸਗੋਂ ਮੈਂ ਇਹ ਕਹੂੰਗਾ ਕਿ ਬਹੁਤ ਜ਼ਿਆਦਾ ਹੀ ਪ੍ਰੇਮ ਦੇ ਨਾਲ ਗੁਰੂ ਘਰਾਂ ਦੀ ਸੇਵਾ ਔਰ ਪੰਥ ਦੀ ਸੇਵਾ ਵਾਸਤੇ ਨੌਜਵਾਨ ਜਿਹੜੇ ਉਹ ਤਤਪਰ ਹਨ ਔਰ ਗੁਰਮਤ ਉੱਤੇ ਪਹਿਰਾ ਦੇਣ ਵਾਸਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਨੌਜਵਾਨ ਜਿਹੜੇ ਪੰਥ ਦੇ ਦੋਖੀ ਹਨ ਉਨ੍ਹਾਂ ਕੋਲੋਂ ਬਹੁਤ ਸੁਚੇਤ ਹਨ। ਵਿਚ ਵਿਚ ਜਿਹੜੇ ਉਹ ਆਪਣਾ ਦਾਅ ਵੀ ਮਾਰਦੇ ਹਨ ਜੀ, ਪਰ ਫੇਰ ਵੀ ਜਿਹੜੀ ਇੱਥੇ ਨੌਜਵਾਨ ਪੀੜੀ ਹੈ, ਜਿੱਦਾਂ ਕੌਮੀ ਆਵਾਜ਼ ਹੈ, ਗੁਰੂ ਘਰਾਂ ਵਿਚ ਨੌਜਵਾਨ ਪੰਥਕ ਜਥੇਬੰਦੀਆਂ ਦੇ ਜਿੰਨੇ ਵੀ ਸਮੂਹ ਸੇਵਾਦਾਰ ਹਨ ਉਹ ਸਾਰੇ ਹੀ ਸੁਚੇਤ ਹਨ ਜੀ। ਤੇ ਜਦੋਂ ਕੌਮ ਦੇ ਵਿਚ ਕੌਮ ਦੇ ਪਿਆਰੇ ਸੁਚੇਤ ਹੋਣ ਉਸ ਵੇਲੇ ਫਿਰ ਕੌਮ ਨੂੰ ਕੋਈ ਫਿਕਰ ਨਹੀਂ ਹੁੰਦਾ ਜੀ। ਤੇ ਇਸ ਵਾਸਤੇ ਅਸੀਂ ਇਹ ਕਹਿ ਸਕਦੇ ਆ ਵੀ ਕੌਮ ਦੇ ਕੰਮਾਂ ਵਿਚ ਖੜੋਤ ਜਾਂ ਕਹਿ ਲੋ ਵੀ ਹੌਲੀ ਸਾਡਾ ਜਿਹੜਾ ਸੰਘਰਸ਼ ਹੈ ਥੋੜਾ ਜਿਹਾ ਹੋਇਆ ਹੈ ਪਰ ਬੰਦ ਨਹੀਂ ਜੀ। ਇਸ ਕਰਕੇ ਇਹ ਕਿਸੇ ਵੇਲੇ ਵੀ ਸਤਿਗੁਰੂ ਕਿਰਪਾ ਕਰ ਸਕਦੇ ਨੇ, ਵਧਣਾ ਤੇ ਵੱਧ ਰਿਹਾ ਆ ਹੌਲੀ ਹੌਲੀ ਤਰੀਕਿਆਂ ਦੇ ਨਾਲ, ਕਿਉਂਕਿ ਜਿੱਦਾਂ ਟੈਕਨੋਲੋਜੀ ਦਾ ਯੁੱਗ ਹੈ ਉਸ ਤਰੀਕੇ ਦੇ ਨਾਲ 84 ਦੇ ਵੇਲੇ ਜਿਵੇਂ ਸਾਡੀ ਆਵਾਜ਼ ਜਿੱਦਾਂ ਹੁਣ ਦੇਸ਼ਾਂ ਵਿਦੇਸ਼ਾਂ ਦੇ ਵਿਚ ਕੌਮੀ ਆਵਾਜ਼ ਰੇਡੀਓ ਹੈ, ਹੋਰ ਸਾਡੇ ਚੈਨਲ ਹਨ, ਉਹਨਾਂ ਚੈਨਲਾਂ ਦੇ ਰਾਹੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਜਿਹੜੀ ਅੱਜ ਜਾਣਕਾਰੀ ਸਾਨੂੰ ਸਮੇਂ ਸਮੇਂ ਨਾਲ ਮਿਲ ਰਹੀ ਹੈ, ਇਹ ਜੇ ਪਹਿਲਾਂ ਹੁੰਦੀ ਤੇ ਸਾਨੂੰ ਸ਼ਾਇਦ ਇਹ ਗੱਲਾਂ ਜਿਹੜੀਆਂ ਸਨ ਜਿਹੜਾ ਸਾਨੂੰ ਸਾਡੇ ਵਾਸਤੇ ਥੋੜਾ ਜਿਹਾ ਔਖਾ ਹੋਇਆ ਹੈ ਸੌਖਾ ਹੋ ਜਾਣਾ ਸੀ। ਤੇ ਹੁਣ ਆਸ ਹੈ ਵੀ ਇਹ ਸੇਵਾਵਾਂ ਜਿਹੜੀਆਂ ਹੈ ਕੌਮ ਨੂੰ ਬਹੁਤ ਜ਼ਿਆਦਾ ਫਾਇਦਾ ਦੇਣਗੀਆਂ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਟੈਲੀਵਿਜ਼ਨਾਂ ਵਾਲੇ ਜੋ ਵੀ ਇੰਟਰਨੈਟ ਮਾਧਿਅਮ ਰਾਹੀਂ ਕੌਮ ਦੀ ਸੇਵਾ ਤੇ ਕੌਮ ਦਾ ਦਰਦ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਾ ਰਹੇ ਹਨ, ਸਭਨਾਂ ਦਾ ਧੰਨਵਾਦ ਹੈ। ਸੋ ਅਸੀਂ ਆਪਣਾ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਜਿਨ੍ਹਾਂ ਨੂੰ ਸਾਨੂੰ ਕੌਮੀ ਆਵਾਜ਼ ਰੇਡੀਓ ਵਾਲਿਆਂ ਨੇ ਇੱਥੇ ਸੰਗਤਾਂ ਦੇ ਸਰੋਤਿਆਂ ਦੇ ਰੂਬਰੂ ਕੀਤਾ ਹੈ ਤੇ ਜੋ ਵੀ ਕੌਮ ਚਾਹੁੰਦੀ ਹੈ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਅਸੀਂ ਕੁਛ ਕਰ ਤਾਂ ਨਹੀਂ ਸਕਦੇ ਪਰ ਜਿੰਨਾ ਕੁ ਅਸੀਂ ਹਿੱਸਾ ਪਾ ਸਕਦੇ ਹਾਂ ਆਪਣੇ ਵਿੱਤ ਮੁਤਾਬਕ ਉਹ ਅਸੀਂ ਆਪਣਾ ਯਤਨ ਜਾਰੀ ਹੈ। ਕੋਈ ਵੀ ਲਾਲਚ ਨਹੀਂ ਹੈ, ਕੋਈ ਕਿਸੇ ਦਾ ਡਰ ਨਹੀਂ ਹੈ, ਕੋਈ ਲੋਭ ਨਹੀਂ ਹੈ ਇਸ ਵਾਸਤੇ ਤੇ ਨਿਮਾਣੇ ਹੋ ਕੇ ਇੱਕ ਅਸੀਂ ਸੇਵਾ ਦਾ ਜੋ ਇਹ ਕਾਰਜ ਪ੍ਰਚਾਰ ਦਾ ਆਰੰਭਿਆ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਸੰਗਤਾਂ ਦੇ ਸਹਿਯੋਗ ਨਾਲ ਹੀ ਹੈ ਤੇ ਮੀਡੀਆ ਦੇ ਸਹਿਯੋਗ ਦੇ ਨਾਲ ਹੈ, ਉਹ ਅਸੀਂ ਜਿੰਨਾ ਕੁ ਸਤਿਗੁਰੂ ਕਰਾਉਣਗੇ ਗੁਰੂ ਕੀਆਂ ਸੰਗਤਾਂ ਜਿੰਨੀ ਕੁ ਬਖਸ਼ਿਸ਼ ਕਰਨਗੀਆਂ ਉਹ ਕਰਾਂਗੇ ਜੀ। ਅੱਜ ਫਿਰ ਕਿੱਥੋਂ ਸ਼ੁਰੂ ਕਰ ਰਹੇ, ਦੋ ਆਪਣੀਆਂ ਫਰਮਾਇਸ਼ਾਂ ਵੀ ਆਈ ਹੋਈਆਂ, ਤੇਰਾ ਜਸ ਅਤੇ ਇੱਕ ਨਰਕਧਾਰੀ ਦਾ ਸੌਦਾ, ਸੋ ਕਿੱਥੋਂ ਭਾਈ ਸਤਵਿੰਦਰ ਸਿੰਘ ਜੀ ਸ਼ੁਰੂ ਕਰ ਰਹੇ? ਆਪਣੇ ਕੋਲ ਮੇਰਾ ਖਿਆਲ ਸਮਾਂ ਥੋੜਾ ਜੀ ਤੇ ਫਰਮਾਇਸ਼ਾਂ ਬਹੁਤ ਆ, ਫਰਮਾਇਸ਼ਾਂ ਪੂਰੀਆਂ ਕਰਨੀਆਂ ਵੀ ਜ਼ਰੂਰੀ ਆ, ਆਪਾਂ ਸ਼ਹੀਦੀ ਦਿਹਾੜੇ ਦਾ ਜਿਹੜਾ ਸਮਾਂ ਤੇ ਉਹਨੂੰ ਵੀ ਕਵਰ ਕਰਨਾਗਾ, ਸੋ ਜਿਵੇਂ ਤੁਹਾਨੂੰ ਠੀਕ ਲੱਗੇ। ਜਿਹੜੀ ਯਾਰ ਤੇਰਾ ਜਸ ਦਾ ਸਾਨੂੰ ਚੇਤਾ ਕਰਾਇਆ ਨਾ, ਕਈ ਸਾਨੂੰ ਆਪਣੇ ਸਮਾਨ ਦਾ ਨਹੀਂ ਚੇਤਾ ਹੁੰਦਾ ਜੀ, ਪਰ ਸੰਗਤਾਂ ਧੰਨਵਾਦ ਕਰਦੇ ਦੱਸ ਦਿੰਦੀਆਂ ਤੇ ਬਹੁਤ ਖੁਸ਼ੀ ਹੋਈ ਸਾਨੂੰ, ਇਹਦੇ ਵਿਚ ਤਕਰੀਬਨ ਅੱਜ ਦੇ ਦਿਨ ਸਾਰੇ ਕਵਰ ਹੋ ਜਾਣੇ ਗੁਰੂ ਸਾਹਿਬ ਦੀ ਤੇਰਾ ਜਸ, ਗੁਰੂ ਸਾਹਿਬ ਦਾ ਆਪਾਂ ਦਸਵੇਂ ਪਾਤਸ਼ਾਹ ਜਸ ਕਿੱਦਾਂ ਕਿੱਦਾਂ ਕਰਦੇ ਆ, ਕਿੱਦਾਂ ਕਰਨਾ ਚਾਹੀਦਾ, ਕਿਉਂ ਕਰਦੇ ਆ ਉਹਦੇ ਵਾਸਤੇ। ਸੁਰ ਮਾਇਓ ਨਾ ਲਈ ਧੂੜ ਆਨੰਦਪੁਰ ਦੀ, ਜਿਨ੍ਹਾਂ ਅੱਖੀਆਂ ਵਿਚ ਪਿਆਰ ਤੇਰਾ,
ਰੱਖ ਕੇ ਦਿਲਾਂ ਅੰਦਰ ਕਰਨ ਅੰਦਰੋਂ ਸਦਾ ਦੀਦਾਰ ਤੇਰਾ ਟੱਠੇ ਹੋਏ ਤੇ ਦਿਲ ਖਲੋ ਜਾਂਦੇ ਟੱਠੇ ਹੋਏ ਦਿਲ ਫੇਰ ਖਲੋ ਜਾਂਦੇ ਚਿੜੀਆਂ ਕੰਧਾਂ ਵਿੱਚ ਵੇਖ ਪਰਵਾਰ ਤੇਰਾ ਜਾਗੇ ਅਣਖ ਚਮਕੌਰ ਨੂੰ ਵੇਂਦਿਆਂ ਈ ਸੁੱਤਾ ਜਿੱਥੇ ਅਜੀਤ ਜੁਝਾਰ ਤੇਰਾ ਚੱਪੇ ਚੱਪੇ ਤੇ ਦੇਸੀ ਦੇ ਗਿਆ ਲਿਖਿਆ ਤੇਰੇ ਲਹੂ ਦੇ ਨਾਲ ਉਪਕਾਰ ਤੇਰਾ ਕਰ ਕਰ ਯਾਦ ਕੁਰਬਾਨੀਆਂ ਤੇਰੀਆਂ ਨੂੰ ਜਸ ਗਾਵਦਾ ਪਿਆ ਸੰਸਾਰ ਤੇਰਾ ਚੰਦ ਵਾਂਗਰ ਚਾਂਦਨੀ ਚੌਂਕ ਅੰਦਰ ਰਹਿਣੇ ਚਮਕਦੇ ਸਦਾ ਨਿਸ਼ਾਨ ਤੇਰੇ ਜਿੱਥੇ ਸੁੱਤੇ ਤਲਵਾਰਾਂ ਦੀ ਛਾਂ ਥੱਲੇ ਬਾਲਪਨ ਦੇ ਕਈ ਅਰਮਾਨ ਤੇਰੇ ਦੇ ਗਏ ਦਿਲਾਂ ਨੂੰ ਸਬਕ ਕੁਰਬਾਨੀਆਂ ਦਾ ਓ ਰੰਗੇ ਰਾਤ ਦੇ ਨਾਲ ਨਿਸ਼ਾਨ ਤੇਰੇ ਜੜਾਂ ਪੁੱਟ ਕੇ ਸੁੱਟ ਗਏ ਜ਼ੁਲਮ ਦੀਆਂ ਜਦੋਂ ਜੋਸ਼ ਦੇ ਚੜੇ ਤੂਫਾਨ ਤੇਰੇ ਮੌਤ ਜ਼ਿੰਦਗੀ ਵਸਦੀਆਂ ਜਿਹਦੇ ਅੰਦਰ ਖੰਡਾ ਵੇਖਿਆ ਏ ਅਲੋਕਾਰ ਤੇਰਾ ਤੈਨੂੰ ਜਾਣ ਕੇ ਢਾਲ ਨਿਮਾਣਿਆਂ ਦੀ ਜਸ ਗਾਮ ਦਾ ਪਿਆ ਸੰਸਾਰ ਤੇਰਾ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਿਲਾਂ ਦਾ ਤੇ ਮੰਜ਼ਿਲ ਇਉਂ ਮਕਾਉਂਦਾ ਕੋਈ ਵੇਖਿਆ ਨਹੀਂ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਉਂਦਾ ਕੋਈ ਵੇਖਿਆ ਨਹੀਂ ਹੰਸਾਂ ਜਿਹੇ ਪਿਆਰੀਆਂ ਬੱਚਿਆਂ ਨੂੰ ਉਹ ਮੌਤ ਮੂੰਹ ਮੌਤ ਦੇ ਪਾਉਂਦਾ ਕੋਈ ਵੇਖਿਆ ਨਹੀਂ ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਕੋਈ ਵੇਖਿਆ ਨਹੀਂ ਖਿਜਾਂ ਵਿੱਚ ਵੀ ਟੈਕਣਾ ਫੁੱਲ ਵਾਂਗੂ ਉਹ ਜੱਗੋਂ ਵੱਖਰਾ ਡਿੱਠਾ ਵਿਹਾਰ ਤੇਰਾ ਸਾਰਾ ਵਾਰ ਕੇ ਬਾਗ ਪਰਵਾਰ ਆਪਣਾ ਕਹਿਣਾ ਫੇਰ ਵੀ ਸ਼ੁਕਰ ਕਰਤਾਰ ਤੇਰਾ ਉਹ ਵੀ ਰਾਤ ਸੀ ਸੋਲ ਸਰੀਰ ਤੇਰਾ ਜਦੋਂ ਸੱਥਰਾਂ ਨੂੰ ਭਾਗ ਲਾ ਰਿਹਾ ਸੀ ਸਾਹਿਬ ਦੇਵਾਂ ਦੇ ਭਰੇ ਪਰਿਵਾਰ ਵਿੱਚੋਂ ਕੋਲ ਨਜ਼ਰ ਨਾ ਕੋਈ ਵੀ ਆ ਰਿਹਾ ਸੀ ਨੰਗੇ ਪੈਰ ਸੀ ਕੰਡੀਆਂ ਵਿੰਨ ਸੁੱਟੇ ਫੁੱਲਾਂ ਵਾਂਗ ਫਿਰ ਵੀ ਮੁਸਕਰਾ ਰਿਹਾ ਸੀ ਛਾਲੇ ਵੇਖ ਕੇ ਕਾਫਲਾ ਤਾਰਿਆਂ ਦਾ ਰੋ ਰੋ ਦਰਦ ਵਿੱਚ ਡੁੱਬਦਾ ਜਾ ਰਿਹਾ ਸੀ ਪਰਦੇ ਲੱਖਾਂ ਕਰੋੜਾਂ ਦੇ ਕੱਜ ਗਿਆ ਇੱਕ ਇੱਕ ਦਿਲ ਦਾ ਲੱਥਾ ਲੰਗਾਰ ਤੇਰਾ ਤੇਰੇ ਲਹੂ ਜਮਾਨੇ ਦੇ ਲੇਖ ਬਦਲੇ ਤਾਈਓ ਗਾਮ ਦਾ ਜਸ ਸੰਸਾਰ ਤੇਰਾ ਉਹ ਗੁਜਰ ਮਾਂ ਦਾ ਡਿੱਠਾ ਗੁਜਰ ਕੌਰ ਮਾਤਾ ਦਾ ਡਿੱਠਾ ਅੰਤ ਜਿੰਨਾ ਗਲੀਆਂ ਰੋਂਦੀਆਂ ਨਜ਼ਰ ਉਹ ਆਉਂਦੀਆਂ ਨੇ ਉਹਦੇ ਸਬਰ ਦੀਆਂ ਬੱਚੀਆਂ ਵਿੱਚ ਬਈਕੇ ਮਾਵਾਂ ਅਜੇ ਕਹਾਣੀਆਂ ਪਾਉਂਦੀਆਂ ਨੇ ਉੱਜੜ ਗਈ ਸਰਹੰਦ ਦੇ ਖੰਡਰਾਂ ਦੀ ਉਹ ਮਿੱਟੀ ਉਹਦੀਆਂ ਆਹਾਂ ਅਡਾਉਂਦੀਆਂ ਨੇ ਐ ਪਰ ਉਸ ਦੀ ਮੜੀ ਚੋਂ ਖਾਕ ਲੈ ਕੇ ਚੁੰਮ ਚੁੰਮ ਖਲਕ ਤਾਂ ਮੱਥੇ ਨੂੰ ਲਾਉਂਦੀਆਂ ਨੇ ਤਾਂ ਵੀ ਟੁੱਟਿਆ ਰਤਾ ਨਾ ਦਿਲ ਤੇਰਾ ਭਾਵੇਂ ਲੁੱਟਿਆ ਗਿਆ ਪਿਆਰ ਤੇਰਾ ਜਦੋਂ ਤੀਕ ਨੇ ਕੈਮ ਇਹ ਚੰਦ ਸੂਰਜ ਕਰਦਾ ਰਹੇਗਾ ਜਸ ਸੰਸਾਰ ਤੇਰਾ ਜੋਗੀ ਸੱਚ ਦਾ ਜੋਗੇ ਨੂੰ ਨਜ਼ਰ ਆਇਓ ਓ ਬੰਦੇ ਤਾਈ ਤੂੰ ਸਿਪਾ ਸਲਾਰ ਦਿਸਿਓ ਜਦੋਂ ਪਿਆਰ ਦੀ ਫੱਟਾਂ ਤੇ ਮਲਮਲਾਈ ਵੈਰੀ ਤਾਈ ਵੀ ਨਿਰਾ ਪਿਆਰ ਦਿਸਿਓ ਨੰਦ ਲਾਲ ਨੂੰ ਤਨੀ ਕਵੀ ਸ਼੍ਰੀ ਦਾ ਮਹਾਂ ਸਿੰਘ ਨੂੰ ਤੂੰ ਬਖਸ਼ਣ ਹਾਰ ਦਿਸਿਓ ਦਇਆ ਧਰਮ ਹਿੰਮਤ ਮੁਹਕਮ ਸਾਹਿਬ ਤਾਈ ਤੂੰ ਹੈ ਸਾਹਿਬਾਂ ਵਿੱਚ ਤਲਵਾਰ ਦਿਸਿਓ ਜਿਸ ਤਰ੍ਹਾਂ ਵੀ ਤੱਕਿਆ ਕਿਸੇ ਤੈਨੂੰ ਉਸੇ ਤਰ੍ਹਾਂ ਕਰ ਲਿਆ ਦੀਦਾਰ ਤੇਰਾ
ਜਾਣੀ ਜਾਣ ਦਿਲ ਦਾ ਸੱਚਾ ਜਾਣ ਤੈਨੂੰ ਜਸ ਗਾਂਵ ਦਾ ਕੁੱਲ ਸੰਸਾਰ ਤੇਰਾ ਨਾਨਕ ਗੁਰੂ ਹੋ ਨਾਮ ਦੀ ਵੰਡ ਕੀਤੀ ਅੰਗਦ ਦੇਵ ਹੋ ਸੇਵਾ ਦਾ ਚਾ ਦਿੱਤਾ ਅਮਰਦਾਸ ਹੋ ਦੱਸਿਆ ਦਾਸ ਬਣਨਾ ਰਾਮਦਾਸ ਹੋ ਸੀਤਲ ਸੁਭਾ ਦਿੱਤਾ ਅਰਜਨ ਗੁਰੂ ਬਣ ਸਿਦਕ ਦੀ ਰਾਸ ਦਿੱਤੀ ਹਰ ਗੋਬਿੰਦ ਹੋ ਦਿਲ ਦਰਿਆ ਦਿੱਤਾ ਹਰੀ ਰਾਏ ਹਰ ਕ੍ਰਿਸ਼ਨ ਹੋ ਪ੍ਰੇਮ ਦਿੱਤਾ ਨੌਵੇਂ ਗੁਰੂ ਬਣ ਮੋਇਆ ਨੂੰ ਸਾ ਦਿੱਤਾ ਦਸੇ ਰੂਪ ਹੀ ਉਸ ਨੂੰ ਨਜ਼ਰ ਆ ਗਏ ਇੱਕੋ ਕਰ ਲਿਆ ਜਿਨੇ ਦੀਦਾਰ ਤੇਰਾ ਮਾਲਕ ਜਾਣ ਤੈਨੂੰ ਸਭਨਾ ਸ਼ਕਤੀਆਂ ਦਾ ਤੇ ਜਸ ਗਾਮ ਦਾ ਕੁੱਲ ਸੰਸਾਰ ਤੇਰਾ ਦਸੇ ਰੂਪ ਹੀ ਉਸ ਨੂੰ ਨਜ਼ਰ ਆ ਗਏ ਇੱਕੋ ਕਰ ਲਿਆ ਜਿਨੇ ਦੀਦਾਰ ਤੇਰਾ ਮਾਲਕ ਜਾਣ ਤੈਨੂੰ ਸਭਨਾ ਸ਼ਕਤੀਆਂ ਦਾ ਤੇ ਜਸ ਗਾਮ ਦਾ ਕੁੱਲ ਸੰਸਾਰ ਤੇਰਾ ਸਾਰਾ ਸੰਸਾਰ ਸਤਿਗੁਰੂ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਕਰਦਾ ਹੈ ਕਿਉਂਕਿ ਕੋਈ ਵੀ ਪੀਰ ਪੈਗੰਬਰ ਐਸਾ ਨਹੀਂ ਹੋਇਆ ਜਿਹੜਾ ਕਿ ਆਪਣੇ ਪੁੱਤਰਾਂ ਦੀ ਕੁਰਬਾਨੀ ਦੇ ਕੇ ਕੌਮ ਵਾਸਤੇ ਪੰਥ ਵਾਸਤੇ ਦੇਸ਼ ਵਾਸਤੇ ਤੇ ਇਹ ਕਵੇ ਕਿ ਪੰਥ ਵਸੇ ਮੈਂ ਉੱਜੜਾਂ ਮਨ ਚਾਓ ਕਲੇਰਾ ਵਾਹ ਵਾਹ ਗੋਬਿੰਦ ਸਿੰਘ ਧੰਨ ਤੇਰਾ ਜੇਰਾ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਪੁੱਤਰ ਕੁਰਬਾਨ ਕਰਦੇ ਹਨ ਚਮਕੌਰ ਦੀ ਗੜੀ ਹੈ ਜਿਸ ਵੇਲੇ ਬਾਬਾ ਹਿੰਮਤ ਸਿੰਘ ਜੀ ਨਾਲ ਸਿੰਘਾਂ ਨੂੰ ਲੈ ਕੇ ਸਤਿਗੁਰੂ ਜੀ ਤੋਂ ਆਗਿਆ ਪਾ ਕੇ ਮੈਦਾਨੇ ਜੰਗ ਵਿਚ ਜਾ ਕੇ ਸ਼ਹੀਦੀ ਪਾਉਂਦਾ ਹੈ ਬਾਬਾ ਅਜੀਤ ਸਿੰਘ ਜੀ ਹੱਥ ਬੰਨ ਕੇ ਪਿਤਾ ਜੀ ਕੋਲੋਂ ਆਗਿਆ ਮੰਗਦੇ ਹਨ ਪਿਤਾ ਜੀ ਮੈਨੂੰ ਵੀ ਮੈਦਾਨੇ ਜੰਗ ਵਿਚ ਸ਼ਹੀਦ ਹੋਣ ਵਾਸਤੇ ਆਗਿਆ ਦਿਓ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਅਜੀਤ ਸਿੰਘਾ ਤੂੰ ਇਹ ਅੱਜ ਪਿਰਤ ਪਾ ਚੱਲਿਆ ਹੈ ਜੇ ਤੈਨੂੰ ਆਵਾਜ਼ ਮਾਰ ਕੇ ਜੰਗ ਨੂੰ ਭੇਜ ਦੇ ਇਤਿਹਾਸ ਕੁਝ ਹੋਰ ਹੋਣਾ ਸੀ ਪਰ ਇਕ ਨਵੀਂ ਪਿਰਤ ਪਾ ਚੱਲਿਆ ਤੂੰ ਆਪ ਕੌਮ ਵਾਸਤੇ ਸ਼ਹੀਦ ਹੋਣ ਵਾਸਤੇ ਆਗਿਆ ਮੰਗਣ ਵਾਸਤੇ ਆਇਆ ਹੈ ਇਸ ਵਾਸਤੇ ਆਉਣ ਵਾਲੇ ਸਮੇਂ ਵਿਚ ਕਿਸੇ ਨੂੰ ਆਵਾਜ਼ ਨਹੀਂ ਮਾਰਨੀ ਪਵੇਗੀ ਜਦੋਂ ਪੰਥ ਨੂੰ ਲੋੜ ਹੋਵੇਗੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵਾਸਤੇ ਭੀੜ ਬਣੇਗੀ ਕੋਈ ਵੀ ਵਾਧਾ ਕਰੇਗਾ ਤੇ ਉਸ ਵੇਲੇ ਕੁਰਬਾਨੀ ਕਰਨ ਵਾਲਾ ਕੋਈ ਵੀ ਕਿਸੇ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਹੋਵੇ ਪੰਥ ਤੇ ਕੌਮ ਤੇ ਸੰਗਤਾਂ ਤੇ ਭੀੜ ਬਣੇ ਖਾਲਸੇ ਆਪ ਗੁਰੂ ਕੇ ਲਾਲ ਜਿਹੜੇ ਹਨ ਸਿਰ ਤੇ ਖੱਫਣ ਬੰਨ ਬੰਨ ਕੇ ਕੁਰਬਾਨੀਆਂ ਕਰਨਗੇ ਉਹ ਅੱਜ ਸਤਿਗੁਰੂ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਦੀ ਪਾਈ ਹੋਈ ਪਿਰਤ ਹੀ ਹੈ ਕਿ ਕਿਸੇ ਨੂੰ ਵੀ ਆਵਾਜ਼ ਨਹੀਂ ਮਾਰਨੀ ਪਈ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੁੰਦਾ ਹੈ ਬੇਅੰਤ ਸਿੰਘ ਤੇ ਸਤਵੰਤ ਸਿੰਘ ਕੁਰਬਾਨੀ ਕਰਕੇ ਕੌਮ ਦਾ ਬਦਲਾ ਲੈਂਦੇ ਹਨ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਇਆ ਸੁਖਦੇਵ ਸਿੰਘ ਸੁੱਖਾ ਹਰਜਿੰਦਰ ਸਿੰਘ ਜਿੰਦਾ ਆਪ ਸਿਰ ਤੇ ਖੱਫਣ ਬੰਨ ਕੇ ਉਨ੍ਹਾਂ ਜ਼ਾਲਮਾਂ ਦੇ ਘਰਾਂ ਤੱਕ ਪਹੁੰਚ ਕੇ ਦਿੱਲੀ ਦੇ ਘੱਲੂ ਘਾਰੇ ਦਾ ਬਦਲਾ ਲੈਂਦੇ ਹਨ ਤੇ ਫੌਜ ਦੇ ਮੁਖੀ ਕਿਸੇ ਵੀ ਜੰਗ ਵਿਚ ਖਾਲਸਾ ਜੀ ਕਦੇ ਅੱਜ ਤੱਕ ਫੌਜ ਦਾ ਮੁਖੀ ਨਹੀਂ ਮਰਿਆ ਜਿਹੜਾ ਪਿੱਛੇ ਬੈਠਾ ਚਲਾਉਂਦਾ ਹੋਵੇ ਕੇਵਲ ਤੇ ਕੇਵਲ ਇਹ ਕੌਮ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਪੰਥ ਨੂੰ ਹੀ ਇਹ ਮਾਣ ਹੈ ਕਿ ਕਿਸੇ ਦੇਸ਼ ਦਾ ਜਿਹੜਾ ਅਟੈਕ ਕਰਨ ਵਾਲਾ ਪ੍ਰਧਾਨ ਮੰਤਰੀ ਜਾਂਦਾ ਲੱਗੇ ਔਰ ਉਹ ਫੌਜਾਂ ਦਾ ਮੁਖੀ ਜਾਂਦਾ ਲੱਗੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਿਤਾ ਦੇ ਬਾਜਾਂ ਵਾਲੇ ਦੇ ਪੁੱਤਰਾਂ ਨੇ ਕੁਰਬਾਨੀ ਕਰਕੇ ਇਹ ਪਿਰਤ ਪਾਈ ਹੈ ਸਤਿਗੁਰਾਂ ਦਾ ਜਦੋਂ ਵੱਡਾ ਸਾਹਿਬਜ਼ਾਦਾ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ ਤੇ ਉਸ ਵੇਲੇ ਛੋਟਾ ਲਾਲ ਜੁਝਾਰ ਸਿੰਘ ਜੀ ਉਹ ਵੀ ਸਤਿਗੁਰਾਂ ਕੋਲੋਂ ਆਗਿਆ ਮੰਗਦੇ ਹਨ ਸਤਿਗੁਰੂ ਸ਼ਸਤਰ ਸਜਾ ਕੇ ਚਮਕੌਰ ਦੀ ਗੜੀ ਵਿਚ ਆਪਣੇ ਛੋਟੇ ਲਾਲ ਨੂੰ ਸਿੰਘਾਂ ਦਾ ਜਥਾ ਦੇ ਕੇ ਮੈਦਾਨੇ ਜੰਗ ਨੂੰ ਤੋਰਦੇ ਹਨ ਮੈਦਾਨੇ ਜੰਗ ਵਿਚ ਜਾ ਕੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਛੋਟਾ ਲਾਲ ਜਿਵੇਂ ਸ਼ਹਾਦਤ ਪਾਉਂਦਾ ਹੈ ਸਮਾਂ ਥੋੜਾ ਹੋਣ ਕਰਕੇ ਗੱਲਾਂ ਘੱਟ ਤੇ ਆਪ ਦੀਆਂ ਸਿਫਾਰਿਸ਼ਾਂ ਪੂਰੀਆਂ ਕੀਤੀਆਂ ਜਾਣਗੀਆਂ ਸੁਣੀਏ ਜੀ ਬਾਬਾ ਜੁਝਾਰ ਸਿੰਘ ਜੀ ਕੌਮ ਵਾਸਤੇ ਮੈਦਾਨੇ ਜੰਗ ਚਮਕੌਰ ਦੀ ਗੜੀ ਵਿਚ ਕਿਵੇਂ ਦੁਸ਼ਮਣਾਂ ਨਾਲ ਲੋਹਾ ਲੈ ਕੇ ਸ਼ਹੀਦੀ ਪ੍ਰਾਪਤ ਕਰਦੇ ਹਨ ਐਵੇਂ ਬੇਨਤੀ ਕੀਤੀ ਜਾ ਰਹੀ ਹੈ ਵੇਖੋ ਜੰਗ ਨੂੰ ਜੁਝਾਰ ਸਿੰਘ ਚੱਲਿਆ ਰੋਬ ਜਾਵੇ ਨਾ ਬਹਾਦੁਰ ਦਾ ਚੱਲਿਆ ਪੁੱਤ ਗੁਰਾਂ ਨੇ ਸ਼ਿੰਗਾਰ ਕੇ ਤੇ ਕੱਲਿਆ ਸੋਚ ਦੱਸਦੀ ਆ ਗੱਲ ਮੈਂ ਸੁਣਾਵਾਂ ਸੱਚ ਦੀ ਡੋਰੂ ਨਾਲ ਡੁੱਬ ਜਾਵੇ ਉੱਥੇ ਮੌਤ ਨੱਚਦੀ ਚਾੜ ਕੇ ਐਸ ਤੀਰ ਮਾਰਦਾ ਕਿਹੜਾ ਵਾਰ ਚੱਲ ਸਕੇ ਉਹਦੇ ਵਾਰ ਦਾ ਮੱਛੀ ਪਾਣੀ ਤੇ ਤਰੇ ਦੇ ਤੇਗ ਤਾਰਦਾ ਜਣਾ ਖਣਾ ਇਹੋ ਵੇਖਿਆ ਸੀ ਕਹਿੰਦਾ ਗੱਲ ਨੂੰ ਉੱਥੇ ਆਪੋ ਤਾਪੀ ਪੈ ਗਈ ਮੁਗਲਾਂ ਦੇ ਦਲ ਨੂੰ ਪਹਿਲਾਂ ਸੀ ਜੋ
ਆਪ ਵਿੱਚ ਹੱਸ ਦੇ ਲੱਗੇ ਭੱਜਣ ਨਾ ਦੂਜਿਆਂ ਨੂੰ ਦੱਸ ਦੇ ਤੀਰ ਨਾਗ ਬਾਣ ਜੋਧਿਆਂ ਨੂੰ ਡੱਸ ਦੇ ਗੱਲ ਹੋ ਕੇ ਰਹਿੰਦੀ ਜਿਹੜੀ ਕਾਦਰੀ ਨੂੰ ਜੱਚਦੀ ਡੋਰੂ ਨਾਰ ਦੂਬ ਜਾਵੇ ਉੱਥੇ ਮੌਤ ਨੱਚਦੀ ਮਾਰਦਾ ਪਲੇਰ ਠੁੱਡ ਬਾਲ ਨੂੰ ਆਖੇ ਸੂਰਮਾ ਇਸ਼ਾਰੇ ਨਾਲ ਕਾਲ ਨੂੰ ਸਾਰੇ ਲੋਕ ਜਾਣਦੇ ਨੀ ਜੰਗੀ ਚਾਲ ਨੂੰ ਕੌਣ ਵੇਖ ਸਕੇ ਸ਼ੇਰ ਬੱਬਰ ਦੇ ਬਲ ਨੂੰ ਉੱਥੇ ਆਪ ਧਾਪੀ ਪੈ ਗਈ ਮੁਗਲਾਂ ਦੇ ਦਲ ਨੂੰ ਛੱਡ ਦਿੱਤੇ ਮੁਗਲਾਂ ਦੇ ਪੁੱਤਾਂ ਨੇ ਹੱਟ ਛੱਡ ਦਿੱਤੇ ਮੁਗਲਾਂ ਦੇ ਪੁੱਤਾਂ ਨੇ ਸਾਥ ਰੂਹਾਂ ਨਾਲੋਂ ਛੱਡ ਦਿੱਤੇ ਬੁੱਤਾਂ ਨੇ ਵੇਖੀ ਗਰਮੀ ਸਿਆਲ ਦੀਆਂ ਰੁੱਤਾਂ ਨੇ ਪਿੱਛੇ ਰਹਿਣਾ ਪਰਵਾਨਾ ਵੇਖ ਛਵਾਂ ਮੱਚਦੀ ਡੋਰੂ ਨਾਲ ਦੂਬ ਜਾਵੇ ਉੱਥੇ ਮੌਤ ਨੱਚਦੀ ਸਾਹਮਣੇ ਆਵੇ ਸੁੱਕਾ ਜਾਵੇ ਨਾ ਜਿਹੜਾ ਸਾਹਮਣੇ ਆਵੇ ਸੁੱਕਾ ਜਾਵੇ ਨਾ ਦੇਗ ਮਾਰਦਾ ਜਵਾਨ ਪਲ ਲਾਵੇ ਨਾ ਵੀਰ ਵੀਰਾਂ ਦੀ ਕੋ ਜਿੰਦ ਨੂੰ ਬਚਾਵੇ ਨਾ ਲੱਗੀ ਅੱਗ ਸਾੜ ਦੀ ਜੋ ਕਾਨਿਆਂ ਦੇ ਚੱਲ ਨੂੰ ਉੱਥੇ ਆਪ ਧਾਪੀ ਪੈ ਗਈ ਮੁਗਲਾਂ ਦੇ ਦਲ ਨੂੰ ਛੱਡ ਦਿੱਤੇ ਮੁਗਲਾਂ ਦੇ ਪੁੱਤਾਂ ਨੇ ਸਾਥ ਰੂਹਾਂ ਨਾਲੋਂ ਛੱਡ ਦਿੱਤੇ ਬੁੱਤਾਂ ਨੇ ਵੇਖੀ ਗਰਮੀ ਸਿਆਲ ਦੀਆਂ ਰੁੱਤਾਂ ਨੇ ਪਿੱਛੇ ਰਹੇ ਨਾ ਪਰਵਾਨ ਵੇਖ ਛਵਾਂ ਮੱਚਦੀ ਡੋਰੂ ਨਾਰ ਦੂਬ ਜਾਵੇ ਉੱਥੇ ਮੌਤ ਨੱਚਦੀ ਪੱਕੀਆਂ ਲੂਣ ਦਾ ਕੋਈ ਬੇਰੀਆਂ ਕਾਲ ਦੰਦਾ ਫਿਰੇ ਦਲਾਂ ਵਿੱਚ ਫੇਰੀਆਂ ਛਵਾਂ ਥੱਲੇ ਦਿਓ ਪਤੰਗਾਂ ਦੀਆਂ ਢੇਰੀਆਂ ਉੱਥੇ ਮਿੱਤਰ ਨਾ ਮੇਟੇ ਮਿੱਤਰਾਂ ਦੇ ਸੱਲ ਨੂੰ ਉੱਥੇ ਆਪ ਧਾਪੀ ਪੈ ਗਈ ਮੁਗਲਾਂ ਦੇ ਦਲ ਨੂੰ ਤੀਰ ਮੁੱਕੇ ਤਲਵਾਰ ਚੁੰਮੀ ਸ਼ੇਰ ਨੇ ਲਿਆਂਦੇ ਸਾਹਮਣੇ ਕਿ ਵੈਰੀ ਘੇਰ ਘੇਰ ਨੇ ਹੱਦ ਕੀਤੀ ਪੁੱਤ ਬਾਪੂ ਦੇ ਦਲੇਰ ਨੇ ਟੁੱਟੇ ਤੇਗ ਦੇ ਹਜੋਕੇ ਨਾਲ ਦੇਹੀ ਕੱਚ ਦੀ ਡੋਰੂ ਨਾਰ ਦੂਬ ਜਾਵੇ ਉੱਥੇ ਮੌਤ ਨੱਚਦੀ ਕੌਣ ਜਾ ਕੇ ਜੰਗ ਚ ਗੁਜ਼ਾਰਦਾ ਘਰ ਬੈਠਾ ਗੱਪਾਂ ਹਰ ਕੋਈ ਮਾਰਦਾ ਹੋਵੇ ਰਾਣ ਵਿੱਚ ਨਾਚ ਤਲਵਾਰਦਾ ਕੌਣ ਜਿੱਤਦਾ ਪਰਖ ਲੈਣਾ ਘੜੀ ਪਲ ਨੂੰ ਉੱਥੇ ਆਪ ਧਾਪੀ ਪੈ ਗਈ ਮੁਗਲਾਂ ਦੇ ਦਲ ਨੂੰ ਪੰਜ ਸਿੰਘ ਜਿਹੜੇ ਸੂਰਮੇ ਦੇ ਨਾਲ ਸੀ ਪੰਜ ਸਿੰਘ ਜਿਹੜੇ ਸੂਰਮੇ ਦੇ ਨਾਲ ਸੀ ਲਹੂ ਮੈਜ ਦੇ ਲਗਾਏ ਉਹਨਾਂ ਖਾਲ ਸੀ ਲੋਥਾ ਮੱਛੀਆਂ ਦਿਸਣ ਲਹੂ ਦੇ ਤਾਲ ਸੀ ਮੌਤ ਮੂਰੇ ਆ ਕੇ ਹੱਸਦੀ ਕੋਈ ਨੀ ਬਚਦੀ ਡੋਰੂ ਨਾਰ ਦੂਬ ਜਾਵੇ ਉੱਥੇ ਮੌਤ ਨੱਚਦੀ ਤੀਰ ਮੁੱਕ ਗਿਆ ਵਿਚਾਲਾ ਤੇਗ ਟੁੱਟ ਗਈ ਤੀਰ ਮੁੱਕ ਗਿਆ ਵਿਚਾਲਾ ਤੇਗ ਟੁੱਟ ਗਈ ਟੋਲੀ ਮੁਗਲਾਂ ਦੀ ਫੜ ਲੋ ਚ ਜੁੱਟ ਗਈ ਚੰਦ ਵਰਗਾ ਸਰੀਰ ਹੋਣੀ ਲੁੱਟ ਗਈ ਜੋਗੀ ਤੁਰ ਗਿਆ ਦਲੇਰ ਖੱਟ ਗਏ ਤੇ ਪਲ ਨੂੰ ਉੱਥੇ ਆਪੋ ਧਾਪੀ ਪੈ ਗਈ ਮੁਗਲਾਂ ਦੇ ਦਲ ਨੂੰ ਸੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ਅੱਖਾਂ ਸਾਵੇਂ ਹੋ ਗਿਆ ਜਦ ਬੇਰਾ ਬੇਰਾ ਹੱਸ ਕੇ ਬੋਲੇ ਸਤਿਗੁਰੂ ਵਾ ਭਾਣਾ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ ਜੇਰਾ ਜਿਸ ਪਿਤਾ ਨੇ ਆਪਣੇ ਪੁੱਤਰਾਂ ਦਾ ਖੂਨ ਪਾ ਕੇ ਇਹ ਪੰਥ ਦੀਆਂ ਨੀਹਾਂ ਮਜ਼ਬੂਤ ਕੀਤੀਆਂ ਹੋਣ ਉਸ ਪੰਥ ਨੂੰ ਭਾਈ ਕਿੰਨੇ ਵੀ ਆਣ ਕੇ ਢਾ ਲਾਉਣ ਦੀ ਕੋਸ਼ਿਸ਼ ਕਰਨ ਇਹ ਖਤਮ ਨਹੀਂ ਹੋਣਾ ਤੇ ਦੁਨਿਆਵੀ ਉਦਾਹਰਨ ਹੈ ਕੋਈ ਛੋਟਾ ਮੋਟਾ ਕਾਰੋਬਾਰ ਕਿਸੇ ਚੰਗੇ ਬੰਦੇ ਦੀ ਸਹਾਇਤਾ ਨਾਲ ਤੁਰਿਆ ਹੋਵੇ ਉਹ ਡਿੱਗਦਾ ਨਹੀਂ ਜੀ ਕਿਸੇ ਗੁਰੂ ਘਰ ਦੀ ਕਮੇਟੀ ਹੋਵੇ ਸੰਗਤ ਦੀ ਸਹਿਮਤੀ ਨਾਲ ਬਣੀ ਹੋਈ ਹੋਵੇ ਤੇ ਕੋਈ ਦੋ ਚਾਰ ਉੱਠ ਕੇ ਉਹਨੂੰ ਕਹਿਣ ਵੀ ਇਹਨੂੰ ਖਤਮ ਕਰ ਦੇਣਾ ਉਹ ਖਤਮ ਨਹੀਂ ਹੁੰਦੀ ਤੇ ਜਿਹੜਾ ਇਹ ਪੰਥ ਸਤਿਗੁਰੂ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਦੀ ਸਹਾਇਤਾ ਦੇ ਨਾਲ ਹੇਮਕੁੰਟ ਸਾਹਿਬ ਦੀ ਪਵਿੱਤਰ ਧਰਤੀ ਹੈ ਤੇ ਉੱਥੇ ਸਤਿਗੁਰਾਂ ਨੂੰ ਪਰਮੇਸ਼ਰ ਦੇ ਬਚਨ ਹੁੰਦੇ ਹਨ ਕਿ ਮੈਂ ਆਪਣਾ ਸੁੱਤ ਤੋਹੇ ਨਵਾਜਾ ਸਤਿਗੁਰੂ ਕਹਿੰਦੇ ਕਾਹਦੇ ਵਾਸਤੇ ਪੰਥ ਪਰਚਰ ਕਰ ਬੇ ਕੋ ਸਾਜਾ ਤੇ ਉਸ ਵੇਲੇ ਸਤਿਗੁਰੂ ਕਹਿੰਦੇ ਫਿਰ ਅਸੀਂ ਉਸ ਪਰਮੇਸ਼ਰ ਨੂੰ ਹੱਥ ਜੋੜ ਕੇ ਠਾਠ ਭਇਓ ਮੈਂ ਜੋਰ ਕਰ ਵਚਨ ਕਹਾਂ ਸਿਰ ਨਿਆਏ ਪੰਥ ਚੱਲੈ ਤਬ ਜਗਤ ਮਹਿ ਜਬ ਤੁਮ ਕਰੋ ਸਹਾਏ
ਪਰਮੇਸ਼ਰ ਨੂੰ ਦਸਵੇਂ ਪਾਤਸ਼ਾਹ ਦੀ ਦਸਮ ਗ੍ਰੰਥ ਦੀ ਬਾਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ, ਜਿਹੜੇ ਮਨਮੁਖ ਲੋਕ ਜਿਹੜੇ ਹਨ ਇਸ ਬਾਣੀ ਤੋਂ ਸਿੱਖਾਂ ਨੂੰ ਪਰੇ ਕਰਨ ਵਾਸਤੇ, ਕਿਉਂਕਿ ਸਿੱਖਾਂ ਨੂੰ ਬਹੁਤ ਜ਼ਿਆਦਾ ਇਸ ਵਿੱਚੋਂ ਹੌਸਲਾ ਔਰ ਮਜ਼ਬੂਤੀ ਹੈ। ਇਸ ਵਾਸਤੇ ਜਿਹੜੇ ਸਾਡੇ ਵਿਰੋਧੀ ਹਨ ਉਹ ਚਾਹੁੰਦੇ ਹਨ ਕਿ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ, ਆਤਮਕ ਤੌਰ ਤੇ ਗੁਰੂ ਦਸਮ ਦੀ ਬਾਣੀ ਨਾਲੋਂ, ਇਹਨਾਂ ਨੂੰ ਰਾਜਨੀਤਿਕ ਤੌਰ ਦੇ ਉੱਤੇ ਜਾਂ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਦੋਵਾਂ ਗ੍ਰੰਥਾਂ ਨਾਲੋਂ ਤੋੜਿਆ ਜਾਏ, ਕਿਉਂਕਿ ਸਾਡੇ ਵਿਰੋਧੀਆਂ ਦੀ ਪਹਿਲਾਂ ਤੋਂ ਹੀ ਇਹ ਕੋਸ਼ਿਸ਼ ਹੈ ਕਿ ਦੋਵਾਂ ਬਾਣੀਆਂ ਨਾਲੋਂ ਸਿੱਖਾਂ ਨੂੰ ਵਾਹ ਕਰ ਦਿੱਤਾ ਜਾਏ, ਆਪਣੇ ਆਪ ਮਰ ਜਾਣਗੇ। ਪਰ ਨਹੀਂ, ਨਾ ਤੇ ਖਾਲਸਾ ਇਹਨਾਂ ਚੀਜ਼ਾਂ ਤੋਂ ਪਿੱਛੇ ਹਟ ਸਕਦਾ ਹੈ, ਨਾ ਖਤਮ ਹੋ ਸਕਦਾ। ਪਰਮੇਸ਼ਰ ਦੀ ਸਹਾਇਤਾ ਨਾਲ ਸਾਜਿਆ ਹੋਇਆ ਖਾਲਸਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮੇਸ਼ਰ ਨੇ ਆਪਣੀ ਮੌਜ ਨਾਲ ਇਹ ਖਾਲਸਾ ਪੰਥ ਜਿਹੜਾ ਸਾਜਿਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਚਨ ਅਰਦਾਸ ਵਿਚ ਆਪਾਂ ਰੋਜ਼ ਉਹ ਪੜ੍ਹਦੇ ਹਾਂ ਜੋ ਕਰਨੀ ਨਾਮੇ ਵਿਚ ਰੁਕਨ ਦੀਨ ਕਾਜੀ ਨੂੰ ਜਦੋਂ ਲੱਖ ਪਤਾਲਾਂ ਲੱਖ ਆਗਾਸ ਦਿਖਾਲੇ ਹਨ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਸ ਵੇਲੇ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਉਸ ਵੇਲੇ ਕਰਨੀ ਨਾਮੇ ਵਿਚ ਇਹ ਬਚਨ ਕੀਤੇ ਹਨ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਚਨ ਹਨ। ਸਤਿਗੁਰਾਂ ਨੇ ਜੋ ਵੀ ਬਚਨ ਕੀਤਾ ਹੈ ਤਿੰਨ ਕਾਲ ਸੱਤ ਹੈ ਤੇ ਉਹ ਸਾਰੇ ਬਚਨ ਸੱਤ ਹਨ, ਖਾਲਸੇ ਦਾ ਰਾਜ ਹੋਵੇਗਾ। ਸਿਰਫ ਦੇਰੀ ਇਹ ਹੈ ਕਿ ਸਾਡੀ ਅਜੇ ਖਾਲਸੇ ਬਣਨ ਵਿਚ ਟਲਿਆਈ ਹੈ, ਕਿਉਂਕਿ ਸਾਡੇ ਉੱਤੇ ਸਾਨੂੰ ਢਾ ਲਾਉਣ ਵਾਲੇ ਔਰ ਸਾਡਾ ਵਿਸ਼ਵਾਸ ਤੋੜਨ ਵਾਲੇ ਸਾਡੇ ਹੀ ਸਰੂਪ ਵਿਚ ਸਾਡੇ ਵਿਰੋਧੀ ਆਣ ਕੇ, ਕਿਉਂਕਿ ਸਾਡੀ ਟੀਮ ਵਿਚ ਵਿਰੋਧੀਆਂ ਦੀ ਟੀਮ ਦੇ ਖਿਡਾਰੀ ਮੋਹਰੇ ਹੋ ਕੇ ਖੇਡਦੇ ਹਨ ਤੇ ਥੋੜੇ ਥੋੜੇ ਛੋਟੇ ਛੋਟੇ ਮੈਚ ਜਿਹੜੇ ਨੇ ਉਹ ਸਾਡੇ ਜਿਤਾਈ ਜਾਂਦੇ ਨੇ, ਜਦੋਂ ਫਾਈਨਲ ਵਿਚ ਜਾਂਦਾ ਤੇ ਆਪਣੇ ਸਾਹਮਣੇ ਉਹ ਹਰਾ ਦਿੰਦੇ ਹਨ। ਸੋ ਉਹਨਾਂ ਲੋਕਾਂ ਨੂੰ ਪਛਾਣਨਾ ਅੱਜ ਸਾਡਾ ਬਹੁਤ ਜ਼ਰੂਰੀ ਬਣ ਚੁੱਕਾ ਹੈ ਤੇ ਇਹ ਮਾਧਿਅਮ ਵਾਲੇ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਨੂੰ ਇਹ ਜ਼ਿਆਦਾ ਪਤਾ ਹੁੰਦਾ ਵੀ ਕੌਣ ਕਿੱਥੇ ਤੇ ਕਿਹਦੇ ਨਾਲੋਂ ਉੱਠ ਕੇ ਆਇਆ ਤੇ ਇਸ ਕੌਮ ਦੇ ਮੋਹਰੇ ਆ ਕੇ ਮੁੜ ਕੇ ਜਾ ਕੇ ਕਿਹਦੇ ਕੋਲ ਬਹਿੰਦਾ ਹੈ, ਇਹ ਪਤਾ ਕਰਨਾ ਤੇ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ, ਇਹ ਕੌਮ ਨੂੰ ਸੁਚੇਤ ਕਰਨ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ। ਸੋ ਆਓ ਦੂਸਰੀ ਸਿਫਾਰਿਸ਼, ਜੋ ਗੁਰੂ ਕੇ ਪਿਆਰਿਓ ਸਦਾ ਹੀ ਕੌਮ ਦੇ ਉੱਤੇ ਇਹ ਵਾਧੇ ਕਰਨ ਵਾਸਤੇ ਔਰ ਕੌਮ ਨੂੰ ਢਾ ਲਾਉਣ ਵਾਸਤੇ ਯਤਨ ਸਾਡੇ ਵਿਰੋਧੀਆਂ ਦੇ ਹੁੰਦੇ ਹਨ। 1978 ਤੋਂ ਪਹਿਲਾਂ ਦੀ ਕੋਸ਼ਿਸ਼ ਸੀ, ਪਰ 78 ਵਿਚ ਤੇ ਉਸ ਵੇਲੇ ਉਹਨਾਂ ਨੇ ਜਿਸ ਵੇਲੇ ਆ ਬਾਦਲ ਦਾ ਹੀ ਰਾਜ ਸੀ ਤੇ ਉਹਨਾਂ ਨੇ ਇੱਕ ਗੁਰੂ ਡੰਮ ਗੁਰਬਚਨਾ ਅਸਲੀ ਨਰਕਧਾਰੀ ਤੇ ਨਕਲੀ ਨਿਰੰਕਾਰੀ ਬਣਾ ਕੇ ਕੌਮ ਦੇ ਉੱਤੇ ਸਿੱਖਾਂ ਨੂੰ ਧੱਕਾ ਲਾਉਣ ਵਾਸਤੇ ਉਹਨੇ ਬਹੁਤ ਮਨਮਤ, ਕਿਉਂਕਿ ਆਪਣੇ ਕੋਲ ਸਮਾਂ ਥੋੜਾ ਹੈ, ਖੁਲਾਸਾ ਕਰ ਸਕੀਏ। ਗੁਰੂ ਘਰਾਂ ਵਿਚ ਪ੍ਰੋਗਰਾਮ ਹੁੰਦੇ ਹਨ, ਉੱਥੇ ਆਪਾਂ ਖੁੱਲੀਆਂ ਇਹ ਵਿਚਾਰਾਂ ਕਰਦੇ ਹਾਂ, ਪਰ ਇਹ ਸਿਫਾਰਿਸ਼ ਹੀ ਪੂਰੀ ਕਰਨੀ ਹੈ। ਉਸ ਮਨੁੱਖ ਨੇ ਸਿੱਖੀ ਨੂੰ ਢਾ ਲਾਉਣ ਵਾਸਤੇ ਬਹੁਤ ਜ਼ਿਆਦਾ ਮਨਮਤ ਦੀ ਖੁੱਲ ਦਿੱਤੀ ਤੇ ਜਦ ਵੇਲੇ ਵੀ ਕੋਈ ਮਨਮਤ ਦੀਆਂ ਖੁੱਲਾਂ ਹੋਣ ਉਸ ਵੇਲੇ ਕਿਸੇ ਵੀ ਧਰਮ ਦੀ ਨੌਜਵਾਨੀ ਹੋਵੇ ਉਧਰ ਨੂੰ ਚਲੇ ਜਾਂਦੀ ਹੈ। ਜਿਸ ਵੇਲੇ ਕੂੜ ਅਤੇ ਕੁਕਰਮ ਜਦੋਂ ਹੋਵੇ ਉਹ ਸੌਖਾ ਮਿਲਦਾ ਹੋਵੇ ਉਧਰ ਨੂੰ ਗਏ ਤੇ ਉਸ ਨੂੰ ਰੋਕਣ ਵਾਸਤੇ ਗੁਰੂ ਕੇ ਪਿਆਰੇ ਖਾਲਸੇ ਨੇ ਜੋ ਯਤਨ ਕੀਤਾ ਤੇ 13 ਸਿੰਘ ਸ਼ਹੀਦ ਕਰਨੇ ਵਿਸਾਖੀ ਵਾਲੇ ਦਿਨ 1978 ਨੂੰ ਤੇ 78 ਸਿੰਘ ਜ਼ਖਮੀ ਕਰਨੇ, ਉਨ੍ਹਾਂ ਦਾ ਹੱਕ ਲੈਣ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੀ ਦਮਦਮੀ ਟਕਸਾਲ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਹੱਥੀ ਦਮਦਮਾ ਸਾਹਿਬ ਸਾਰੀਆਂ ਜੰਗਾਂ ਲੜ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਸਤਿਗੁਰਾਂ ਨੇ ਕੰਠੋਂ ਉਚਾਰੀ ਹੈ ਉਹਦੇ ਅਰਥ ਸੁਣਾਏ ਹਨ ਤੇ ਉਸ ਤੋਂ ਉਪਰੰਤ ਇਹ ਦਮਦਮੀ ਟਕਸਾਲ ਸਾਜੀ ਜਿਸ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਦੀ ਜੋ ਸੀਸ ਤਲੀ ਦੇ ਉੱਤੇ ਰੱਖ ਕੇ ਕੌਮ ਵਾਸਤੇ ਤੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਵਾਸਤੇ ਉਹਨਾਂ ਨੇ ਜੰਗ ਲੜਿਆ, ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਇਆ, ਉਨ੍ਹਾਂ ਦੇ ਥਾਂ ਤੇ ਸੀਨੇ ਬਸੀਨੇ 14ਵੇਂ ਥਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਬੀੜਾ ਚੱਕਿਆ ਤੇ ਉਨ੍ਹਾਂ ਨੇ ਜਿਵੇਂ ਉਨ੍ਹਾਂ ਦੇ ਸਿੰਘਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਆਸਰੇ ਉਸ ਨਰਕਧਾਰੀ ਪਾਪੀ ਕੋਲੋਂ ਹੱਕ ਉਹਦੇ ਘਰ ਵਿਚ ਜਾ ਕੇ ਲਿਆ। 2 ਸਾਲ ਤੇ 11 ਦਿਨਾਂ ਬਾਅਦ ਅੱਜ 24 ਅਪ੍ਰੈਲ 1980 ਵਾਲਾ ਦਿਨ ਸੀ, ਸ਼ਾਮਾਂ ਦਾ ਸਮਾਂ ਸੀ। ਇਹ ਕੁਸੰਗ ਭਵਨ ਲਾ ਕੇ ਪਹਾੜਗਾਂ ਦਿੱਲੀ ਤੋਂ ਆਪਣੇ ਘਰ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਸ਼ਹੀਦਾਂ ਸਿੰਘਾਂ ਦਾ ਹੱਕ ਲੈਣ ਲਈ ਔਰ ਕੌਮ ਦੀ ਹੋਂਦ ਦੱਸਣ ਵਾਸਤੇ। ਇਹ ਨਰਕਧਾਰੀ ਜਿਹੜਾ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਜੇ ਨੇ 5 ਪਿਆਰੇ, ਮੈਂ ਸਾਜੇ ਹਨ 7 ਸਿਤਾਰੇ ਤੇ 7 ਸਿਤਾਰਿਆਂ ਦੇ ਵਿਚੋਂ ਪ੍ਰਤਾਪਾ ਮੁਖੀ ਜਿਹੜਾ ਸੀ ਇਹਦੇ ਨਾਲ ਸੀ, ਉਹ ਚੇਲਾ ਤੇ ਗੁਰੂ ਕੇ ਦੋ ਸਿੱਖਾਂ ਨੇ ਜਿਵੇਂ ਉਨ੍ਹਾਂ ਦਾ ਸੋਧਾ ਲਾਇਆ ਆਪ ਜੀ ਦੀ ਸਿਫਾਰਿਸ਼ ਇਹ ਐਵੇਂ ਪੂਰੀ ਕੀਤੀ ਜਾ ਰਹੀ। ਸੁਣੀਏ ਜੀ। ਇਹ ਸਿੰਘ ਪਰੇ ਸੀ ਗੁੱਸੇ ਨਾ ਕੀਤਾ ਜਾ ਬਚਲੇ ਨੇ ਕਾਰਾ, ਦਿਲ ਚੋ ਜਿਨ ਖੁੱਟੇ ਤੋਂ ਚੱਲਦਾ ਕਦੇ ਨਹੀਂ ਕੋਈ ਚਾਰਾ, ਸਰ ਗੁਰ ਦੀ ਨਿੰਦਿਆ ਕਾਰੇ ਕਰਦਾ ਬਚਨਾ ਰੇ ਆਖ ਰਾਬੀ, ਦੁੱਧ ਪੀ ਕੇ ਮਾਤਾ ਦਾ
ਲੱਗਦੇ ਸੁਣ ਕੇ ਕਦੇ ਗੁਰਾਂ ਦੀ ਨਿੰਦਾ ਉਹ ਮਰਦ ਸੁਧਾਉਂਦਾ ਨਹੀਂ ਫੌਰਨ ਜੋ ਜਵਾਬ ਨਹੀਂ ਦਿੰਦਾ ਰਣ ਵਿੱਚ ਕੁੱਟ ਪੈਂਦੇ ਨੇ ਕਲਗੀ ਧਰਦੇ ਇਨਕਲਾਬੀ ਕਲਗੀ ਧਰਦੇ ਇਨਕਲਾਬੀ ਦੁੱਧ ਪੀ ਕੇ ਮਾਤਾ ਦਾ ਕਰ ਗਏ ਸੁਭਲਾ ਮਰਦ ਪੰਜਾਬੀ ਵਰੋ ਤੀਜੇ ਕੌੜਾ ਬੋਲ ਕਿਸੇ ਨੇ ਕੱਢਿਆ ਸਿੱਖੀ ਦਾ ਵਾਅਦਾ ਹੈ ਇਹ ਨਾ ਨਹੀਂ ਜਿਉਂਦਾ ਛੱਡਿਆ ਨੇਰੇ ਚ ਕਰ ਗਏ ਚਾਨਣ ਵਾਲ ਮਤਾਬੀ ਦੁੱਧ ਪੀ ਕੇ ਮਾਤਾ ਦਾ ਕਰ ਗਏ ਸੋਲਾ ਮਰਦ ਪੰਜਾਬੀ ਹੱਸ ਮੌਤ ਨੂੰ ਮਾਸੀ ਕਹਿ ਰੱਖੀਏ ਨਾਲ ਸਿਰਾਂ ਦੇ ਦਾਈਏ ਦੁਸ਼ਮਣ ਦਾ ਪਿੱਛਾ ਕਰ ਉਸ ਨੂੰ ਮੜੀਆਂ ਤਾਈ ਪਹੁੰਚਾਈਏ ਕਾਇਨ ਤਾਰ ਦਈਏ ਰੱਖੀਏ ਫਰਕ ਨ ਕਦੇ ਹਿਸਾਬੀ ਦੁੱਧ ਪੀ ਕੇ ਮਾਤਾ ਦਾ ਕਰ ਗਏ ਸੋਲਾ ਮਰਦ ਪੰਜਾਬੀ ਪਿੱਛਾ ਕਰ ਢੂੰਡ ਲਿਆ ਦਿੱਲੀ ਦੇ ਪਵਨਾਂ ਵਿਚ ਰਹਿੰਦਾ ਪਾਪੀ ਗੁਰ ਬਚਨਾ ਜੋ ਸੀਨੇ ਤੋਂ ਕਾਮ ਵਾਸ ਨਾ ਲੈਂਦਾ ਨਿਤ ਪੀਵੇ ਵਸਕੀ ਜੋ ਖਾਵੇ ਮੁਰਗੇ ਮਾਸ ਕਬਾਬੀ ਦੁੱਧ ਪੀ ਕੇ ਮਾਤਾ ਦਾ ਕਰ ਗਏ ਸਭਲਾ ਮਰਦ ਪੰਜਾਬੀ ਕਾਬਲ ਸਿੰਘ ਰਣ ਜਿੱਤਿਆ ਦੂਜਾ ਨਾਲ ਸਿੰਘ ਰਣ ਜੀਤਾ ਮਰ ਜੂੜੇ ਬਣ ਕੇ ਤੇ ਜਿਸਨੇ ਪ੍ਰੇਮ ਪਿਆਲਾ ਪੀਤਾ ਗੋਲੀਆਂ ਵੱਜੀਆਂ ਜਾਂ ਰੁਲ ਗਈ ਪੈਰਾਂ ਵਿੱਚ ਨਵਾਬੀ ਰੁਲ ਗਈ ਪੈਰਾਂ ਵਿੱਚ ਨਵਾਬੀ ਦੁੱਧ ਪੀ ਕੇ ਮਾਤਾ ਦਾ ਕਰ ਗਏ ਸਭਲਾ ਮਰਦ ਪੰਜਾਬੀ ਬਚਲੇ ਪ੍ਰਤਾਪੇ ਨੂੰ ਯੋਧਿਆਂ ਨਾਲ ਗੋਲੀਆਂ ਭੁੰਨਿਆ ਗੰਤੋ ਨੇ ਘਰਵਾਲੀ ਹੋ ਗਈ ਮੈਂ ਰੰਡੀ ਜਾ ਸੁਣਿਆ ਕੂਕੇ ਬਚਨੇ ਦੀ ਤਾਂ ਭਾਰਤ ਦੇ ਗੁੰਡਿਆਂ ਦੀ ਭਾਬੀ ਰਨ ਕੂਕੇ ਬਚਨੇ ਦੀ ਭਾਰਤ ਦੇ ਗੁੰਡਿਆਂ ਦੀ ਭਾਬੀ ਦੁੱਧ ਪੀ ਕੇ ਮਾਤਾ ਦਾ ਕਰ ਗਏ ਸਭਲਾ ਮਰਦ ਪੰਜਾਬੀ ਮਸਤ ਜੁਗੀਰ ਕਾਏ ਕਰ ਗਏ ਕਮਜ਼ਰ ਨੈਲ ਸੁਲੱਖਣੀ ਉਹ ਧਰਮ ਨਿਭਾ ਜਾਂਦੇ ਹੁੰਦੇ ਜੋੜ ਗੁਰੂ ਹਿੱਤ ਰੱਖਣੀ ਮਰਦ ਮੁਰਾਰ ਗਏ ਕਰਕੇ ਦੁਸ਼ਟ ਦਾ ਖੂਨ ਖਰਾਬੀ ਕਰਕੇ ਦੁਸ਼ਟ ਦਾ ਖੂਨ ਖਰਾਬੀ ਦੁੱਧ ਪੀ ਕੇ ਮਾਤਾ ਦਾ ਕਰ ਗਏ ਸਭਲਾ ਮਰਦ ਪੰਜਾਬੀ ਸਤਿਗੁਰੂ ਕੇ ਪਿਆਰਿਆਂ ਨੇ ਜਿਹੜਾ ਇਹ ਬਚਨਾ ਦਿੱਲੀ ਦੇ ਰਾਜ ਦੇ ਆਸਰੇ ਸਿੱਖੀ ਉੱਤੇ ਜ਼ੁਲਮ ਕਮਾਉਂਦਾ ਸੀ ਉਸਦੇ ਘਰ ਜਾ ਕੇ ਜਿਸ ਵੇਲੇ ਬਚਨੇ ਦੀ ਹਿੱਕ ਵਿਚ ਦੋ ਮਾਰੀਆਂ ਤੇ ਪ੍ਰਤਾਪਾ ਲੱਗਾ ਭੱਜਣ ਇਹ ਕਾਰ ਚਲਾਉਂਦਾ ਸੀ ਤੇ ਇਹਦੇ ਵੀ ਅੱਗੇ ਹੋ ਕੇ ਗੁਰੂ ਕੇ ਪਿਆਰੇ ਨੇ ਭਾਈ ਕਾਵਲ ਸਿੰਘ ਤੇ ਭਾਈ ਰਣਜੀਤ ਸਿੰਘ ਹੋਣਾ ਨੇ ਆਖਿਆ ਸਾਡੇ ਗੁਰੂ ਦਾ ਸਿਧਾਂਤ ਹੈ ਵਿਛੜਿਆ ਮੇਲ ਹੈ ਪ੍ਰਭੂ ਹਰ ਦਰਗਹਿ ਕਾ ਵਸੀਠ ਸਾਡੇ ਗੁਰੂ ਦਾ ਉਪਦੇਸ਼ ਹੈ ਵੀ ਵਿਛੜਿਆ ਨੂੰ ਮਿਲਾਉਣਾ ਤੂੰ ਮਿਲਿਆ ਹੋਇਆ ਵੇਖਣ ਲੱਗਾ ਹੈ ਉਹ ਹਰ ਕੰਮ ਆਪਣੇ ਗੁਰੂ ਦੇ ਨਾਲ ਕਰੇ ਸ਼ਰਾਬਾਂ ਗੁਰੂ ਨਾਲ ਪੀਵੇ ਕਰਮ ਗੁਰੂ ਦੇ ਮੋਹਰੇ ਹੋ ਕੇ ਕਰੇ ਰਸਗੁੱਲੇ ਗੁਰੂ ਦੇ ਨਾਲ ਖਾਵੇ ਤੇ ਹੁਣ ਗੁਰੂ ਗੋਲੀਆਂ ਖਾਵੇ ਤੇ ਹੁਣ ਪਰੇ ਨੂੰ ਜਾਣ ਲੱਗਾ ਗੋਲੀ ਵੀ ਨਾਲ ਹੀ ਖਾ ਗੱਜ ਕੇ ਆਖੋ ਸਤਨਾਮ ਇਸ ਨੂੰ ਘੇਰ ਕੇ ਇਹਦੇ ਵੀ ਦੋ ਵੱਖੀ ਦੇ ਵਿੱਚ ਜਦੋਂ ਮਾਰੀਆਂ ਮੂਹਦੇ ਮੂੰਹ ਸਿੱਟ ਦਿੱਤਾ ਤੇ ਜਿਸ ਵੇਲੇ ਖੜਾਕਾ ਹੋਇਆ ਗੋਲੀਆਂ ਦਾ ਕੰਤੋ ਜਿਹਦਾ ਨਾਂ ਕੁਲਵੰਤ ਕੌਰ ਸੀ ਇਹ ਚਬਾਰੇ ਦੇ ਵਿਚੋਂ ਉਤਰੀ ਪੌੜੀਆਂ ਉਤਰਦੀ ਉਤਰਦੀ ਕਹਿੰਦੀ ਕਸੰਗ ਭਵਨ ਸੀ ਪਹਾੜ ਗਾਂ ਦਿੱਲੀ ਸਾਡੇ ਘਰ ਦੇ ਵਿਚ ਕਿਸੇ ਬੱਚੇ ਦਾ ਬਰਥਡੇ ਨਹੀਂ ਕੋਈ ਖੁਸ਼ੀ ਦਾ ਨੀ ਸਾਡੇ ਘਰ ਵਿਚ ਕਾਹਦੀ ਖੁਸ਼ੀ ਚ ਪਟਾਕੇ ਚੱਲਦੇ ਨੇ ਜਦੋਂ ਇਹ ਥੱਲੇ ਆਣ ਕੇ ਦੇਖੀ ਦਰਵਾਜਾ ਖੋਲਿਆ ਤੇ ਬਾਹਰ ਜਦੋਂ ਦੇਖਿਆ ਗੁਰੂ ਤੇ ਚੇਲਾ ਇਕ ਕਾਰ ਦੇ ਉਸ ਪਾਸੇ ਤੇ ਇਕ ਕਾਰ ਦੇ ਉਸ ਪਾਸੇ ਐਨ ਮੂਹਦੇ ਮੂੰਹ ਡਿੱਗੇ ਹੋਏ ਸਨ ਦੇਖ ਕੇ ਫਿਰ ਹੱਥੜਾ ਦੁਹੱਥੜਾ ਤੇ ਚੁਹੱਥੜਾ ਜਿਵੇਂ ਇਹਨੂੰ ਰੋਣ ਪਿੱਟਣ ਪਿਆ ਉਸ ਵੇਲੇ ਚੇਤਾ ਆਇਆ ਕਿ ਜਿਸ ਵੇਲੇ 78 ਦੇ ਸਾਕੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਆਂ ਦੇ ਨਾਲ ਉਹ ਧੱਕਾ ਕਰਕੇ ਆਉਂਦਾ ਸੀ ਉਦੋਂ ਉਸ ਨੂੰ ਇਹ ਸ਼ਰਾਬਾਂ ਪੜਾਇਆ ਕਰੇ ਕਿ ਤੁਹਾਡਾ ਦਿਲ ਨਾ ਘਟਦਾ ਹੋਵੇ ਅੱਜ ਜਦੋਂ ਆਪਣੇ ਘਰ ਵਾਪਰੀ ਤੇ ਫਿਰ ਪਤਾ ਲੱਗਾ ਕਿ ਸਿੰਘਾਂ ਨੂੰ ਸ਼ਹੀਦ ਕਰਨ ਦਾ ਖਾਲਸੇ ਕੌਮ ਨੂੰ ਕਿੰਨਾ ਦੁੱਖ ਹੈ ਸੋ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਆਂ ਨੇ ਇਸ ਤਰ੍ਹਾਂ ਇਹਦਾ ਬਦਲਾ ਲਿਆ ਸੋ ਸਮਾਂ ਆਪਣੀ ਚਾਲੀ ਤੁਰਿਆ ਜਾ ਰਿਹਾ ਹੈ ਕੌਮੀ ਆਵਾਜ਼ ਰੇਡੀਓ ਦੇ ਸਰੋਤਿਆਂ ਦਾ ਅਤੇ ਸਟਾਫ ਦਾ ਸਭਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਦਾਸਾਂ ਨਮਾਣਿਆਂ ਨੂੰ ਆਪ ਆਸਟ੍ਰੇਲੀਆ ਦੇ ਘਰ ਬੈਠੇ ਸਰੋਤਿਆਂ ਤੱਕ ਗੁਰੂ ਪੰਥ ਦੀ
ਔਰ ਕੌਮ ਦੇ ਸੂਰਮਿਆਂ ਦੀ ਇਹ ਗਾਥਾ ਥੋੜੀ ਬਹੁਤੀ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਸਮਾਂ ਜਿਹੜਾ ਦਿੱਤਾ ਜਾ ਰਿਹਾ ਹੈ। ਸੋ ਹੁਣ ਆਪ ਜੀ ਦੇ ਸਾਹਮਣੇ ਇੱਕ ਆਪ ਜੀ ਵੱਲੋਂ ਇਹ ਹੁਕਮ ਆਇਆ ਹੈ ਤੇ ਉਹ ਹੁਕਮ ਜੋ ਸ਼ੇਰਾਂ ਦੇ ਡੇਰਿਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਓ, ਉਹ ਜਿਸ ਵੇਲੇ ਗੁਰੂ ਪੀਰਾਂ ਸਾਹਿਬਜ਼ਾਦਿਆਂ ਦੇ ਜਨਮ ਅਸਥਾਨ ਵਾਲੀ ਧਰਤੀ ਦੇ ਉੱਤੇ ਕੌਮ ਦੇ ਹੀਰਿਆਂ ਦਾ ਲਹੂ ਪੀਣਾ ਹਿੰਦੁਸਤਾਨ ਦੀ ਸਰਕਾਰ ਦੇ ਹੁਕਮ ਨਾਲ ਪੁਲਿਸ ਫੋਰਸਾਂ ਨੇ, CRP ਵਾਲਿਆਂ ਨੇ, ਹਿੰਦੁਸਤਾਨ ਦੀਆਂ ਮਿਲਟਰੀ ਫੌਜ ਨੇ ਇਹ ਸ਼ੁਰੂ ਕੀਤਾ ਤੇ ਉਸ ਵੇਲੇ ਇੱਕ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਸੰਤਾਂ ਮਹਾਂਪੁਰਖਾਂ ਨੂੰ ਜਨਮ ਦੇਣ ਵਾਲੀ, ਸੂਰਮਿਆਂ ਨੂੰ ਜਨਮ ਦੇਣ ਵਾਲੀ, ਭਗਤ ਸਿੰਘ ਪੈਦਾ ਕਰਨ ਵਾਲੀ, ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਪੈਦਾ ਕਰਨ ਵਾਲੀ ਉਸ ਧਰਤੀ ਨੇ ਇੱਕ ਹਾਂ ਦਾ ਨਾਰਾ ਮਾਰਿਆ, ਐ ਦਿੱਲੀਏ ਤੇਰੇ ਤਖ਼ਤ ਉੱਤੋਂ ਮੁਗਲ ਲੋਕਾਂ ਵੱਲੋਂ ਬੰਨ ਕੇ 30,000 ਅਬਲਾਂ ਜਿਹੜੀਆਂ ਕਾਬਲ ਵਿੱਚ ਇੱਕ ਇੱਕ ਟਕੇ ਤੇ ਦੋ ਦੋ ਪੈਸਿਆਂ ਨੂੰ ਵੇਚੀਆਂ ਜਾਂਦੀਆਂ ਸਨ, ਜਿਨ੍ਹਾਂ ਦੀ ਲਿਲਾਮੀ ਕੀਤੀ ਜਾਂਦੀ ਸੀ ਬੱਚੀਆਂ ਦੀ ਤੁਹਾਡੀਆਂ ਦੀ, ਤੇ ਉਹਨਾਂ ਨੂੰ ਛਡਾਉਣ ਵਾਲਾ ਇਹ ਖਾਲਸਾ ਉਸ ਖਾਲਸੇ ਦੇ ਸਪੁੱਤਰਾਂ ਦਾ ਤੁਸੀਂ ਖੂਨ ਪੀਂਦੇ ਹੋ, ਇੱਕ ਦਿਨ ਇਹ ਤੁਹਾਨੂੰ ਲੇਖਾ ਦੇਣਾ ਪਵੇਗਾ। ਜੋ ਪੰਜਾਬ ਦੀ ਧਰਤੀ ਉਸ ਵੇਲੇ ਇਹ ਪੁਕਾਰ ਕਰ ਰਹੀ ਹੈ, ਉਸ ਵੇਲੇ ਦਾ ਵਾਤਾਵਰਨ ਆਪ ਜੀ ਦੇ ਸਾਹਮਣੇ ਪੇਸ਼ ਕਰ ਰਹੇ ਹਾਂ, ਸੁਣੀਏ ਪਿਆਰ ਨਾਲ ਜੀ, ਇਹੋ ਬੇਨਤੀ ਕੀਤੀ ਜਾ ਰਹੀ ਹੈ। ਸ਼ੇਰਾਂ ਦੇ ਡੇਰਿਆਂ ਤੇ ਅੱਜ ਗਿੱਦੜ ਕਰਨ ਕਲੋਲਾ, ਹੱਥ ਧਰ ਕੇ ਕਾਲਜੇ ਤੇ ਮੈਂ ਤਾਂ ਦਿਲ ਦੇ ਭਰ ਕੇ ਫੁੱਲਾਂ। ਧਰਤੀ ਪੰਜਾਬ ਦੀ ਬੋਲਦੀ ਭਰ ਭਰ ਕੇ ਹੱਟ ਕੋਰੇ, ਮੇਰੀ ਇੱਕ ਤੇ ਦਿੱਲੀਏ ਨੀ ਨੀ ਤੂੰ ਹੋਰ ਮਾਰ ਨਾ ਲੋੜੇ। ਪੱਤ ਦੀ ਰਾਖੀ ਨੀ ਮੇਰੇ ਕੁੱਖ ਦੇ ਜਾਇਆ ਕੀਤੀ, ਅੱਜ ਕੱਢ ਕੇ ਮਤਲਬ ਨੂੰ ਨੀ ਤੂੰ ਤਾਰ ਲਈ ਬਦਨੀਤੀ। ਸਾਡੇ ਦਿਨ ਜੋ ਖੁਸ਼ੀਆਂ ਦੇ ਨੀ ਤੂੰ ਗਮੀਆਂ ਦੇ ਵਿੱਚ ਰੋੜੇ, ਮੇਰੀ ਇੱਕ ਤੇ ਦਿੱਲੀਏ ਨੀ ਨੀ ਤੂੰ ਹੋਰ ਮਾਰ ਨਾ ਲੋੜੇ। ਤੇਰੇ ਹਾਕਮ ਨੇ ਮਾਥਾ ਮੀਰ ਮਨੂੰ ਨੂੰ ਪਾਉਂਦੇ, ਕਰ ਫਾਇਰ ਗੋਲੀਆਂ ਦੇ ਫਿਰ ਦੇ ਥਾਂ ਥਾਂ ਮੌਤ ਨਚਾਉਂਦੇ। ਸਿੰਘਾਂ ਨਾਲ ਦੋਛਾਂ ਦੇ ਨਿੰਬੂਆਂ ਵਾਂਗਰ ਖੂਨ ਨਚੋੜੇ, ਮੇਰੀ ਇੱਕ ਤੇ ਦਿੱਲੀਏ ਨੀ ਨੀ ਤੂੰ ਹੋਰ ਮਾਰ ਨਾ ਲੋੜੇ। ਖੂਨ ਦੀਆਂ ਨਦੀਆਂ ਨੀ ਤੂੰ ਪਾਣੀ ਵਾਂਗ ਵਗਾਈਆਂ, ਪੁੱਤਰਾਂ ਨੂੰ ਪਾਲਦੀਆਂ ਰੋਂਦੀਆਂ ਜਾਨ ਤੇਰੀ ਨੂੰ ਮਾਈਆਂ। ਖਿੜੀਆਂ ਕਲੀਆਂ ਦੇ ਫੁੱਲ ਤੂੰ ਬੇਦਾਰ ਦੀ ਨਾ ਤੋੜੇ, ਮੇਰੀ ਇੱਕ ਤੇ ਦਿੱਲੀਏ ਨੀ ਨੀ ਤੂੰ ਹੋਰ ਮਾਰ ਨਾ ਲੋੜੇ। ਸ਼ੇਰਾਂ ਵਰਗੇ ਗੱਭਰੂ ਤੈ ਪਾਪਣੇ ਗੋਲੀਆਂ ਦੇ ਨਾਲ ਪੁੰਨੇ, ਵਸਦੇ ਕਈ ਮਾਪਿਆਂ ਦੇ ਨੀ ਤੂੰ ਵੇੜੇ ਕਰਤੇ ਸੁਣੇ। ਕਰ ਜਾ ਜਾ ਰਵਾਣਿਆਂ ਦਾ ਖਾਲਸਾ ਸਣੇ ਵਿਆਜ ਦੇ ਮੋੜੇ, ਮੇਰੀ ਇੱਕ ਤੇ ਦਿੱਲੀਏ ਨੀ ਨੀ ਤੂੰ ਹੋਰ ਮਾਰ ਨਾ ਲੋੜੇ। ਅੱਜ ਧਰਤ ਪੰਜਾਬ ਦੀ ਤੂੰ ਸ਼ਮਸ਼ਾਨ ਦੇ ਘਾਟ ਬਣਾਈ, ਮਾਵਾਂ ਦੇ ਪੁੱਤਰਾਂ ਨੂੰ ਜਾਮੇ ਮਾਰ ਮਾਰ ਕੇ ਖਾਈ। ਸਭ ਹੱਦਾਂ ਟੱਪ ਗਏ ਨੇ ਪਾਪੀ ਦਿਲ ਬੰਦੇ ਜੋ ਕੋੜੇ, ਮੇਰੀ ਇੱਕ ਤੇ ਦਿੱਲੀਏ ਨੀ ਨੀ ਤੂੰ ਹੋਰ ਮਾਰ ਨਾ ਲੋੜੇ। ਪੰਜਾਬ ਦੇ ਜੰਮਿਆਂ ਨੇ ਕਦੇ ਨਾ ਈਨ ਕਿਸੇ ਦੀ ਮੰਨੀ, ਜ਼ਾਲਮ ਦੀ ਤੌਣ ਸਦਾ ਲੜ ਕੇ ਵਿੱਚ ਮੈਦਾਨ ਦੇ ਪੰਨੀ। ਜਾਬਰ ਦੀ ਕੰਢੀ ਨੂੰ ਜ਼ਾਲਮ ਦੀ ਕੰਢੀ ਨੂੰ ਖਾਲਸਾ ਮੁਰਗੇ ਵਾਂਗ ਮਰੋੜੇ, ਮੇਰੀ ਇੱਕ ਤੇ ਦਿੱਲੀਏ ਨੀ ਨੀ ਤੂੰ ਹੋਰ ਮਾਰ ਨਾ ਲੋੜੇ। ਛੇਤੀ ਡੁੱਬ ਜਾਵੇਗਾ ਤੇਰਾ ਭਰਿਆ ਪਾਪ ਦਾ ਬੇੜਾ,
ਜਾ ਜਰਵਾਣਿਆਂ ਦਾ ਖਾਲਸਾ ਸਣੇ ਵੇ ਆਜ ਦੇ ਮੋੜੇ, ਖਾਲਸਾ ਸਣੇ ਵੇ ਆਜ ਦੇ ਮੋੜੇ, ਮੇਰੀ ਇੱਕ ਤੇ ਦਿੱਲੀਏ ਨੀ ਨੀ ਤੂੰ ਹੋਰ ਮਾਰਨਾ ਲੋੜੇ, ਕਫਨ ਸਿਰ ਤੇ ਨੀ ਜੋਦੇ ਉੱਠੇ ਬੰਨ ਕੇ ਟਾਣੇ, ਦਿੱਲੀ ਦੇ ਬੁੱਚੜਾਂ ਨੂੰ ਕੱਲਣਾ ਸਿੰਘਾਂ ਅਸ ਲੁਟਕਾਣੇ, ਪਾਂਡਾ ਜਰਵਾਣਿਆਂ ਦਾ ਪਾਂਡਾ ਜਰਵਾਣਿਆਂ ਦਾ ਖਾਲਸਾ ਵਿੱਚ ਚੁਰਾਹੇ ਫੋੜੇ, ਮੇਰੀ ਇੱਕ ਤੇ ਦਿੱਲੀਏ ਨੀ ਨੀ ਤੂੰ ਹੋਰ ਮਾਰ ਨਾ ਲੋੜੇ, ਸ਼ਮਾ ਜਾਂ ਬਲਦੀ ਨੂੰ ਰੁਕਦੇ ਨਹੀਂ ਕਦੇ ਪਰਵਾਨੇ, ਜ਼ਾਲਮ ਤੋਂ ਤੰਗ ਆ ਕੇ ਬੰਨਦੇ ਸਿੰਘ ਮੌਤ ਦੇ ਗਾਨੇ, ਚੱਲ ਮਨ ਸਿੰਘ ਟੰਡਾ ਜੋ ਕਮ ਤਾਂ ਫਿਰ ਜੋਧਿਆਂ ਦੀਆਂ ਜੋੜੇ, ਮੇਰੀ ਇੱਕ ਤੇ ਦਿੱਲੀਏ ਨੀ ਨੀ ਤੂੰ ਹੋਰ ਮਾਰ ਨਾ ਲੋੜੇ, ਨੀ ਤੂੰ ਹੋਰ ਮਾਰ ਨਾ ਲੋੜੇ, ਨੀ ਤੂੰ ਹੋਰ ਮਾਰ ਨਾ ਲੋੜੇ। ਇਸ ਤਰ੍ਹਾਂ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਅੱਜ ਵੀ ਦਿੱਲੀ ਦੇ ਤਖ਼ਤ ਨੂੰ ਵੰਗਾਰ ਵੰਗਾਰ ਕੇ ਕਹਿ ਰਹੀ ਹੈ ਕਿ ਤੂੰ ਜੋ ਵੀ ਜ਼ੁਲਮ ਕਰਨਾ ਰੱਜ ਕੇ ਕਰ ਲਾ। ਜ਼ਾਲਮ ਜਿਹੜਾ ਹੈ ਉਹ ਸਦਾ ਜ਼ੁਲਮ ਕਰਦਾ ਹੈ। ਤੇ ਇੱਕ ਸਵਾਲ ਸਾਡਾ ਪੈਦਾ ਕਰਦਾ ਹੈ ਸਾਡੇ ਉੱਤੇ ਲੋਕਾਂ ਵੱਲੋਂ ਕਿ ਜੀ ਸਿੱਖਾਂ ਦੇ ਨਾਲ ਹੀ ਕਿਉਂ ਲੜਦੇ ਹਨ ਲੋਕ, ਜਿਹੜਾ ਵੀ ਰਾਜ ਆਉਂਦਾ ਉਹੀ ਸਿੱਖਾਂ ਦੇ ਵਿਰੋਧੀ ਕਿਉਂ, ਉਹ ਭਾਵਨਾ ਉਹਨਾਂ ਦੀ ਕੁਝ ਹੋਰ ਹੈ, ਦੋਸ਼ੀ ਸਾਨੂੰ ਬਣਾਉਂਦੇ ਕਿ ਖਾਲਸਾ ਕਸੂਰਵਾਰ। ਨਹੀਂ, ਖਾਲਸਾ ਚੈਂਪੀਅਨ ਬਣਾਇਆ ਹੈ ਦਸਵੇਂ ਪਾਤਸ਼ਾਹ ਮਹਾਰਾਜ ਨੇ, ਖਾਲਸਾ ਸੱਚਾ ਸੁੱਚਾ ਹੈ, ਖਾਲਸਾ ਪਰ ਉਪਕਾਰੀ ਹੈ, ਖਾਲਸਾ ਧੋਖੇਬਾਜ ਨਹੀਂ, ਸਿੱਖ ਕਿਸੇ ਨਾਲ ਧੋਖਾ ਨਹੀਂ ਕਰਦੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਦੀ ਨੀਂਹ ਤਿੰਨਾਂ ਚੀਜ਼ਾਂ ਤੇ ਰੱਖੀ ਹੈ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਇਹਦੇ ਵਿੱਚ ਬਹੁਤ ਵੱਡਾ ਰਾਜ ਹੈ ਔਰ ਇਹਦੀ ਬੁਨਿਆਦ ਜਿਹੜੀ ਹੈ ਰਹਿੰਦੀ ਦੁਨੀਆਂ ਤੱਕ, ਇਹ ਕਦੇ ਵੀ ਕਮਜ਼ੋਰ ਨਹੀਂ ਹੋ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਕਿਰਤੀ ਹਨ, ਕਿਰਤੀ ਸਿੱਖ ਹੋਣ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਸਿੱਖ ਗਿਆ ਬੈਨੀਫਿਟ ਵੱਲ ਨਹੀਂ ਨਿਗਾਹ, ਗੁਰੂ ਕੇ ਪਿਆਰੇ ਨੇ ਹਰ ਕਾਰਜ ਖੇਤਰ ਵਿੱਚ ਆਪਣੀ ਮਿਹਨਤ ਕਰਕੇ ਆਪਣਾ ਘਰ ਬਾਰ ਤੇ ਆਪਣਾ ਪਰਿਵਾਰ ਸੈੱਟ ਕੀਤਾ ਹੈ। ਪਰਿਵਾਰ ਸੈੱਟ ਕਰਨ ਤੋਂ ਬਾਅਦ ਗੁਰੂ ਕਾ ਪ੍ਰਕਾਸ਼, ਗੁਰੂ ਘਰਾਂ ਦੀ ਅਸਾਰੀ ਔਰ ਲੰਗਰ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਨਾਮ ਜਪਣ ਵਾਲਿਆਂ ਵਾਸਤੇ, ਗੁਰੂ ਕੇ ਸਾਰਾ ਸੰਤਾਂ ਵਾਸਤੇ ਜੋ ਲਾਇਆ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਉਹ ਪ੍ਰਥਾ ਜਿਹੜੀ ਹੈ ਗੁਰੂ ਕੇ ਪਿਆਰੇ ਜਿਹੜੇ ਹਨ ਉਸ ਪ੍ਰਥਾ ਨੂੰ ਅੱਗੇ ਤੋਰਦੇ ਹਨ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਤੇ ਨਾਮ ਦੇ ਰਸੀਏ ਕਿਸੇ ਨਾਲ ਧੋਖਾ ਨਹੀਂ। ਐਸੇ ਦੇਸ਼ ਵਿੱਚ ਹੀ ਸ਼ਾਇਦ ਸੀ ਕਿ ਕਿਸੇ ਟੈਕਸੀ ਵਾਲੇ ਵੀਰ ਨੇ ਕਿਸੇ ਦਾ ਬਹੁਤ ਸਾਰਾ ਪੈਸਾ ਜਿਹੜਾ ਟੈਚੀ ਦਾ ਟੈਚੀ ਨੋਟਾਂ ਦਾ ਸੀ ਉਹ ਵਾਪਸ ਕੀਤਾ ਸੀ ਤੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਸੀ। ਇਸ ਵਾਸਤੇ ਇਹ ਸਿੱਖਾਂ ਦੇ ਉੱਤੇ ਅੱਜ ਤੱਕ ਕਿਤੇ ਧੱਬਾ ਨਹੀਂ ਲੱਗਾ ਕਿ ਸਿੱਖ ਚੋਰੀ ਜਾਂ ਜਾਰੀ ਕਰਦਾ ਹੋਵੇਗਾ। ਹਾਂ, ਸਿੱਖਾਂ ਦੇ ਰੂਪ ਵਿੱਚ ਕੋਈ ਵਹਿਰੂਪੀਆ ਜਿਹੜਾ ਹੈ ਉਹ ਸਿੱਖੀ ਤੋਂ ਲਾਹਾ ਲੈਣ ਵਾਸਤੇ ਕੋਈ ਧੋਖਾ ਕਿਸੇ ਨਾਲ ਕਰ ਗਿਆ ਉਹਦੀ ਵੱਖਰੀ ਗੱਲ, ਉਹਦੀ ਆਪਣੀ ਹੈ। ਪਰ ਸਮੁੱਚੀ ਕੌਮ ਔਰ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ ਉਹ ਕਿਸੇ ਨਾਲ ਧੋਖਾ ਨਹੀਂ ਕਰੇਗਾ, ਮਿਹਨਤੀ ਹੈ ਔਰ ਆਪਣੀ ਮਿਹਨਤ ਕਰਕੇ ਦਹਾਨਾਂ ਦੀ ਕਿਰਤ ਦੇ ਵਿੱਚੋਂ ਪੁੰਨ ਦਾਨ ਵੀ ਕਰਦਾ ਹੈ। ਜਿੱਡੇ ਜਿੱਡੇ ਲੰਗਰ ਤੇ ਜਿੱਡੀ ਜਿੱਡੀ ਸਹਾਇਤਾ ਕਿਤੇ ਵੀ ਲੋੜ ਪਈ, ਦੇਸ਼ਾਂ ਵਿਦੇਸ਼ਾਂ ਵਿੱਚ ਵੀ ਅੱਜ ਵੀ ਲੜਾਈਆਂ ਚੱਲ ਰਹੀਆਂ ਹਨ, ਅੱਜ ਵੀ ਸਿੱਖ ਗੁਰੂ ਕੇ ਖਾਲਸੇ ਆਪਣੀ ਵਿੱਤ ਮੁਤਾਬਕ ਜਿਹੜੀ ਹਨ ਸੇਵਾ ਉੱਥੇ ਉੱਥੇ ਜਾ ਕੇ ਉਹ ਕਰ ਰਹੇ ਹਨ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਖਾਲਸਾ ਐਸੇ ਤਰ੍ਹਾਂ ਵਧਦਾ ਰਹੇਗਾ ਕਿਉਂਕਿ ਇਸ ਦੀ ਬੁਨਿਆਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰੱਖਣ ਵਾਲੇ ਔਰ ਇਸ ਦੀ ਸਾਜਨਾ ਜੋ ਸਿੱਖੀ ਸਰੂਪ ਸਾਜਿਆ ਹੈ ਸੰਪੂਰਨਤਾ ਜੋ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਨੇ ਬਖਸ਼ੀ ਹੈ। ਸੋ ਇੱਕ ਮੁਹਾਵਰਾ ਹੈ ਕਿ ਪਰਮੇਸ਼ਰ ਨੂੰ ਜੋ ਇਸਲਾਮ ਵਾਲੇ ਮੰਨਦੇ ਹਨ, ਮੁਹੰਮਦ ਸਾਹਿਬ ਨੇ ਕਿਹਾ ਕਿ ਪਰਮੇਸ਼ਰ ਨੂੰ ਮਨੁੱਖ ਬਣਾਉਣ ਵਾਸਤੇ 230 ਸਾਲ ਲੱਗੇ ਹਨ ਤੇ ਇਹ ਜੇ ਸਿੱਖੀ ਇਤਿਹਾਸ ਦੇਖ ਲਈਏ ਤੇ ਮਨੁੱਖ ਤੋਂ ਪਰਮੇਸ਼ਰ ਬਣਾਉਣ ਵਾਸਤੇ ਫਿਰ ਪਰਮਾਤਮਾ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ ਆਣ ਕੇ ਮਨੁੱਖ ਤੋਂ
ਪਰਮਾਤਮਾ ਪਰਮੇਸ਼ਰ ਦਾ ਰੂਪ ਬਣਾਉਣ ਵਾਸਤੇ ਫੇਰ 230 ਸਾਲ ਲੱਗਦੇ ਹਨ। 1469 ਤੋਂ ਲੈ ਕੇ 1699 ਤੱਕ ਦਾ ਜਿਹੜਾ ਸਮਾਂ ਤੁਸੀਂ ਪੀਰੀਅਡ ਗਿਣ ਲਿਓ 230 ਸਾਲ ਲੱਗਦੇ ਹਨ ਸਿੱਖੀ ਨੂੰ ਸਾਜ ਕੇ। ਔਰ ਖਾਲਸਾ ਪੰਥ ਦਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਉਹ ਪਰਮੇਸ਼ਰ ਦਾ ਰੂਪ ਸਤਿਗੁਰੂ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਤਰ੍ਹਾਂ ਸਾਜਿਆ ਹੈ, ਸੋ ਉਹ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਆਂ ਨੇ ਉਹ ਅੱਜ ਤੱਕ ਜ਼ੁਲਮ ਨਾਲ ਜ਼ਾਲਮਾਂ ਨਾਲ ਟੱਕਰ ਤੇ ਲੋਹਾ ਲੈਣਾ ਇਹ ਖਾਲਸੇ ਦਾ ਸਦਾ ਦਾ ਕਾਰਜ ਹੈ। ਉਹ ਕੋਈ ਵੀ ਖੇਤਰ ਹੋਵੇ, ਚਾਹੇ ਰਾਜਨੀਤਿਕ ਖੇਤਰ ਹੋਵੇ, ਚਾਹੇ ਧਾਰਮਿਕ ਖੇਤਰ ਹੋਵੇ, ਕਿਸੇ ਨਾਲ ਧੋਖਾ ਨਹੀਂ ਕਰਨਾ। ਉਹ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਜਿਹੜੇ ਹਨ ਉਹ ਆਪਣੀ ਚਾਲੇ ਤੁਰ ਕੇ ਪਰਮੇਸ਼ਰ ਦੇ ਭਾਣੇ ਵਿੱਚ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਸਿੱਖਿਆ ਤੇ ਚੱਲਦੇ ਹੋਏ ਉਹ ਆਪਣੇ ਪੰਥ ਵੱਲ ਤੁਰਦੇ ਹਨ। ਸੋ ਆਪ ਜੀ ਨੇ ਹੁਕਮ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਿਆਰਿਆਂ ਦਾ ਜੋ ਅਵਤਾਰ ਸਿੰਘ ਜੀ ਬ੍ਰਹਮਾ ਹੋਏ ਹਨ ਉਹਨਾਂ ਦੀ ਜੋ ਆਪ ਜੀ ਨੇ ਕਵਿਤਾ ਕਹੀ ਆਪ ਜੀ ਦੇ ਸਾਹਮਣੇ ਰੱਖਾਂਗੇ, ਕਿਉਂਕਿ ਸਾਰੀਆਂ ਸਿਫਾਰਿਸ਼ਾਂ ਜਿਹੜੀਆਂ ਹਨ ਹੋ ਸਕਦਾ ਥੋੜੇ ਸਮੇਂ ਵਿੱਚ ਅਸੀਂ ਨਾ ਪੂਰੀਆਂ ਕਰ ਸਕੀਏ, ਪਰ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਵੀ ਹੋ ਸਕੇ ਉਹ ਆਪ ਜੀ ਦੇ ਨਾਲ ਆਪ ਜੀ ਦੀਆਂ ਜੋ ਹੁਕਮ ਹਨ ਉਹ ਆਪ ਜੀ ਨੂੰ ਕਹੀਏ। ਜੋ ਤਤ ਖਾਲਸਾ ਬ੍ਰਹਮ ਦਾ ਖਾਲਸਾ ਉਹ ਆਪ ਜੀ ਵਾਸਤੇ ਜੋ ਸੂਰਮੇ 1984 ਦੇ ਘੱਲੂ ਘਾਰੇ ਦਾ ਹੱਕ ਲੈਣ ਵਾਸਤੇ ਜਿਨ੍ਹਾਂ ਨੇ ਸੀਸ ਤਲੀ ਦੇ ਉੱਤੇ ਰੱਖ ਕੇ ਮੈਦਾਨੇ ਜੰਗ ਵਿਚ ਆਪਾਂ ਨਿਸ਼ਾਵਰ ਕੀਤਾ, ਉਹਨਾਂ ਸੂਰਮਿਆਂ ਦੇ ਵਿਚੋਂ ਜਿਨ੍ਹਾਂ ਨੇ ਫਾਰਮ ਭਰੇ, ਕਿਸੇ ਵੀ ਤੁਸੀਂ ਕੰਪਨੀ ਵਿਚ ਜਾਓ, ਫਾਇਰ ਪੁਲਿਸ ਐਂਬੂਲੈਂਸ ਵਾਲੇ, ਇਹਨਾਂ ਵਿਚ ਜਦੋਂ ਵੀ ਕੋਈ ਮਨੁੱਖ ਜਿਹੜਾ ਹੈ ਦਾਖਲਾ ਲੈਂਦਾ ਹੈ ਐਂਟਰ ਹੁੰਦਾ ਹੈ ਉਹ ਫਾਰਮ ਦਾ ਕੋਲਮ ਹੈ ਸੇਫਟੀ ਫਸਟ, ਆਪਣਾ ਬਚਾਅ ਕਰਕੇ ਦੂਜੇ ਦਾ ਭਲਾ ਕਰਨਾ ਹੈ। ਪਰ ਖਾਲਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋਹ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਇਹ ਫਾਰਮ ਭਰਿਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ, ਮਰਨਾ ਕਬੂਲ ਜਿਨ੍ਹਾਂ ਨੇ ਕੀਤਾ, ਮੰਜ਼ਿਲ ਤੇ ਪੂਰੇ ਉਤਰਨਾ ਜਾਂ ਉਸ ਮੰਜ਼ਿਲ ਨੂੰ ਦੀ ਪ੍ਰਾਪਤੀ ਹੋਣੀ, ਇਹ ਨਹੀਂ ਕਦੇ ਵੀ ਗੁਰੂ ਕਾ ਖਾਲਸਾ ਜਿਹੜਾ ਇਹਦੇ ਉੱਤੇ ਨਹੀਂ ਝਗੜਾ ਕਰਦਾ, ਕਹਿੰਦਾ ਮੰਜ਼ਿਲ ਪੂਰੀ ਕਰਨੀ ਉਹ ਪਰਮੇਸ਼ਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਹੱਥ ਹੈ, ਸਾਡਾ ਫਰਜ਼ ਹੈ ਉਸ ਦੇ ਉੱਤੇ ਸੇਵਾ ਕਰਦਿਆਂ ਆਪਣੀ ਜ਼ਿੰਦਗੀ ਕੁਰਬਾਨ ਕਰਨੀ। ਉਹ ਜ਼ਿੰਦਗੀ ਕੁਰਬਾਨ ਕਰਨ ਵਾਲੇ ਭਾਈ ਅਵਤਾਰ ਸਿੰਘ ਜੀ ਬ੍ਰਹਮਾ, ਜਿਸ ਵੇਲੇ ਕੌਮ ਉੱਤੇ ਜ਼ੁਲਮ ਹੁੰਦਾ ਹੈ ਤੇ ਸਿੱਖੀ ਉੱਤੇ ਜ਼ੁਲਮ ਹੁੰਦਾ ਹੈ ਉਹ ਫਿਰ ਆਪਣੇ ਫੌਜੀ ਬਣਾ ਕੇ ਆਪਣੇ ਦੱਸਦੇ ਖਾਲਿਸਤਾਨ ਲਿਬਰੇਸ਼ਨ ਫੋਰਸ, ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਨੇ ਕਿਵੇਂ ਧੁੰਮਾਂ ਪਾਈਆਂ, CRP ਵਾਲਿਆਂ ਨੂੰ, ਪੁਲਿਸ ਵਾਲਿਆਂ ਨੂੰ, BSF ਵਾਲਿਆਂ ਨੂੰ, ਮਿਲਟਰੀ ਵਾਲਿਆਂ ਦੇ ਨਾਲ ਕਿਵੇਂ ਲੋਹਾ ਲੈਂਦਾ ਹੈ ਉਸ ਵੇਲੇ ਦਾ ਵਾਤਾਵਰਨ, ਇਉਂ ਬੇਨਤੀ ਕੀਤੀ ਜਾਂਦੀ ਹੈ। ਸੁਣੋ ਸੁਣਾਵਾਂ ਬਿਥਿਆਵਾਂ ਇੱਕ ਸ਼ੇਰ ਜੁਝਾਰੂ ਦੀ, ਛੀਣੀ ਮਾਂ ਦੇ ਪੁੱਤਰ ਦਸਾਂ ਦਸਾਂ ਤੇ ਪਾਰੂ ਦੀ, ਛੀਣੀ ਮਾਂ ਦੇ ਪੁੱਤਰ ਦਸਾਂ ਦਸਾਂ ਤੇ ਪਾਰੂ ਦੀ, ਦੁਸ਼ਟਾਂ ਨੂੰ ਫਲ ਕੀਤੀ ਦਾ ਭੁਗਤਾਈ ਜਾਂਦਾ ਹੈ, ਤਤ ਖਾਲਸਾ ਬ੍ਰਹਮ ਦਾ ਥੁੰਮਾ ਪਾਈ ਜਾਂਦਾ ਹੈ, ਤਤ ਖਾਲਸਾ ਬ੍ਰਹਮ ਦਾ ਥੁੰਮਾ ਪਾਈ ਜਾਂਦਾ ਹੈ। ਸੁਣਾ ਮੈਂ ਵਿਥਿਆ ਮੈਂ ਇੱਕ ਸ਼ੇਰ ਜੁਝਾਰੂ ਦੀ, ਛੀਣੀ ਮਾਂ ਦੇ ਪੁੱਤਰ ਦਸਾਂ ਦਸਾਂ ਤੇ ਪਾਰੂ ਦੀ, ਛੀਣੀ ਮਾਂ ਦੇ ਪੁੱਤਰ ਦਸਾਂ ਦਸਾਂ ਤੇ ਪਾਰੂ ਦੀ, ਦੁਸ਼ਟਾਂ ਨੂੰ ਬਲ ਕੀਤੀ ਦਾ ਭੁਗਤਾਈ ਜਾਂਦਾ ਹੈ, ਤਤ ਖਾਲਸਾ ਬ੍ਰਹਮ ਦਾ ਥੁੰਮਾ ਪਾਈ ਜਾਂਦਾ ਹੈ, ਤਤ ਖਾਲਸਾ ਬ੍ਰਹਮ ਦਾ ਥੁੰਮਾ ਪਾਈ ਜਾਂਦਾ ਹੈ। ਜੋਧੇ ਨੂੰ ਫੜਨ ਲਈ ਹੋਏ ਬੜੇ ਪਰਾਲੇ ਨੇ, ਆਪਣੀ ਮੇਰ ਨ ਰੱਖਿਆ ਉਸ ਨੂੰ ਕਲਗੀਆਂ ਵਾਲੇ ਨੇ, ਆਪਣੀ ਮੇਰ ਨ ਰੱਖਿਆ ਉਸ ਨੂੰ ਬਾਜਾਂ ਵਾਲੇ ਨੇ, ਬਾਜਾਂ ਵਾਲਾ ਗੁੱਡੀ ਉਹਦੀ ਚੜਾਈ ਜਾਂਦਾ ਹੈ, ਗੁੱਡੀ ਚੜਾਈ ਜਾਂਦਾ ਹੈ, ਤਤ ਖਾਲਸਾ ਬ੍ਰਹਮ ਦਾ ਥੁੰਮਾ ਪਾਈ ਜਾਂਦਾ ਹੈ, ਤਤ ਖਾਲਸਾ ਬ੍ਰਹਮ ਦਾ ਥੁੰਮਾ ਪਾਈ ਜਾਂਦਾ ਹੋਏ। ਰਿਐਕਸ਼ਨ ਕੀਤਾ ਮੰਡ ਚ ਵਾਂਗ ਹਨੇਰਾਂ ਦਾ, ਭੁੱਲ ਨੀ ਸਕਦਾ ਕੰਮ ਕੌਮ ਨੂੰ ਤਿੰਨਾਂ ਸ਼ੇਰਾਂ ਦਾ, ਭੁੱਲ ਨਹੀਂ ਸਕਦਾ ਕੰਮ ਕੌਮ ਨੂੰ ਤਿੰਨਾਂ ਸ਼ੇਰਾਂ ਦਾ, ਹੈਲੀਕਾਪਟਰ ਚਾੜਿਆ ਇਹ ਗਰਾਈ ਜਾਂਦਾ ਹੈ, ਤਤ ਖਾਲਸਾ ਬ੍ਰਹਮ ਦਾ ਥੁੰਮਾ ਪਾਈ ਜਾਂਦਾ ਹੈ, ਤਤ ਖਾਲਸਾ ਬ੍ਰਹਮ ਦਾ ਥੁੰਮਾ ਪਾਈ ਜਾਂਦਾ ਹੈ। ਸਾਡਾ ਕਿਸੇ ਤੇ ਕਰਦਾ ਨਹੀਂ ਕੀਤੇ ਨੂੰ
ਜਰਦਾ ਕਿਸੇ ਤੇ ਕਰਦਾ ਨਹੀਂ ਕੀਤੇ ਨੂੰ ਜਰਦਾ ਨਹੀਂ ਤਾਈਓ ਜਥਾ ਉਸ ਦਾ ਵਿੱਚ ਮਦਾਨਾ ਹਰਦਾ ਨਹੀਂ ਤਾਈਓ ਜਥਾ ਉਸ ਦਾ ਵਿੱਚ ਮਦਾਨਾ ਹਰਦਾ ਨਹੀਂ ਉਹ ਵਾਦ ਰਿਹਾ ਟੋਟਾਂ ਦਾ ਵੱਤਰ ਵਾਈ ਜਾਂਦਾ ਹੈ ਤਤ ਖਾਲਸਾ ਬ੍ਰਹਮ ਦਾ ਤੁਮਾ ਪਾਈ ਜਾਂਦਾ ਹੈ ਤਤ ਖਾਲਸਾ ਬ੍ਰਹਮ ਦਾ ਤੁਮਾ ਪਾਈ ਜਾਂਦਾ ਹੈ ਬ੍ਰਾਹਮਣੀ ਵਾਲੇ ਲਾਗੇ ਜਿਹੜਾ ਯਕਸ਼ਨ ਕੀਤਾ ਸੀ ਬ੍ਰਹਮ ਦੀ ਚਿੱਠੀ ਕਹਿੰਦੀ ਮੈਂ ਉਹ ਬਦਲਾ ਲੀਤਾ ਸੀ ਇਹ ਬ੍ਰਹਮ ਦੀ ਚਿੱਠੀ ਕਹਿੰਦੀ ਮੈਂ ਉਹ ਬਦਲਾ ਲੀਤਾ ਸੀ ਜਿਹੜਾ ਕਰਦਾ ਬਚਨ ਪੂਰਨੇ ਪਾਈ ਜਾਂਦਾ ਹੈ ਪੂਰਨੇ ਪਾਈ ਜਾਂਦਾ ਹੈ ਤਤ ਖਾਲਸਾ ਬ੍ਰਹਮ ਦਾ ਤੁਮਾ ਪਾਈ ਜਾਂਦਾ ਹੈ ਤਤ ਖਾਲਸਾ ਬ੍ਰਹਮ ਦਾ ਤੁਮਾ ਪਾਈ ਜਾਂਦਾ ਹੈ ਕਿਉਂਕਿ ਦੱਸਾਂ ਇਸ ਦੇ ਅਕਸ਼ਨ ਗਿਣ ਨੂੰ ਬਾਲੇ ਨੀ ਮੈਂ ਇੱਕ ਕੀ ਦੱਸਾਂ ਉਸ ਦੇ ਅਕਸ਼ਨ ਗਿਣ ਨੂੰ ਬਾਲੇ ਨੇ ਇਸ ਜੋ ਦੇ ਹੋਰ ਨਾਲੋਂ ਢੰਗ ਨਿਰਾਲੇ ਨੇ ਇਸ ਜੋ ਦੇ ਹੋਰ ਨਾਲੋਂ ਢੰਗ ਨਿਰਾਲੇ ਨੇ ₹100 ਵਾਲੇ ਗੱਡੀ ਚੜਾਈ ਜਾਂਦਾ ਹੈ ਤਤ ਖਾਲਸਾ ਬ੍ਰਹਮ ਦਾ ਤੁਮਾ ਪਾਈ ਜਾਂਦਾ ਹੈ ਤਤ ਖਾਲਸਾ ਬ੍ਰਹਮ ਦਾ ਤੁਮਾ ਪਾਈ ਜਾਂਦਾ ਹੈ ਵਾਲੀਆਂ ਸੰਤਾਂ ਜਿਹੜੇ ਬਚਨ ਸੁਣਾਏ ਨੇ ਇਸ ਜੋ ਦੇ ਨੇ ਉਹਨਾਂ ਉੱਤੇ ਪੂਰਨੇ ਪਾਏ ਨੇ ਜਿਸ ਜੋ ਦੇ ਨੇ ਉਹਨਾਂ ਉੱਤੇ ਪੂਰਨੇ ਪਾਏ ਨੇ ਉਹ ਕੌਮ ਯਾਦ ਕਰਾਉਣੀ ਇਹ ਸਮਗਾਈ ਜਾਂਦਾ ਹੈ ਤਤ ਖਾਲਸਾ ਬ੍ਰਹਮ ਦਾ ਤੁਮਾ ਪਾਈ ਜਾਂਦਾ ਹੈ ਤਤ ਖਾਲਸਾ ਬ੍ਰਹਮ ਦਾ ਤੁਮਾ ਪਾਈ ਜਾਂਦਾ ਹੈ ਨਿਰਮਲਾ ਜਸ ਧਰਮੀ ਸਿੰਘਾਂ ਦਾ ਗਾਣਾ ਹੈ ਹੱਕ ਸੱਚ ਲਈ ਤੁਰੇ ਜੋ ਪੈਨ ਸ਼ਹੀਦੀ ਬਾਣਾ ਹੈ ਹੱਕ ਸੱਚ ਲਈ ਤੁਰੇ ਜੋ ਪੈਨ ਸ਼ਹੀਦੀ ਬਾਣਾ ਹੈ ਜਾਗੋ ਵਾਲਾ ਜਥਾ ਛੰਦਾਂ ਨੂੰ ਗਾਈ ਜਾਂਦਾ ਹੈ ਛੰਦਾਂ ਨੂੰ ਗਾਈ ਜਾਂਦਾ ਹੈ ਤਤ ਖਾਲਸਾ ਬ੍ਰਹਮ ਦਾ ਤੁਮਾ ਪਾਈ ਜਾਂਦਾ ਹੈ ਤਤ ਖਾਲਸਾ ਬ੍ਰਹਮ ਦਾ ਤੁਮਾ ਪਾਈ ਜਾਂਦਾ ਹੈ ਸੀ ਅਵਤਾਰ ਸਿੰਘ ਜੀ ਬ੍ਰਹਮਾ ਜਿਹਦੀ ਬਾਬਤ CRP ਵਾਲਿਆਂ ਨੂੰ ਇੰਨਾ ਡਰ ਪਿਆ ਸੀ ਤੇ ਇੱਕ ਕਹਾਣਾ ਉਸ ਸਮੇਂ ਬਣ ਗਿਆ ਸੀ ਕਹਿੰਦੇ ਕੈਸਾ ਹੈ ਕਹਿੰਦੇ ਹਮਾਰਾ ਬ੍ਰਹਮਾ ਹੈ ਜੋ ਉਪਰ ਸੇ ਲੋਕੋਂ ਕੋ ਨੀਚੇ ਭੇਜਤਾ ਹੈ ਇਹ ਸਿੱਖੋਂ ਕਾ ਬ੍ਰਹਮਾ ਕੈਸਾ ਹੈ ਜੋ ਨੀਚੇ ਸੇ ਲੋਕੋਂ ਕੋ ਦੁਸ਼ਟੋਂ ਕੋ ਉਪਰ ਵੱਲ ਭੇਜ ਰਿਹਾ ਹੈ ਸਾਡੇ ਬੰਦਿਆਂ ਕੋ ਸੋ ਇਹ ਅਖਾਣ ਬਣਿਆ ਸੀ ਉਹ ਸੂਰਮੇ ਨੇ ਬਹਾਦਰੀ ਕਰਕੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਐਸੇ ਪਿਆਰੇ ਇਹ ਯੋਧੇ ਹੋਏ ਹਨ ਧੰਨਵਾਦ ਹੈ ਕੌਮੀ ਆਵਾਜ਼ ਰੇਡੀਓ ਵਾਲੇ ਸਾਰੇ ਸਟਾਫ ਦਾ ਔਰ ਸਾਰੇ ਸਰੋਤਿਆਂ ਦਾ ਤੇ ਹੁਣ ਇਸ ਤਰ੍ਹਾਂ ਕੰਟੀਨਿਊ ਰਹੇਗਾ ਇੱਕ ਜਾਂ ਦੋ ਕਵਿਤਾ ਹੋਰ ਆਪ ਜੀ ਦੇ ਚਰਨਾਂ ਵਿਚ ਰੱਖਾਂਗੇ ਤੇ ਕੁਝ ਵੀਰਾਂ ਕੋਲੋਂ ਜੋ ਆਉਣ ਵਾਲਾ ਹੋਰ ਸੁਨੇਹੇ ਹਨ ਉਹ ਸਰਵਣ ਕਰੋ ਜੀ ਜੀ ਇੱਕ ਜਿਹੜਾ ਹੋਰ ਸਿਫਾਰਿਸ਼ ਆਈ ਆ ਉਹ ਆਓ ਸਿੰਘ ਕਿਲੇ ਚੋਂ ਨਿਕਲਿਆ ਤੇ ਉਸ ਤੋਂ ਬਾਦ ਉਹ ਵੀ ਸਿਫਾਰਿਸ਼ ਆਈ ਹੈ ਕਿ ਜਾਗੋ ਵਾਲੇ ਜਥੇ ਤੋਂ ਜੇ ਉਨ੍ਹਾਂ ਨੇ ਉਹ ਪੂਰਾ ਸੁਨਾਦਨ ਜਿੰਨਾ ਵੀ ਸੁਨਾਦਨ ਆ ਗਈ ਆਪਣੇ ਪਿੰਡ ਦੀ ਯਾਦ ਮੈਨੂੰ ਸੋ ਥੋੜੀ ਗੱਲ ਇਸ ਵਾਰ ਪੰਜਾਬ ਦੀ ਵੀ ਕੀਤੀ ਜਾਵੇ ਭਾਵੇਂ ਕਿ ਆਪਾਂ ਸਾਰੇ ਪੰਜਾਬ ਦੇ ਹੀ ਕਰਦੇ ਹਾਂ ਪੰਜਾਬ ਦੇ ਯੋਧਿਆਂ ਦੀ ਕਰਦੇ ਹਾਂ ਸੋ ਥੋੜੀ ਗੱਲ ਕਿਸਾਨਾਂ ਦੀ ਉੱਥੋਂ ਦੇ ਸਭਿਆਚਾਰ ਦੀ ਤੇ ਪਿੰਡ ਦੀ ਯਾਦ ਦੀ ਕੀਤੀ ਜਾਵੇ ਸੋ ਤੁਹਾਡੇ ਪਿੰਡ ਦੇ ਬਾਰੇ ਵੀ ਥੋੜੀ ਆਪਾਂ ਗੱਲਬਾਤ ਕਰਨੀ ਆ ਕਿ ਪਿੰਡ ਦੀ ਹਰ ਇੱਕ ਨੂੰ ਯਾਦ ਆਉਂਦੀ ਹੈ ਸੋ ਉਹ ਯਾਦ ਤੁਹਾਡੇ ਦਿਲਾਂ ਦੇ ਵਿੱਚ ਕਿਵੇਂ ਵਸੀ ਹੋਈ ਆ ਪਰ ਉਸ ਤੋਂ ਪਹਿਲਾਂ ਇੱਕ ਤੁਹਾਡੀ ਜਿਹੜੀ ਕਿਸਾਨ ਬਾਰੇ ਕਾਫੀ ਜ਼ਿਆਦਾ ਜਿਹੜੀ ਬੜੀ ਭਾਵਪੂਰਤ ਕਵਿਤਾ ਗੀ ਜਿਹੜੀ ਕਵੀਸ਼ਰੀ ਆ ਉਹ ਜੇ ਤੁਸੀਂ ਉਸ ਤੋਂ ਪਹਿਲਾਂ ਜੇ ਪੇਸ਼ ਕਰੋ ਤੇ ਬੜੇ ਧੰਨਵਾਦੀ ਹੋਵਾਂਗੇ ਹਾਂਜੀ ਆ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਰਹੇ ਹਾਂ ਕਿਸਾਨ ਦੀ ਦੁਨੀਆ ਬੜੀ ਪੁਰਾਣੀ ਮਤਲਬ ਇਹ ਕਵਿਤਾ ਲਿਖੀ ਆ ਬਾਹਲੀ ਜ਼ਿਆਦਾ ਪੁਰਾਣੀ ਉਸ ਸਮੇਂ ਦੀ ਪਰ ਹੁਣ ਉਹ ਸਮਾਂ ਫੇਰ ਸਾਡੇ ਤੇ ਕਿਸਾਨਾਂ ਤੇ ਆਇਆ ਉਹ ਚੀਜ਼ਾਂ ਜਿਹੜੀਆਂ ਆਪਣੇ ਕੋਲ ਬਹੁਤ ਅਲੋਪ ਹੋ ਰਹੀਆਂ ਤੇ ਉਹਨਾਂ ਦੀ ਯਾਦ ਜਦੋਂ ਆਉਂਦੀ ਹੈ ਨਾ ਉਹ ਇਸ ਤਰ੍ਹਾਂ ਆਪਾਂ ਪੇਸ਼ ਕਰ ਰਹੇ ਹਾਂ ਆਪਣੇ ਆਪ ਨੂੰ ਪਿੰਡ ਵਿਚ ਲਿਜਾ ਕੇ ਕਿਸਾਨਾਂ ਦੀ ਜ਼ਿੰਦਗੀ ਜਰਾ ਦੇਖੋ ਜੀ ਸੋਨ ਪਈ ਏ ਵਿਚ ਤਿਰਿੰਜਣਾ ਦੇ ਤੇ ਪੈਣਾ ਗੀਤ ਪੁਰਾਵਾਂ ਦੇ ਗਾਉਂਦੀਆਂ ਨਹੀਂ ਗਿੱਧੇ ਵਿਚ ਛਣਕਾਰ ਨਹੀਂ ਝਾਂਜਰਾਂ ਦੀ ਤੇ ਕੁੜੀਆਂ ਕਿੱਕਲੀ ਕਿਤੇ ਵੀ ਪਾਉਂਦੀਆਂ ਨਹੀਂ ਉਹ ਮੁਗਦਰ ਚੁੱਕਦੇ ਨਹੀਂ ਜਵਾਨ ਦਿਸਦੇ ਤੇ ਪੀਂਗਾਂ ਕਿਤੇ ਮੁਟਿਆਰਾਂ ਚੜਾਉਂਦੀਆਂ ਨਹੀਂ
ਲੀਰਾਂ ਲਮਕੀਆਂ ਸਿਰਾਂ ਤੇ ਰਾਣੀਆਂ ਦੇ ਤੇ ਕਿਧਰੇ ਨਜ਼ਰ ਫੁਲਕਾਰੀਆਂ ਆਉਂਦੀਆਂ ਨਹੀਂ ਲੱਥੇ ਪਏ ਨੇ ਚੂੜੇ ਸੁਹਾਗਣਾਂ ਦੇ ਪੈਂਦੀ ਨਹੀਂ ਘੁਮਕਾਰ ਮਧਾਣੀਆਂ ਦੀ ਹੱਥ ਕੰਮ ਦੇ ਨਾਲ ਨੇ ਲਾਲ ਰਹਿੰਦੇ ਤੇ ਮਹਿੰਦੀ ਬਣੀ ਏ ਇਹੋ ਸਵਾਣੀਆਂ ਦੀ ਉਹ ਘਰਾਂ ਵਿੱਚ ਬੇਰੌਣਕੀ ਵਸਦੀ ਏ ਪਾਂ ਪਾਂ ਹਵੇਲੀਆਂ ਕਰਦੀਆਂ ਨੇ ਜੂਹਾਂ ਵਿੱਚ ਵੀ ਭੂਤ ਨੇ ਨੱਚਦੇ ਨੇ ਤੇ ਗਾਈਆਂ ਮੱਝੀਆਂ ਕਿਤੇ ਨਾ ਚਰਦੀਆਂ ਨੇ ਉੱਲੂ ਬੋਲਦੇ ਨੇ ਖਾਲੀ ਖੂਹਾਂ ਉੱਤੇ ਤੇ ਪਾਣੀ ਕਿਤੇ ਮੁਟਿਆਰਾਂ ਨਾ ਭਰਦੀਆਂ ਨੇ ਜਿੱਥੇ ਹੁਸਨ ਹਕੀਕੀ ਦਾ ਰਾਜ ਹੈ ਸੀ ਉੱਥੇ ਸਿੱਕਾ ਜਮਾ ਲਿਆ ਜਰਦੀਆਂ ਨੇ ਓ ਜੀ ਦੇ ਭਲੇ ਵਿੱਚ ਭਲਾ ਸੰਸਾਰ ਦਾ ਏ ਜਿਹਦੀ ਖੁਸ਼ੀ ਵਿੱਚ ਖੁਸ਼ੀ ਜਹਾਨ ਦੀ ਏ ਜਿਹਦੇ ਵਸਿਆਂ ਜੱਗ ਨੇ ਵਸਣਾ ਏ ਤੇ ਸੁਣੀ ਪਈ ਉਹ ਦੁਨੀਆ ਕਿਰਸਾਨ ਦੀ ਏ ਭੁੱਖਾ ਰਹਿ ਕੇ ਭਗਤੀਆਂ ਕਰਨ ਵਾਲਾ ਕੋਈ ਭਗਤ ਨਾ ਇਸ ਦੇ ਨਾਲ ਦਾ ਏ ਉਹ ਦੁਨੀਆ ਮੌਤ ਤੋਂ ਪਰੇ ਇੱਕ ਨਜ਼ਰ ਆਵੇ ਤੇ ਜਦੋਂ ਫੋਲ ਕੇ ਦਿਲ ਵਿਖਾਲਦਾ ਏ ਇਹਦੇ ਹਾਲ ਨੂੰ ਦੂਸਰਾ ਜਾਣਦਾ ਨਾ ਮਹਿਰਮ ਆਪ ਹੀ ਆਪਣੇ ਹਾਲ ਦਾ ਏ ਫੋਲੀ ਫੋਲੀ ਕੇ ਹਾਲ ਦੇ ਨਾਲ ਮਿੱਟੀ ਤੇ ਰਹਿੰਦਾ ਸਦਾ ਤਕਦੀਰ ਨੂੰ ਪਾਲਦਾ ਏ ਉੱਜੜ ਗਿਆ ਜੇ ਆਪ ਤਾਂ ਕੀ ਹੋਇਆ ਖਲਕਿਤ ਇਸ ਦੇ ਆਸਰੇ ਵਸਦੀ ਏ ਸੱਚ ਪੁੱਛੋ ਤਾਂ ਇਹਦਿਆਂ ਹੰਝੂਆਂ ਚੋਂ ਕਿਸਮਤ ਸਾਰੇ ਜਹਾਨ ਦੀ ਵਸਦੀ ਏ ਉਹ ਤੋੜ ਦਿੱਤਾ ਗਰੀਬੀ ਨੇ ਲੱਕ ਭਾਵੇਂ ਤਾਂ ਵੀ ਸਿਦਕ ਤੋਂ ਅਜੇ ਨਾ ਹਾਰਦਾ ਏ ਚੱਪੂ ਹਲ ਦਾ ਲਾ ਕੇ ਦਿਨ ਰਾਤੀ ਸੋਚੀ ਡੁੱਬਿਆ ਬੇੜੀਆਂ ਤਾਰਦਾ ਏ ਦਾਤਾ ਰਿਜਕ ਦਾ ਤਦੇ ਨੇ ਲੋਕ ਕਹਿੰਦੇ ਤੇ ਚਿੜੀਆਂ ਲਈ ਵੀ ਚੋਗ ਖੁਲਾਰਦਾ ਏ ਇਹਨੂੰ ਹੁਕਮ ਨਹੀਂ ਰੱਜ ਕੇ ਖਾਬਣੇ ਦਾ ਮਾਲਕ ਉਂਝ ਤਾਂ ਪਰੇ ਭੰਡਾਰਦਾ ਏ ਉਹ ਪੜਦੇ ਲੱਖਾਂ ਕਰੋੜਾਂ ਦੇ ਕੱਜਦਾ ਏ ਤੇ ਲੀਰਾਂ ਆਪ ਪਰ ਇਸ ਲਮਕਾਈਆਂ ਨੇ ਇਹਦੇ ਬਾਗ ਵਿੱਚ ਨਹੀਂ ਬਹਾਰ ਆਈ ਕਈ ਹਾੜੀਆਂ ਸੋਹਣੀਆਂ ਆਈਆਂ ਨੇ ਲੇਖਾ ਕਾਲਿਆਂ ਤੋਂ ਕਾਲੀ ਰਾਤ ਅੰਦਰ ਪਾਣੀ ਖੇਤ ਨੂੰ ਜਦੋਂ ਇਹ ਲਾਮਦਾ ਏ ਹਵਾ ਲੀਰਾਂ ਉਡਾ ਕੇ ਹੱਸਦੀ ਏ ਤੇ ਬੱਦਲ ਸਿਰ ਤੇ ਤੇਗ ਲਿਸ਼ਕਾਮਦਾ ਏ ਛਾਪਾ ਵੱਜ ਕੇ ਅੱਖ ਜਾਂ ਸੁੱਜ ਜਾਂਦੀ ਨਾ ਕੁਝ ਨਜ਼ਰ ਗਰੀਬ ਨੂੰ ਆਮਦਾ ਏ ਉਹ ਕਿਧਰੇ ਵੱਟ ਤੋਂ ਤਿਲਕ ਕੇ ਡਿੱਗ ਪੈਂਦਾ ਕਿਧਰੇ ਸੂਲਾਂ ਤੇ ਪੈਰ ਟਕਾਮਦਾ ਏ ਜਦੋਂ ਪਾਣੀ ਗਰੀਬ ਦਾ ਟੁੱਟ ਜਾਂਦਾ ਹੀਰੇ ਪੁੱਤ ਨੂੰ ਵਿੱਚ ਬਿਠਾਉਂਦਾ ਏ ਉਹ ਲੋਕੀ ਮੋਇਆ ਤੇ ਮਿੱਟੀ ਨੂੰ ਪਾਉਂਦੇ ਨੇ ਪਰ ਇਹ ਜਿਉਂਦੇ ਤੇ ਮਿੱਟੀ ਨੂੰ ਪਾਉਂਦਾ ਏ ਭੁੱਖਾ ਅੰਦਰੀ ਰੱਜ ਕੇ ਕੰਮ ਕਰਦਾ ਕਿਸੇ ਵੇਲੇ ਨਾ ਹਫ ਕੇ ਹਟਦਾ ਏ ਇਹਦੇ ਪਾਦੀ ਉਦੋਂ ਹੈ ਵੇਲ ਹੁੰਦੀ ਤੇ ਜਦੋਂ ਬਰੂ ਜ਼ਮੀਨ ਚੋਂ ਪੱਟਦਾ ਏ ਹੱਥ ਪੈਰ ਜਦ ਥੱਕ ਕੇ ਚੂਰ ਹੁੰਦੇ ਲੈਂਦਾ ਰੱਖ ਸਰਾਣਾ ਏ ਵੱਟਦਾ ਏ ਇਹਦਾ ਸ਼ਿਮਲਾ
ਤੂਤ ਦੀ ਛਾਂ ਇਹਦੀ ਜਿੱਥੇ ਸਾਰੀਆਂ ਗਰਮੀਆਂ ਕੱਟਦਾ ਇਹਦੀ ਕਾਰ ਨੂੰ ਵੇਖ ਕੇ ਕਹੇ ਦੁਨੀਆ ਥੁੜਿਆ ਕੀ ਏ ਇਸ ਵਪਾਰ ਨਾਲੋਂ ਉਹ ਟਕੇ ਟਕੇ ਦੇ ਛੋਲੇ ਜੋ ਵੇਚਦੇ ਨੇ ਉਹ ਵੀ ਸੁਖੀ ਨੇ ਇਸ ਸਰਦਾਰ ਨਾਲੋਂ ਸੜਦਾ ਸਾਰੀ ਦਿਹਾੜੀ ਹੈ ਧੁੱਪ ਅੰਦਰ ਸ਼ਾਮੇ ਤਾਰਿਆਂ ਦੇ ਘਰ ਨੂੰ ਆਮਦਾ ਏ ਓਵੇਂ ਦੇ ਸਾਰ ਪਰਿਵਾਰ ਨੂੰ ਚੰਦ ਚੜਦਾ ਤੇ ਸਾਰਾ ਦੂਰ ਥਕੇਵਾਂ ਹੋ ਜਾਂਦਾ ਰੋਟੀ ਸੁੱਕੀ ਮਕਈ ਦੀ ਕਾਠ ਵਰਗੀ ਨਾਲ ਬਰਥੂ ਦੇ ਸਾਗ ਦੇ ਖਾਮਦਾ ਏ ਪਾਣੀ ਨਾਲ ਬੁਰਕੀ ਜਾਂ ਲਗਾਮਦਾ ਏ ਉਦੋਂ ਰੱਬ ਦਾ ਸ਼ੁਕਰ ਮਨਾਵਦਾ ਏ ਦੁੱਧ ਦਹੀਂ ਨੂੰ ਵੇਖੀਆਂ ਸਾਲ ਗੁਜਰੇ ਗਈਆਂ ਕੁਰਕੀਆਂ ਕਾਲੀਆਂ ਬੂਰੀਆਂ ਨੇ ਤੇਲ ਦੀਵਾ ਜਗਾਉਣ ਨੂੰ ਲੱਭਦਾ ਨਾ ਕਿੱਥੋਂ ਖਾਣੀਆਂ ਇਸ ਨੇ ਚੂਰੀਆਂ ਨੇ ਸੁਪਨੇ ਵਿੱਚ ਵੀ ਢਾਲ ਮੁਆਮਲੇ ਦੀ ਇਹਨੂੰ ਜਾਪ ਦੀ ਰੂਪ ਤਲਵਾਰ ਦਾ ਏ ਨੰਬਰਦਾਰ ਕਿਧਰੇ ਖੜਾ ਕੂਰਦਾ ਏ ਤੇ ਕਿਧਰੇ ਡਰ ਪਟਵਾਰੀ ਦਾ ਮਾਰਦਾ ਏ ਥੁੜੇ ਹੋਏ ਰੁਪਈਏ ਨੂੰ ਮਾਲੀਏ ਚੋਂ ਉਹ ਵੇਲਾ ਰਿਹਾ ਨਾ ਕਿਤੋਂ ਹੁਧਾਰਦਾ ਏ ਰੁੜਿਆ ਜਾਂਦਾ ਦਲੀਲ ਦੇ ਵੈਣ ਅੰਦਰ ਤੇ ਸੁੱਤਾ ਪਿਆ ਵੀ ਮਾਮਲਾ ਤਾਰਦਾ ਥੋੜੇ ਹੋਏ ਰੁਪਈਏ ਨੇ ਮਾਲੀਏ ਚੋਂ ਵੇਲਾ ਰਿਹਾ ਨਾ ਕਿਤੋਂ ਹੁਧਾਰਦਾ ਏ ਉਹ ਰੁੜਿਆ ਜਾਂਦਾ ਦਲੀਲਾਂ ਦੇ ਵੈਣ ਅੰਦਰ ਤੇ ਸੁੱਤਾ ਪਿਆ ਵੀ ਮਾਮਲੇ ਤਾਰਦਾ ਏ ਤੇ ਸੁੱਤਾ ਪਿਆ ਵੀ ਮਾਮਲੇ ਤਾਰਦਾ ਏ ਇਹ ਹਾਲਾਤ ਕਿਸਾਨ ਦੇ ਉਦੋਂ ਹੁੰਦੇ ਹਨ ਜਦੋਂ ਸਿੱਖ ਕਿਸਾਨਾਂ ਦੇ ਨਾਲ ਜ਼ਿੰਮੇਵਾਰ ਸਰਕਾਰਾਂ ਅੰਦਰੋਂ ਖੋਰ ਖਾਂਦੀਆਂ ਹੋਣ ਉਹ ਸਰਕਾਰ ਨੇ ਅੱਜ ਤੇ ਜਿਹੜੀ ਸਾਡੀ ਆਪਣੀ ਜ਼ਮੀਨ ਸੀ ਜਿਹੜੀ ਸਾਡੀ ਆਪਣੀ ਰੇਤਾ ਮਿੱਟੀ ਸੀ ਉਹ ਵੀ ਸਾਡੀ ਨਹੀਂ ਰਹਿਣ ਦਿੱਤੀ ਭਾਵੇਂ ਸਾਡੀ ਸੀ ਹੁਣ ਉਹ ਵੀ ਉਹਨਾਂ ਨੇ ਖਰੀਦ ਲਈ ਹੈ ਖਾਲਸਾ ਦੀ ਆਪਣੇ ਪਸ਼ੂਆਂ ਥੱਲੇ ਤੇ ਆਪਣੇ ਮਕਾਨ ਵਿੱਚ ਸੁੱਕ ਪਾਉਣ ਲਈ ਭਰਤੀ ਪਾਉਣ ਵਾਸਤੇ ਵੀ ਉਥੋਂ ਦੇ ਅੱਜ ਦੇ ਜਿਹੜੇ ਦਿੱਲੀ ਦੇ ਤਖ਼ਤ ਦੇ ਹੱਥਾਂ ਵਿੱਚ ਖੇਡਣ ਵਾਲਾ ਬਾਦਲ ਪਰਿਵਾਰ ਉਸ ਨੇ ਸਿੱਖ ਕੌਮ ਨੂੰ ਤੇ ਸਿੱਖ ਕਿਸਾਨ ਨੂੰ ਇੰਨਾ ਕੰਗਾਲ ਕਰ ਦਿੱਤਾ ਹੈ ਕਿ ਆਪਣਾ ਮਰਲਾ ਮਰਲਾ ਜ਼ਮੀਨ ਦਾ ਵੇਚ ਕੇ ਅੱਜ ਉਹ ਚਾਹੁੰਦਾ ਹੈ ਕਿ ਮੇਰਾ ਬੱਚਾ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਵਿੱਚੋਂ ਬਾਹਰ ਚਲ ਜਾਏ ਇਹ ਨਸ਼ਿਆਂ ਤੋਂ ਹੀ ਬਚ ਸਕੇ ਬਾਹਰ ਜਾ ਕੇ ਇਹ ਇਹਨਾਂ ਦੀ ਮਾਰ ਤੋਂ ਬਚ ਸਕੇ ਸੋ ਖਾਲਸਾ ਜੀ ਜਿਸ ਖਾਲਸੇ ਨੇ ਉਥੋਂ ਦੇ ਵਸਨੀਕਾਂ ਨੂੰ ਮੁਗਲੀਆ ਹਕੂਮਤ ਤੋਂ ਆਜ਼ਾਦ ਕਰਾ ਕੇ ਜਿਹੜੇ ਜ਼ਮੀਨ ਸਾਰੀ ਉਸ ਸਮੇਂ ਦੇ ਰਾਜਿਆਂ ਦੀ ਹੁੰਦੀ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਗੁਰੂ ਕੇ ਖਾਲਸਿਆਂ ਨੇ ਜਦੋਂ ਮੈਦਾਨੇ ਜੰਗ ਲੜਿਆ ਸੂਬੇ ਸਰਹੰਦ ਕੋਲੋਂ ਹੱਕ ਲਿਆ ਇਹਨਾਂ ਮੁਗਲਾਂ ਦਾ ਰਾਜ ਖਤਮ ਕੀਤਾ ਤੇ ਪਹਿਲਾ ਐਲਾਨ ਜੇ ਮਲਕੀਅਤ ਜ਼ਮੀਨ ਦੇ ਮਾਲਕ ਸਾਨੂੰ ਜ਼ਮੀਨ ਵਾਹੁਣ ਵਾਲਿਆਂ ਨੂੰ ਬਣਾਇਆ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀ ਤੇ ਇਹਦਾ ਕਾਰਨ ਹੈ ਕਿ ਜਿਹੜੀਆਂ ਸਾਡੀਆਂ ਨਿਹੰਗ ਸਿੰਘ ਫੌਜਾਂ ਹਨ ਨਿਹੰਗਾ ਸਿੰਘਾਂ ਦੀਆਂ ਛਾਉਣੀਆਂ ਹਨ ਇਹਨਾਂ ਦੇ ਘੋੜਿਆਂ ਨੂੰ ਅੱਜ ਤੱਕ ਵੀ ਜੋ ਵੀ ਕਿਸਾਨ ਜ਼ਿਮੀਂਦਾਰ ਹੈ ਜੋ ਵੀ ਸਿੱਖ ਹੈ ਜੋ ਪਿੰਡਾਂ ਦੇ ਵਿੱਚ ਵਸਣ ਵਾਲੇ ਹਨ ਇਹ ਜਦੋਂ ਵੀ ਨਿਹੰਗ ਸਿੰਘ ਆਣ ਕੇ ਘੋੜੇ ਲੈ ਕੇ ਆ ਜਾਣ ਫੌਜਾਂ ਤੇ ਕਿਸੇ ਨੂੰ ਰੋਕਦੇ ਨਹੀਂ ਜਿਹਦੀ ਮਰਜ਼ੀ ਫਸਲ ਵਿੱਚੋਂ ਜਿਹਦੇ ਮਰਜ਼ੀ ਖੇਤਾਂ ਵਿੱਚੋਂ ਪੱਠੇ ਵੱਢ ਕੇ ਘੋੜਿਆਂ ਨੂੰ ਪਾ ਲੈਣ ਕਿਉਂਕਿ ਕਾਰਨ ਸੀ ਕਿ ਇਹਨਾਂ ਸਿੰਘਾਂ ਦੇ ਘੋੜਿਆਂ ਨੇ ਸਾਨੂੰ ਜ਼ਮੀਨ ਦੇ ਮਾਲਕ ਬਣਾਇਆ ਹੈ ਇਸ ਕਰਕੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਅੱਜ ਪਛਾਣਨ ਦੀ ਲੋੜ ਹੈ ਜਿਹੜੇ ਮੁਗਲਾਂ ਕੋਲੋਂ ਆਜ਼ਾਦ ਕਰਾ ਕੇ ਆਪਣੇ ਦੇਸ਼ ਨੂੰ ਆਪਣੀ ਕੌਮ ਨੂੰ ਔਰ ਉਸ ਦੇਸ਼ ਨੂੰ ਤਖ਼ਤਾਂ ਦੇ ਮਾਲਕ ਬਣਾਇਆ ਹੈ ਤੇ ਉਸ ਦੇਸ਼ ਦੇ ਅੰਦਰ ਜਿਹੜੇ ਅੱਜ ਰਾਜ ਕਰਨ ਵਾਲੇ ਹਨ ਉਹਨਾਂ ਦੀ ਨੀਤੀ ਦੇਖੋ ਖਾਲਸਾ ਜੀ ਹੌਲੀ ਹੌਲੀ ਉਹ ਮੁਗਲਾਂ ਵਾਲਾ ਰਾਜ ਜਿਹੜਾ ਹੈ ਜਿਹੜਾ ਰਾਜ ਧੀਆਂ ਭੈਣਾਂ ਨਾਲ ਧੱਕਾ ਕਰਦਾ ਸੀ ਜਿਹੜਾ ਰਾਜ ਹਰ ਨੌਜਵਾਨ ਨਾਲ ਕੌਮ ਨਾਲ ਧੱਕਾ ਕਰਦਾ ਸੀ ਉਹੀ ਧੱਕਾ ਅੱਜ ਸਿੱਖੀ ਸਰੂਪ ਵਿੱਚ ਪੱਗਾਂ ਬੰਨ ਕੇ ਖਾਲਸਾ ਜੀ ਅੰਮ੍ਰਿਤ ਨਹੀਂ ਉਹਨਾਂ ਨੇ ਬਾਲਿਆਂ ਨੇ ਛਕੇ ਥੋੜਿਆਂ ਨੇ ਛਕੇ ਹਨ ਸਾਰਿਆਂ ਨੇ ਨਹੀਂ ਛਕੇ
ਤੇ ਇਸ ਵਾਸਤੇ ਉਹਨਾਂ ਦੀ ਸੋਚ ਅੱਜ ਉਸੇ ਤਰ੍ਹਾਂ ਫਿਰ ਪੰਜਾਬ ਨੂੰ ਗੁਲਾਮ ਬਣਾਉਣ ਵਾਲੀ ਦਿੱਲੀ ਦੇ ਤਖ਼ਤ ਦੇ ਹੁਕਮ ਮੁਤਾਬਕ ਹੋ ਰਹੀ ਹੈ ਕਿ ਜਿੰਨੇ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੇ ਇਹਨਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਸੀ, ਹੁਣ ਇਹਨਾਂ ਨੂੰ ਜ਼ਮੀਨ ਕੋਲ ਤੋਂ ਹੱਥ ਧੁਆ ਕੇ ਇਹਨਾਂ ਨੂੰ ਕੰਗਾਲ ਬਣਾਉਣਾ ਹੈ। ਤੇ ਕਾਨੂੰਨ ਦੇਖੋ ਕਿ ਪੰਜਾਬੀ ਸਿੱਖ ਜਿਹੜਾ ਹੈ ਬਾਹਰ ਜਾ ਕੇ ਜ਼ਮੀਨ ਖਰੀਦ ਨਹੀਂ ਸਕਦਾ, ਤੇ ਸਾਡੇ ਪੰਜਾਬ ਦੀ ਜ਼ਮੀਨ ਬਾਹਰੋਂ ਆਣ ਕੇ ਜਿਹੜਾ ਮਰਜ਼ੀ ਖਰੀਦੀ ਜਾਵੇ। ਸੋ ਇਸ ਵਾਸਤੇ ਇਹਨਾਂ ਚੀਜ਼ਾਂ ਦੀ ਖਾਸ ਅੱਜ ਧਿਆਨ ਰੱਖਣ ਦੀ ਲੋੜ ਹੈ। ਸੋ ਅਸੀਂ ਧੰਨਵਾਦ ਕਰਦੇ ਹਾਂ ਇਹ ਕੌਮੀ ਆਵਾਜ਼ ਰੇਡੀਓ ਜਿਹੜੀ ਕੌਮ ਦੀ ਆਵਾਜ਼ ਨੂੰ ਆਪ ਤੱਕ ਪਹੁੰਚਾਉਂਦੇ ਹੋ, ਤੇ ਜਿੱਥੇ ਭਾਈ ਬਾਹਰ ਆਣ ਕੇ ਆਪਾਂ ਆਪਣੇ ਪਰਿਵਾਰਾਂ ਦਾ ਰਿਸ਼ਤੇਦਾਰਾਂ ਦਾ ਸੋਚਦੇ ਹਾਂ ਔਰ ਆਪਾਂ ਕਾਮਯਾਬ ਵੀ ਹਾਂ ਇਸ ਦੇ ਵਿੱਚ। ਸੋ ਉੱਥੇ ਤੱਕ ਆਪਾਂ ਨੂੰ ਪਹੁੰਚ ਕੇ ਇਹ ਗੱਲਾਂ ਇਹ ਸੋਚਣੀਆਂ ਚਾਹੀਦੀਆਂ ਹਨ ਕਿ ਆਪਾਂ ਜਿੱਥੇ ਆਪਣਾ ਪਰਿਵਾਰ ਦਾ ਪਹਿਲੇ ਨੰਬਰ ਤੇ ਭਾਈ ਆਪਣਾ ਆਪ ਸਵਾਰਾਂ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਜਿਹੜਾ ਮਨੁੱਖ ਆਪਣਾ ਆਪ ਸਵਾਰ ਲਏਗਾ ਉਹ ਪਰਿਵਾਰ ਸਵਾਰੇਗਾ, ਜਿਹੜਾ ਪਰਿਵਾਰ ਸਵਾਰੇਗਾ ਉਹ ਰਿਸ਼ਤੇਦਾਰਾਂ ਨੂੰ ਸਵਾਰੇਗਾ, ਤੇ ਜਿਹੜਾ ਰਿਸ਼ਤੇਦਾਰਾਂ ਨੂੰ ਸਵਾਰੇਗਾ ਉਹ ਭਾਈਚਾਰੇ ਨੂੰ ਸਵਾਰੇਗਾ, ਜਿਹੜਾ ਭਾਈਚਾਰਾ ਜਿਸਨੇ ਸਵਾਰ ਲਿਆ ਉਹ ਆਪਣੀ ਕੌਮ ਨੂੰ ਸਵਾਰੇਗਾ। ਇਸ ਵਾਸਤੇ ਜੇ ਆਪਾਂ ਵਿਗੜ ਗਏ, ਆਪਾਂ ਹੀ ਕੌਮ ਹਾਂ, ਆਪਾਂ ਹੀ ਪੰਥ ਹਾਂ, ਆਪਾਂ ਹੀ ਪੰਜਾਬ ਦੇ ਮਾਲਕ ਹਾਂ, ਆਪਾਂ ਹੀ ਖਾਲਸੇ ਬਣਨਾ ਹੈ। ਇਸ ਵਾਸਤੇ ਕੱਲੇ ਕੱਲੇ ਅੱਜ ਭੈਣ ਭਾਈ ਵੀਰ ਬੱਚੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਆਪ ਨੂੰ ਕੌਮੀ ਬਣਨਾ ਹੈ, ਕੌਮ ਦੀ ਆਵਾਜ਼ ਬਣਨਾ ਹੈ ਔਰ ਕੌਮ ਦੀ ਆਵਾਜ਼ ਬਣ ਕੇ ਕੌਮ ਨੂੰ ਆਜ਼ਾਦ ਆਪਾਂ ਨੇ ਕਰਾਉਣਾ ਹੈ। ਤੇ ਇਹ ਅੱਜ ਦੇ ਜੋ ਪ੍ਰੋਗਰਾਮ ਕੌਮੀ ਆਵਾਜ਼ ਵਾਲਿਆਂ ਨੇ ਸਾਨੂੰ ਰੇਡੀਓ ਦੇ ਉੱਤੇ ਸਮਾਂ ਦਿੱਤਾ ਸੀ, ਇਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਤੇ ਹੁਣ ਉਹਨਾਂ ਕੋਲੋਂ ਵਿਚਾਰ ਸੁਣਨ ਦੇ ਬਾਕੀ ਫੇਰ ਆਪਾਂ ਇਸੇ ਤਰ੍ਹਾਂ ਚੱਲਾਂਗੇ। ਸਮਾਂ ਜਿਹੜਾ ਜੀ ਦਿੱਤਾ ਉਹ ਚੱਲ ਰਿਹਾ ਜੀ, ਇੰਨੀ ਜਲਦੀ ਨੀ ਤੁਹਾਨੂੰ ਜਾਣ ਦਿੰਦੇ, ਅਜੇ ਹੋਰ ਵੀ ਕਾਫੀ ਫਰਮਾਇਸ਼ਾਂ ਆਈਆਂ ਨੇ ਮੈਂ ਪਰ ਪ੍ਰੋਗਰਾਮ ਨੂੰ ਸਮ ਅਪ ਵੀ ਕਰਨਾ ਗਾ। ਇਸ ਤੋਂ ਬਾਅਦ ਸੰਖੇਪ ਰੂਪ ਦੇ ਵਿਚ ਇਕ ਫਰਮਾਇਸ਼ ਆਈ ਆ, ਉਹ ਸਿੰਘ ਗੜੀ ਦੇ ਵਿਚੋਂ ਨਿਕਲਿਆ ਤੇ ਅਖੀਰ ਦੇ ਉੱਤੇ ਜਿਹੜਾ ਉਹ ਹੈ ਮੇਰੇ ਪਿੰਡ ਦੀ ਤਾਂ ਹਾਜ਼ਰੀ ਜ਼ਰੂਰ ਲਾਉਣੀ ਪਊਗੀ ਤੇ ਮੈਂ ਜਿਨ੍ਹਾਂ ਵੀਰਾਂ ਦੀ ਫਰਮਾਇਸ਼ਾਂ ਆਈਆਂ ਸੀ ਜਾਂ ਜਿਨ੍ਹਾਂ ਨੇ ਧੰਨਵਾਦ ਕੀਤਾ ਉਹਨਾਂ ਦੇ ਮੈਂ ਨਾਮ ਜ਼ਰੂਰ ਪੜ੍ਹਦਿਆਂ। ਕਮਲਦੀਪ ਸਿੰਘ ਸੋਹੀ, ਗੁਰਵਿੰਦਰ ਸਿੰਘ ਨੱਤ, ਲੱਖੀ ਬਰਾੜ ਜੀ, ਰਣਜੀਤ ਸਿੰਘ ਸ਼ੇਰਗਿੱਲ, ਹਰਮਨਜੀਤ ਸਿੰਘ ਗਿੱਲ, ਬੱਬਲ ਟਹਿਣਾ ਜੀ, ਸੋ ਇਹਨਾਂ ਸਾਰਿਆਂ ਵੀਰਾਂ ਨੇ ਧੰਨਵਾਦ ਕੀਤਾ ਜਾਗੋ ਵਾਲੇ ਜਥੇ ਦਾ ਸਾਰਾ ਕਵਿਤਾਵਾਂ ਸੁਣਾਉਣ ਦੇ ਲਈ, ਕਵੀਸ਼ਰੀਆਂ ਸੁਣਾਉਣ ਦੇ ਲਈ। ਸੋ ਜਿਨ੍ਹਾਂ ਵੀਰਾਂ ਦੀਆਂ ਜਿਹੜੀਆਂ ਫਰਮਾਇਸ਼ਾਂ ਨਹੀਂ ਪੂਰੀਆਂ ਹੋ ਸਕੀਆਂ ਉਹਨਾਂ ਦੇ ਲਈ ਮੈਂ ਮਾਫ਼ੀ ਚਾਹੁੰਦਾ ਗਾ, ਪਰ ਫਿਰ ਵੀ ਇਕ ਦੋ ਅਜੇ ਕਵਿਸ਼ਰੀਆਂ ਹੋਰ ਜਾਂਦੇ ਜਾਂਦੇ ਜਾਗੋ ਵਾਲਾ ਜਥਾ ਸੁਣਾ ਕੇ ਜਾਵੇਗਾ ਜੀ। ਇਸ ਤੋਂ ਬਾਅਦ ਬੈਟਲ ਆਫ ਚਮਕੌਰ, ਚਮਕੌਰ ਦੀ ਜੰਗ ਜਿਹੜਾ ਤੁਹਾਡਾ ਮਿਊਜ਼ਿਕ ਦੇ ਵਿਚ ਸੰਗੀਤ ਦੇ ਨਾਲ ਵੀ ਜਿਹੜਾ ਪਾਇਆ ਜਾਂਦਾ ਉਹ ਤੁਸੀਂ ਸੁਣਾ ਰਹੇ ਹੋ ਜਾਂ ਕੋਈ ਹੋਰ ਪੇਸ਼ ਕਰ ਰਹੇ ਹੋ? ਉਹਦੇ ਨਾਲ ਦਾ ਹੀ ਸੁਣਾਵਾਂਗੇ ਕਿਉਂਕਿ ਇਹ ਜਿੱਦਾਂ ਹੁਣ ਅੱਜ ਅਸੀਂ ਕਵੀਸ਼ਰੀ ਦੇ ਵਿਚ ਆਏ ਹੋ, ਜਿਹੜਾ ਸੰਗੀਤ ਦਾ ਪ੍ਰੋਗਰਾਮ ਹੈ ਉਹ ਆਪ ਜੀ ਦੇ, ਜਿੱਦਾਂ ਤੁਸੀਂ ਆਪ ਕੌਮੀ ਆਵਾਜ਼ ਨੌਜਵਾਨ ਕੌਮ ਦੀ ਆਵਾਜ਼ ਬਣ ਕੇ ਕੌਮ ਦੀ ਸੇਵਾ ਕਰ ਰਹੇ ਹੋ, ਇਸੇ ਤਰ੍ਹਾਂ ਜਿਹੜੇ ਉੱਥੇ ਨੌਜਵਾਨ ਇਹ ਉੱਥੋਂ ਦੇ ਬੋਰਨ, ਇਹ ਬਹੁਤ ਵੱਡੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਅੱਗੇ ਪੰਜਾਬ ਦੇ ਵਿਚ ਜੇ ਕਿਸੇ ਨੇ ਜਾਣਾ ਜਿਹਦੇ ਕੇਸ ਕਤਲ ਹੁੰਦੇ ਸਨ ਤੇ ਕਲੀਨ ਸ਼ੇਪ ਹੁੰਦਾ ਸੀ, ਤੇ ਆਪਾਂ ਛੋਟਿਆਂ ਛੋਟਿਆਂ ਹੁੰਦਿਆਂ ਨੇ ਇਹ ਦੇਖਿਆ ਵੀ ਆਪਾਂ ਦੂਰੋਂ ਦੇਖ ਕੇ ਕਹਿ ਦੀਦਾ ਸੀ ਵੀ ਬਾਹਰੋਂ ਆਇਆ ਲੱਗਦਾ, ਬਿਲਕੁਲ, ਕਿਉਂਕਿ ਉੱਥੇ ਅਜੇ ਇੰਨਾ ਫੈਸ਼ਨ ਫਿਲਮਾਂ ਨੇ ਨਹੀਂ ਸੀ ਕੀਤਾ ਕਿ ਸਾਡੇ ਨੌਜਵਾਨ ਪਤਤ ਹੋਣ, ਤੇ ਹੁਣ ਦੇਖ ਲੋ ਉਲਟੀ ਗੱਲ ਹੋ ਗਈ ਹੈ। ਹੁਣ ਜਦੋਂ ਤੁਹਾਡੇ ਬੱਚੇ ਇੱਥੋਂ ਦਮਾਲਿਆਂ ਵਾਲੇ, ਪ੍ਰਕਾਸ਼ ਦਾੜਿਆਂ ਵਾਲੇ, ਉੱਪਰ ਦੀ ਕਿਰਪਾਨ ਤੇ ਚੋਲਿਆਂ ਵਾਲੇ ਇੱਥੋਂ ਦੇ ਬੋਰਨ ਬੱਚੇ ਇੰਗਲੈਂਡ ਦੇ, ਅਮੈਰੀਕਾ ਦੇ, ਕੈਨੇਡਾ ਦੇ, ਆਸਟ੍ਰੇਲੀਆ ਦੇ, ਯੂਰਪ ਦੇ, ਜਦੋਂ ਇਹ ਜਾਂਦੇ ਆ ਨਾ, ਤੇ ਉਸ ਵੇਲੇ ਹੁਣ ਆਪਾਂ ਨੂੰ ਉੱਥੇ ਪਤਾ ਕਿ ਹਾਲਾਤ ਪੈਦਾ ਕੀਤੇ ਆ ਉਹ, ਜੇ ਆਪਾਂ ਕਹੀਏ ਨਾ ਵੀ ਕਿਸੇ ਦਾ ਇਹਦੇ ਵਿਚ ਕਸੂਰ ਹੈ, ਜ਼ਿੰਮੇਵਾਰ ਸਰਕਾਰ ਹੈ, ਉਹਨਾਂ ਨੇ ਮਾਹੌਲ ਐਸਾ ਬਣਾਇਆ ਹੈ, ਕੋਈ ਵੀ ਉਹ ਫਿਲਮ ਬਣਾਉਂਦੇ ਆ ਤੇ ਸਿੱਖੀ ਦਾ ਕਿਰਦਾਰ, ਸਿੱਖ ਦਾ ਕਿਰਦਾਰ ਬਹੁਤ ਜ਼ਿਆਦਾ ਉਹ ਮਾੜਾ ਦਿਖਾਲਦੇ, ਕਿਉਂਕਿ ਉਹਨਾਂ ਦੀ ਨੀਤੀ ਹੈ ਕਿਸੇ ਚੋਰ ਦਾ ਰੋਲ ਬਣਾਉਣਾ ਉਹਦਾ ਨਾਂ ਸਿੰਘ ਵਾਲਾ ਹੋਊਗਾ, ਤੇ ਕਿਸੇ ਨੇ ਗੁੰਡਾਗਰਦੀ ਕਰਨੀ ਆ ਉਹਦਾ ਸਰੂਪ ਤੇ ਉਹਦਾ ਨਾਂ ਜਿਹੜਾ ਉਹ ਸਿੰਘ ਵਾਲਾ ਹੋਊਗਾ। ਹੁਣ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹਨ ਇਹਨਾਂ ਨੂੰ ਸਾਨੂੰ ਵਿਚਾਰਨਾ ਚਾਹੀਦਾ ਹੈ। ਆਪਾਂ ਜਿਹੜੇ ਛੋਟੇ ਲੈਵਲ ਦੇ ਬੰਦੇ ਆ ਆਪਣੇ ਵੱਸ ਦੀ ਗੱਲ ਨਹੀਂ ਇਹ, ਤੇ ਉਹ ਜਿਹੜੇ ਸੈਂਸਰ ਬੋਰਡ ਆ ਤੇ ਜ਼ਿੰਮੇਵਾਰ ਸਰਕਾਰ ਆ ਜਿਹੜੀ ਉਹਦਾ ਫਰਜ਼ ਬਣਦਾ, ਤੇ ਉਹ ਜਿਹੜੀ ਉਹ ਆਪਣਾ ਫਰਜ਼ ਨਿਭਾ ਨਹੀਂ ਰਹੀ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਖੁੱਲ੍ਹ ਦਿੱਤੀ ਹੈ ਕਿ ਭਾਈ ਤੁਸੀਂ ਕੌਮ ਦਾ ਨੁਕਸਾਨ ਕਰਨਾ ਆਪਣਾ ਆਪ ਤੁਸੀਂ ਜੋ ਮਰਜ਼ੀ ਬਣਾ ਲਓ ਜੀ। ਸੋ ਇਸ ਵਾਸਤੇ ਆ
ਬਾਦਲ ਹੋਣਾ ਨੂੰ ਹੋਰਨਾਂ ਨੂੰ ਕੋਈ ਵੀ ਹੋਵੇ ਭਾਵੇਂ ਉੱਥੇ ਕਾਂਗਰਸ ਦੀ ਸਰਕਾਰ ਹੋਵੇ ਤੇ ਭਾਵੇਂ ਅਕਾਲੀਆਂ ਦੀ ਇਹ ਇੱਕੋ ਹੀ ਕਲੱਬ ਦੇ ਦੋਵਾਂ ਖਿਡਾਰੀ ਆ ਜੀ ਇਸ ਵਾਸਤੇ ਇਹਨਾਂ ਦੇ ਚਿਹਰੇ ਹੀ ਹਨ ਇਹ ਮਤ ਜਾਣੀਏ ਆਪਾਂ ਕਿ ਨੀਲੀਆਂ ਪੱਗਾਂ ਵਾਲੇ ਆ ਗਏ ਚਿੱਟੀਆਂ ਪੱਗਾਂ ਵਾਲੇ ਆ ਗਏ ਇਹ ਜਿਹੜੇ ਮਰਜ਼ੀ ਹੋਣ ਤੇ ਤੁਸੀਂ ਦੇਖ ਲਓ ਵੀ ਪੁਲਿਸ ਮੁਕਾਬਲੇ ਸਿੰਘਾਂ ਦੇ ਹੀ ਬਣਦੇ ਆ ਧਰਮੀ ਬੰਦਿਆਂ ਦੇ ਹੀ ਬਣਦੇ ਆ ਤੇ ਪਨੀਰੀ ਸਾਡੇ ਧਾਰਮਿਕ ਸਥਾਨਾਂ ਵਿਚੋਂ ਹੀ ਲਈ ਜਾਂਦੀ ਆ ਇਹ ਕਿਉਂਕਿ ਪਹਿਲਾਂ ਮੁਗਲੀਆ ਹਕੂਮਤ ਦਾ ਇਹ ਵਿਚਾਰ ਸੀ ਬਈ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਕਿਹਾ ਵੀ ਮੈਂ ਸਭ ਕੁਝ ਸਾਰਾ ਦੇਸ਼ ਮੈਂ ਲੁੱਟ ਕੇ ਆ ਜਾਣਾ ਸਭ ਕੁਝ ਮੈਂ ਸਾਰਿਆਂ ਨੂੰ ਐਨ ਮਲੀਆ ਮੇਟ ਕਰੀ ਆਉਣਾ ਜਦੋਂ ਮੈਂ ਪੰਜਾਬ ਲੰਘਣ ਲੱਗਦਾ ਤੇ ਪਤਾ ਨਹੀਂ ਇਹ ਨਾ ਤੇ ਦਿਸਦੇ ਆ ਨਾ ਇਹਨਾਂ ਦਾ ਮੈਨੂੰ ਪਤਾ ਕਿੱਥੇ ਇਹਨਾਂ ਦੀਆਂ ਛਾਉਣੀਆਂ ਕਿੱਥੇ ਰਹਿੰਦੇ ਨੇ ਤੇ ਇਹ ਪਰ ਮੈਨੂੰ ਲੁੱਟਿਆ ਹੋਇਆ ਮਾਲ ਜਿਹੜਾ ਆ ਇਹ ਪੰਜਾਬ ਨੇ ਲੰਘਣ ਦਿੰਦੇ ਤੇ ਇੱਥੇ ਪਿੱਛੇ ਪਿੱਛੇ ਹਲਕਾ ਕਰ ਦਿੰਦੇ ਆ ਇਹ ਕੌਣ ਲੋਕ ਨੇ ਉਹਦੇ CID ਵਾਲੇ ਜਿਵੇਂ ਅੱਜ ਵੀ CID ਵਾਲੇ ਸਰਕਾਰ ਦੇ ਹੈਗੇ ਨੇ ਵਿਭਾਗ ਥੋਟ ਟੈਂਕ ਆ ਉਹਦੇ ਇਸੇ ਤਰ੍ਹਾਂ ਜਿਹੜੇ ਉਹਦੇ ਉਸ ਵੇਲੇ ਵਿਚਾਰਵਾਨ ਬੰਦੇ ਸੀ ਉਹਨਾਂ ਨੇ ਫਿਰ ਦੱਸਿਆ ਸੀ ਕਹਿੰਦਾ ਵੀ ਸਿੱਖ ਕੌਮ ਆ ਇੱਕ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘ ਆ ਇਹ ਜਦੋਂ ਇਹ ਪਵਿੱਤਰ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਦਰਸ਼ਨ ਇਸ਼ਨਾਨ ਕਰ ਲੈਂਦੇ ਹਨ ਉਦੋਂ ਇਹ ਜਕਾਰੇ ਅਕਾਲ ਗੁਰ ਅਕਾਲ ਦੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਪਰਮੇਸ਼ਰ ਸੱਚਾ ਕਹਿੰਦਾ ਕਹਿ ਕੇ ਫੇਰ ਨੀ ਜੇ ਮਰਨ ਨੂੰ ਡਰਦੇ ਉਹ ਆ ਬੰਦੇ ਕਹਿੰਦਾ ਰਹਿੰਦੇ ਕਿੱਥੇ ਆ ਕਹਿੰਦਾ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਕਿੱਥੇ ਕਹਿੰਦਾ ਘੋੜਿਆਂ ਦੀਆਂ ਕਾਠੀਆਂ ਤੇ ਘਰ ਇਹਨਾਂ ਦੇ ਕਿਸੇ ਕਹਿੰਦੇ ਜੰਗਲ ਦੇ ਵਿਚ ਤਿਆਰ ਬਰ ਤਿਆਰ ਰਹਿੰਦੇ ਆ ਉਸ ਵੇਲੇ ਉਹਨੇ ਕਿਹਾ ਵੀ ਇਹ ਹੁਣ ਪਵਿੱਤਰ ਸਰੋਵਰ ਜਿਹੜਾ ਆ ਉਹਨੂੰ ਪੂਰੋ ਇਹ ਖਤਮ ਕਰੋ ਜਿੱਥੋਂ ਇਹ ਪੈਦਾ ਹੁੰਦੇ ਆ ਹੁਣ ਚੀਜ਼ ਜੇ ਸੋਚੀਏ ਤੇ ਅੱਜ ਬਰੂਪੀਏ ਪ੍ਰਚਾਰਕ ਜਿਹੜੇ ਸਿੱਖੀ ਦਾ ਰੂਪ ਧਾਰਨ ਕਰਕੇ ਸਿੱਖਾਂ ਵਿਚ ਹੀ ਪ੍ਰਚਾਰ ਕਰਦੇ ਆ ਤੇ ਉਹ ਉਸੇ ਹੀ ਪਵਿੱਤਰ ਸਰੋਵਰ ਦੀ ਨਿੰਦਿਆ ਕਰਦੇ ਬੜੇ ਤਰੀਕੇ ਦੇ ਨਾਲ ਜੀ ਸਿੱਖ ਪ੍ਰਚਾਰਕ ਤੇ ਇੱਕ ਮੈਂ ਇਹ ਦੁੱਖ ਦੇ ਨਾਲ ਹੀ ਬੇਨਤੀ ਹੈ ਕਿ ਸਾਡੀ ਨਾ ਪਛਾਣ ਹੋਣ ਕਰਕੇ ਸਾਡੇ ਪ੍ਰਬੰਧਕ ਹੀ ਉਹਨਾਂ ਨੂੰ ਬੁੱਕ ਕਰ ਲੈਂਦੇ ਆ ਗੁਰੂ ਕੀਆਂ ਗੋਲਕਾਂ ਵਿਚੋਂ ਉਹਨਾਂ ਦੀਆਂ ਟਿਕਟਾਂ ਟਿਕਟ ਤੋਂ ਉਪਰੰਤ ਉਹਨਾਂ ਦਾ ਖਰਚਾ ਗੁਰੂ ਘਰ ਦਾ ਦੇ ਕੇ ਤੇ ਗੁਰੂ ਕੀ ਹੀ ਸਟੇਜ ਦੇ ਉੱਤੇ ਗੁਰੂ ਦੀ ਹਾਜ਼ਰੀ ਵਿਚ ਗੁਰੂ ਕੀ ਸੰਗਤ ਗੁਰੂ ਕੀ ਸਟੇਜ ਉੱਤੇ ਬਹਾਲਦੇ ਨੇ ਉਹ ਪ੍ਰਚਾਰ ਫਿਰ ਕਰਦੇ ਨੇ ਕਿ ਇਹਦੀ ਆ ਸਰੋਵਰ ਜਿਹੜਾ ਆ ਇਹ ਇਸ਼ਨਾਨ ਕਰਨ ਵਾਸਤੇ ਤੇ ਉਹਨੂੰ ਇੱਥੇ ਲੋਕਾਂ ਦੇ ਬੱਚੇ ਡੋਬਣ ਵਾਸਤੇ ਬਣਾਇਆ ਇਹ ਗੱਲਾਂ ਜਿਹੜੀਆਂ ਬਹੁਤ ਵੱਡੀਆਂ ਗਲਤ ਗੱਲਾਂ ਕਰਦੇ ਜਦੋਂ ਕਿ ਉਸ ਸਰੋਵਰ ਨੂੰ ਪੂਰਨ ਲੱਗਾ ਮੱਸਾ ਰੰਗੜ ਮਾਰਿਆ ਜਾਂਦਾ ਉਸ ਸਰੋਵਰ ਦੀ ਬੇਅਦਬੀ ਕਰਨ ਵੇਲੇ ਜਿਸ ਵੇਲੇ ਜਹਾਨ ਖਾਂ ਨੇ ਕੀਤੀ ਤੇ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਰੱਖ ਕੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਂਦੇ ਹਨ ਉਸ ਸਰੋਵਰ ਵਿਚ ਜੇ ਕੋਈ ਬੀੜੀਆਂ ਸੁੱਟਦਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜ਼ਿੰਮੇਵਾਰੀ ਨਾਲ ਕਹਿੰਦੇ ਹਨ ਭਾਈ ਕਿਉਂ ਪੁਲਿਸ ਨੂੰ ਫੜਾਇਆ ਉਸ ਦੀਆਂ ਲੱਤਾਂ ਨੂੰ ਰੱਸਾ ਪਾ ਕੇ ਪੁੱਠਾ ਟੰਗਿਆ ਹੁੰਦਾ ਸਿਰ ਵੱਢ ਕੇ ਸਟੂਲ ਉੱਤੇ ਰੱਖ ਕੇ ਥੱਲੇ ਮਾਟੋ ਲਿਖਿਆ ਹੁੰਦਾ ਨਾ ਸਾਡਾ ਮੁਸਲਮਾਨ ਨਾਲ ਵੈਰ ਨਾ ਸਾਡਾ ਈਸਾਈ ਨਾਲ ਵੈਰ ਨਾ ਸਾਡਾ ਹਿੰਦੂ ਨਾਲ ਵੈਰ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਬੇਅਦਬੀ ਕਰਨ ਵਾਲੇ ਨਾਲ ਆ ਵਿਹਾਰ ਕੀਤਾ ਜਾਵੇਗਾ ਤੇ ਫੇਰ ਕਹਿੰਦੇ ਪਤਾ ਲੱਗਣਾ ਸੀ ਆਪਾਂ ਨੂੰ ਤੇ ਹੁਣ ਕਹਿੰਦੇ ਅਸੀਂ ਇੱਥੇ ਬੈਠੇ ਆ ਤੇ ਬਾਬਾ ਉਸ ਵੇਲੇ ਨਿਹਾਲ ਸਿੰਘ ਦੀ ਹਰੀਆਂ ਵੇਲਾਂ ਵਾਲੇ ਉਹ ਵੀ ਉੱਥੇ ਹੈ ਨੀ ਸੀ ਕਹਿੰਦੇ ਉਹ ਵੀ ਬੈਠੇ ਆ ਹੁਣ ਅਸੀਂ ਵੀ ਬੈਠੇ ਆ ਹੁਣ ਕਿਸੇ ਨੂੰ ਕਹੋ ਵੀ ਇੱਥੇ ਸੁੱਟਣ ਤੇ ਫੇਰ ਅਸੀਂ ਦੇਖਾਂਗੇ ਕੀ ਕਰਦੇ ਬੇਅਦਬੀ ਬੰਦ ਹੋ ਗਈ ਸੋ ਇਸ ਵਾਸਤੇ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਸਿੱਧੇ ਤਰੀਕੇ ਦੇ ਨਾਲ ਜੇ ਮੱਸੇ ਰੰਗੜ ਨੂੰ ਅਸੀਂ ਬਹਾਲਦੇ ਆ ਸਰਕਾਰ ਨੇ ਬਹਾਲਿਆ ਸੀ ਉਹ ਅਹਿਮਦ ਸ਼ਾਹ ਅਬਦਾਲੀ ਨੇ 10,000 ਬੰਦਾ ਦੇ ਕੇ ਵੀ ਜਾ ਤੂੰ ਹਰਿਮੰਦਰ ਸਾਹਿਬ ਤੇ ਕਬਜ਼ਾ ਕਰ ਤੇ ਸਰੋਵਰ ਨੂੰ ਉਥੋਂ ਖਤਮ ਕਰ ਸਿੱਖਾਂ ਦਾ ਆਉਣਾ ਜਾਣਾ ਉਥੋਂ ਬੰਦ ਕਰ ਇਸ ਵਾਸਤੇ ਉਹੀ ਚੀਜ਼ਾਂ ਅੱਜ ਉਹਨਾਂ ਨੇ ਦੇਖਿਆ ਵੀ ਜਦੋਂ ਅਸੀਂ ਆਪਣੀ ਸ਼ਕਲ ਦਾ ਬੰਦਾ ਉੱਥੇ ਬਹਾਲਦੇ ਆ ਇਹਨਾਂ ਨੇ ਚੱਲਣਾ ਨੀ ਇਹ ਵੀਕਾ ਨੇਰੋਂ ਆ ਕੇ ਵੀ ਮਾਰ ਜਾਂਦੇ ਆ ਕਹਿੰਦੇ ਹੁਣ ਬੰਦਾ ਉਹ ਬਹਾਲੋ ਵਿਚਾਰ ਜਿਹੜੇ ਸਾਡੇ ਹੋਣ ਤੇ ਸ਼ਕਲ ਸਿੱਖਾਂ ਦੀ ਹੋਵੇ ਆ ਗੱਲ ਸੋਚਣ ਵਾਲੀ ਵੀ ਵਿਚਾਰ ਜੋ ਅਸੀਂ ਚਾਹੁੰਦੇ ਆ ਬਾਣੀ ਦਾ ਉਥੋਂ ਘਟਾ ਹੋਵੇ ਤੇ ਸਿੱਖ ਮਰਜ਼ਾਦਾ ਦਾ ਉਥੋਂ ਕਤਲ ਹੋਵੇ ਕੌਮ ਦਾ ਉਥੋਂ ਦਿਲ ਤੋੜਿਆ ਜਾਏ ਖਾਲਿਸਤਾਨ ਦੀ ਤੇ ਸ਼ਹੀਦਾਂ ਦੀ ਉਥੋਂ ਗੱਲ ਨਾ ਹੋਵੇ ਪਰ ਉਹ ਜਿਹੜੇ ਪ੍ਰਬੰਧ ਕਿਆ ਉਹ ਇਹਨਾਂ ਸਿੱਖਾਂ ਵਰਗੇ ਹੁਣ ਤਾਂ ਕਿ ਆਮ ਸਿੱਖ ਨੂੰ ਭੁਲੇਖਾ ਪੈ ਸਕੇ ਵੀ ਨਹੀਂ ਜੀ ਸਾਡੇ ਹੀ ਆ ਇਹੀ ਚੀਜ਼ ਦਿੱਲੀ ਦੀ ਜਿਹੜੀ ਰਾਜਧਾਨੀ ਕਰਨ ਵਾਲੀ ਕੌਮ ਆ ਉਹ ਸੋਚ ਕੇ ਤੇ ਇਸੇ ਤਰ੍ਹਾਂ ਤਾਂ ਹੀ ਉਹ ਸਦਾ ਹੀ ਪੰਜਾਬ ਦੇ ਵਿਚ ਮੁੱਖ ਮੰਤਰੀ ਸਿੱਖ ਨੂੰ ਲਾਊਗੀ ਤੇ ਸਿੱਖਾਂ ਦਾ ਹੀ ਘਾਣ ਹੋਊਗਾ ਜੀ ਧਰਮ ਦਾ ਹੀ ਸਾਡੇ ਦਾ ਘਾਣ ਹੋਊਗਾ ਔਰ ਸਿੱਖ ਕਿਸਾਨਾਂ ਦਾ ਕਤਲੇ ਆਮ ਤੇ ਉਹਨਾਂ ਨੂੰ ਇਹੋ ਜਿਹਾ ਉਹਨਾਂ ਦੀ ਹਾਲਾਤ ਬਣਾਈ ਜਾਊਗੀ ਕਿ ਉਹ ਆਪਣੇ ਆਪ ਹੀ ਵਿਚਾਰੇ ਕਰਜ਼ੇ ਦੇ ਮਾਰੇ ਹੋਏ ਸੂਸਾਈਡਾਂ ਕਰੀ ਜਾਣ ਸੋ ਇਹ ਐਸੇ ਹਾਲਾਤ ਹਨ ਇੱਥੇ ਆ ਬਾਹਰਲੇ ਦੇਸ਼ਾਂ ਵਿਚ ਦੇਖ ਲਓ
ਆਪਣੇ ਇਹ ਕਿਸਾਨਾਂ ਦਾ ਫਾਰਮਰਾਂ ਦਾ ਕਿੰਨਾ ਇਹ ਕਰਦੇ ਹਨ, ਸਸਤਾ ਇਹਨਾਂ ਨੂੰ ਡੀਜ਼ਲ ਦੇਣਾ ਔਰ ਇਹਨਾਂ ਨੂੰ ਐਡਵਾਈਜ਼ ਕਰਨਾ, ਭਾਈ ਇੰਨੀ ਚੀਜ਼ ਆਪਾਂ ਨੂੰ ਚਾਹੀਦੀ ਨਹੀਂ, ਆਹ ਬੀਜੋ, ਇੰਨੀ ਆਹ ਬੀਜੋ, ਤੇ ਉੱਥੇ ਬਸ ਹਵਾ ਵਗਾ ਦਿੰਦੇ ਹਨ। ਇੱਕ ਵੇਰਾਂ ਆਲੂਆਂ ਵੱਲ ਕਰਤੇ ਤੇ ਆਲੂਆਂ ਵਾਲੀ ਕਰ ਦਿੱਤੇ, ਇੱਕ ਸਾਲ ਮਹਿੰਗੇ ਲੈ ਲੈਣੇ, ਦੂਸਰੇ ਸਾਲ ਐਨ ਕਰਜ਼ੇ ਥੱਲੇ ਮਾਰ ਦੇਣਾ, ਪੁੱਛਣਾ ਹੀ ਨਹੀਂ। ਸੋ ਐਸੇ ਹਾਲਾਤ ਹਨ ਇਹ ਸਮੇਂ ਦੇ ਨਾਲ, ਪਰ ਸਾਡੀ ਗੱਲ ਹੈ ਧਰਮ ਦੀ, ਯੁੱਧ ਸਾਡਾ ਚੱਲਦਾ ਧਰਮ ਦਾ, ਤੇ ਧਰਮ ਯੁੱਧ ਨੂੰ ਜਦੋਂ ਖਤਮ ਕਰਨ ਵਾਸਤੇ ਫੌਜਾਂ ਆਈਆਂ, ਉਹ ਯੁੱਧ ਜਿਹੜਾ ਸੀ ਉਹ ਰੂਪ ਧਾਰ ਗਿਆ ਹੁਣ ਖਾਲਿਸਤਾਨ ਦਾ। ਤੇ ਆਪਣੇ ਘਰ ਤੋਂ ਬਿਨਾਂ ਸਿੱਖਾਂ ਦਾ ਗੁਜ਼ਾਰਾ ਨਹੀਂ ਗਾ, ਚਾਹੇ ਸਾਡੀ ਸਰਕਾਰ ਜਿੰਨੀ ਵਾਰੀ ਵੀ ਮਰਜ਼ੀ ਬਣ ਜਾਏ, ਜਿਨ੍ਹਾਂ ਦੀ ਮਰਜ਼ੀ ਬਣ ਜਾਏ, ਜਿੰਨਾ ਚਿਰ ਉਹ ਸਰਕਾਰ ਦਿੱਲੀ ਦੀ ਮੁੱਠ ਵਿਚ ਚੱਲੂਗੀ, ਸੈਂਟਰ ਦੀ ਸਰਕਾਰ ਨਾਲ ਚੱਲੂਗੀ, ਕੋਈ ਵੀ ਸਕੂਲ ਚੱਲਦਾ, ਕੋਈ ਵੀ ਕਲੱਬ ਚੱਲਦਾ, ਜਿਹਦਾ ਸਬੰਧ ਦਿੱਲੀ ਦੇ ਸੈਂਟਰ ਨਾਲ ਆ ਨਾ ਕਨੈਕਸ਼ਨ, ਉਹ ਕੌਮ ਵਾਸਤੇ ਕੁਝ ਨਹੀਂ ਕਰ ਸਕਦਾ। ਜਿੱਦਣ ਸਾਡੀਆਂ ਜਥੇਬੰਦੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਚਾਰ ਨਾਲ ਜੁੜ ਕੇ ਤੇ ਉਹਦੇ ਸਿਧਾਂਤ ਨਾਲ ਚੱਲਣਗੀਆਂ, ਚਾਹੇ ਉਹ ਸਰਕਾਰ ਹੋਵੇ, ਚਾਹੇ ਉਹ ਗੱਤਕੇ ਵਾਲੀਆਂ ਪਾਰਟੀਆਂ ਹੋਣ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਕੋਈ ਵੀ ਦਲ ਹੋਵੇ, ਤੇ ਪੰਜਾਬ ਦੇ ਅੰਦਰ ਉਹ ਜਦੋਂ ਹੋਊਗਾ ਫੇਰ ਸਾਡੀ ਕੌਮ ਦਾ ਕੁਝ ਨਾ ਕੁਝ ਬਣ ਸਕੇਗਾ। ਸੋ ਇਸ ਵਾਸਤੇ ਇਹ ਐਸੇ ਵਿਚਾਰ ਹਨ। ਸੋ ਆਓ ਉਹ ਜੋ ਆਪ ਜੀ ਦੇ ਨਾਲ ਤੇ ਜੋ ਵੀ ਸਿਫਾਰਿਸ਼ਾਂ ਉਹਨਾਂ ਦੇ ਹਿਸਾਬ ਨਾਲ ਆ ਗਈ ਆਪਣੇ ਪਿੰਡ ਦੀ ਯਾਦ ਮੈਨੂੰ, ਉਹ ਤੋਂ ਬਾਅਦ ਫੇਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਬਾ, ਥੋੜੇ ਮੈਂ ਇਹ ਲਿਖਿਆ ਤੁਸੀਂ ਆ ਗਈ ਆਪਣੇ ਪਿੰਡ ਦੀ ਯਾਦ ਮੈਨੂੰ, ਜਾਂ ਕਿਸੇ ਹੋਰ ਸੱਜਣ ਦਾ ਲਿਖਿਆ ਮੈਨੂੰ ਜੀ, ਵਿੱਚ ਕੁਛ ਥੋੜਾ ਜਿਹਾ ਐਡ ਕੀਤਾ ਜਾਂ ਕੁਛ ਸਹਾਰਾ ਲਿਆ, ਕਿਉਂਕਿ ਸਦਾ ਹੀ ਪਹਿਲਾਂ ਤੋਂ ਲੈ ਕੇ ਨਾ ਜੀ, ਮਤਲਬ ਕਵੀਆਂ ਦੀ ਇਹੋ ਹੁੰਦੀ ਆ, ਇੱਕ ਦੂਜੇ ਦੇ ਆਪਾਂ ਆਸਰੇ ਨਾਲ ਹੀ ਚੱਲਦੇ ਆ ਸਾਰੇ, ਕਿਉਂਕਿ ਥੋੜਾ ਜਿਹਾ ਮਤਲਬ ਨਵੀਂ ਚੀਜ਼ ਤੇ ਕੋਈ ਦੁਨੀਆਂ ਤੇ ਆਈ, ਕੁਦਰਤ ਦੀਆਂ ਚੀਜ਼ਾਂ ਨੂੰ ਲੈ ਕੇ ਕੋਈ ਕਿਸੇ ਤਰ੍ਹਾਂ ਮਿੱਠਾ ਪਾ ਕੇ, ਉਹਦਾ ਰੰਗ ਬਦਲ ਕੇ, ਕੋਈ ਗੁਲਾਬ ਜਾਮਣਾ ਦੇ ਵਿੱਚ ਥੋੜਾ ਜਿਹਾ ਹੋਰ ਕੋਈ ਮਾੜਾ ਜਿਹਾ ਕਾਟਾ ਮਾਰ ਕੇ ਕੋਈ ਆਈਸਕ੍ਰੀਮ ਲਾਈ ਜਾਂਦੇ ਆ ਕੋਈ, ਤੇ ਇਹ ਚੀਜ਼ਾਂ ਜਿਹੜੀਆਂ ਠੋਸ ਚੀਜ਼ਾਂ ਇਹੋ ਹੀ ਰਹਿਣੀਆਂ ਜੀ। ਬਿਲਕੁਲ ਇਹਦੇ ਵਿੱਚ ਸਭ ਦੀ ਹੀ ਆਪਾਂ ਕਹਿੰਦੇ ਕਿ ਇਨਪੁਟ ਆ, ਜਦੋਂ ਸਾਰਾ ਇਹ ਬਿੰਬ ਬਣਦਾ ਗਾ ਆ ਗਈ ਆਪਣੇ ਪਿੰਡ ਦੀ ਯਾਦ ਮੈਨੂੰ। ਸੋ ਮੈਨੂੰ ਲੱਗਦਾ ਜਦੋਂ ਕਿ ਇਹਨੂੰ ਅੱਖਾਂ ਮੀਚ ਕੇ ਸੁਣਦਾ, ਸੋ ਸ਼ਾਇਦ ਹੀ ਉਹ ਆਪਣੇ ਆਪ ਨੂੰ ਕਿਸੇ ਵਿਦੇਸ਼ ਦੀ ਧਰਤੀ ਤੇ ਬੈਠਾ ਸੋਚ ਰਿਹਾ ਹੋਵੇ, ਜਿਹੜਾ ਉਹਦਾ ਮਨ ਕਰਕੇ ਆ ਉਹ ਵਾਕਈ ਆਪਣੇ ਪਿੰਡ ਦੀਆਂ ਉਡਾਰੀਆਂ ਮਾਰਨ ਲੱਗ ਜਾਂਦਾ। ਸੋ ਪੇਸ਼ ਕਰੋ ਜੀ, ਮੈਂ ਥੋੜੀ ਜਿਹੀ ਮਾਫੀ ਮੰਗਦਾ ਕਿਉਂਕਿ ਇਹਨੂੰ ਮੈਂ ਥੋੜਾ ਐਕਸਪੈਂਡ ਕੀਤਾ ਆ, ਪਰ ਹੁਣ ਮੇਰੀ ਤਿਆਰੀ ਨਹੀਂ ਕੀਤੀ ਕਿਉਂਕਿ ਸਿਫਾਰਿਸ਼ਾਂ ਬਹੁਤ ਆਉਂਦੀਆਂ ਜੀ। ਬਿਲਕੁਲ ਜੀ, ਅੱਗੇ ਸਾਰੇ ਲਾਈਕ ਕਰਦੇ ਆ ਜਿਹੜੀ ਆਪਾਂ ਦਿਲੋਂ ਚਾਹੁੰਦੇ ਆ ਜੀ। ਆ ਗਈ ਆਪਣੇ ਪਿੰਡ ਦੀ ਯਾਦ ਮੈਨੂੰ, ਹੋ ਕਾ ਮਿੱਤਰੋ ਐਵੇਂ ਲਿਆ ਨਹੀਂ ਜੇ, ਇਹ ਵੀ ਪਤਾ ਨਹੀਂ ਹੋ ਗਿਆ ਕੀ ਮੈਨੂੰ, ਮੇਰਾ ਦਿਲ ਮੇਰੇ ਕਾਬੂ ਰਿਹਾ ਨਹੀਂ ਜੇ, ਪਿੰਡ ਪੁੱਛਦਾ ਸਦਾ ਪਰਦੇਸ ਫਿਰਨਾ, ਭਲਾ ਇਹ ਕੀ ਹੋਇਆ ਸੁਭਾ ਤੇਰਾ, ਤੇਰੀ ਫੇਰ ਨਾ ਜਾਣ ਦਊਂਗਾ, ਜੇ ਤੂੰ ਇੱਕ ਵਾਰੀ ਜਾਏ ਪਾ ਫੇਰਾ, ਤੇਰੀ ਸੋ ਮੈਂ ਫੇਰ ਨਾ ਜਾਣ ਦਊਂਗਾ, ਜੇ ਤੂੰ ਇੱਕ ਵਾਰੀ ਜਾਏ ਪਾ ਫੇਰਾ। ਇਹ ਪ੍ਰੇਮ ਦੀਆਂ ਬਾਤਾਂ ਹਨ ਜੀ, ਇਹੀ ਗੱਲ ਜਿਹੜੀ ਹੈ ਪਿਆਰ ਦੀ, ਇਹ ਹੈ ਭੈਣਾਂ ਭਰਾਵਾਂ ਮਾਪਿਆਂ ਰਿਸ਼ਤੇਦਾਰਾਂ ਦਾ ਪਿਆਰ ਜੀ। ਜਦੋਂ ਪ੍ਰੇਮ ਦੇ ਨਾਲ ਉੱਥੇ ਆਪਾਂ ਜਨਮ ਮਿਲਿਆ, ਪਲੇ ਪਰਿਵਾਰ ਵਿਚ, ਤੇ ਜਦੋਂ ਆਪਾਂ ਕਾਰਨਾ ਕਰਕੇ ਜਾਂ ਦਾਣਾ ਪਾਣੀ ਚੁਗਣ ਵਾਸਤੇ ਬਾਹਰ ਆਪਾਂ ਆ ਗਏ, ਕਈ ਵਾਰੀ ਕਈ ਆਪਾਂ ਨੂੰ ਵਿਦੇਸ਼ੀ ਕਹਿੰਦੇ ਹਨ, ਨਹੀਂ ਭਾਈ ਆਪਾਂ ਵਿਦੇਸ਼ੀ ਨਹੀਂ ਗੇ ਜੀ। ਵਿਦੇਸ਼ੀ ਕਿਉਂ ਨਹੀਂ, ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਅਕਾਲ ਪੁਰਖ ਦੀ ਇਹ ਸਾਜੀ ਸ੍ਰਿਸ਼ਟੀ ਹੈ ਤੇ ਸਾਜੀ ਉਹਦੀ ਧਰਤੀ ਹੈ ਜੀ। ਪਾਣੀ ਧਰਤੀ ਹਵਾ ਸਾਰਾ ਕੁਛ ਪਰਮੇਸ਼ਰ ਦਾ ਜੀ, ਤੇ ਆਪਾਂ ਨੂੰ ਵਾਹਿਗੁਰੂ ਨੇ ਪਰਮੇਸ਼ਰ ਦਾ ਰੂਪ ਬਣਾਇਆ ਵੀ ਜਿਹੋ ਜਿਹਾ ਮਨੁੱਖ ਪੈਦਾ ਹੋਇਆ ਉਹੋ ਜਿਹਾ ਹੀ ਰਵੇ, ਤੇ ਸਿੱਖ ਹੀ ਆ ਸਾਰੇ ਪਰਮੇਸ਼ਰ ਤੇ ਸਿੱਖ ਹੀ ਪੈਦਾ ਕਰਦਾ ਹੈ।
ਸੋ ਜਦੋਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕੋਈ ਤਬਦੀਲੀ ਨਹੀਂ ਕੀਤੀ, ਵਾਧੂ ਕੋਈ ਚੀਜ਼ ਨਹੀਂ ਲਾਈ ਕਿਸੇ ਦੇ ਨਾਲ, ਉਹਨਾਂ ਨੇ ਇਹੋ ਜਿਹਦਾ ਰਿਮਾਇੰਡਰ ਭੇਜਿਆ ਜਾਂਦਾ ਨਾ ਵੀ ਜਦੋਂ ਆਪਾਂ ਕਦੇ ਬਿੱਲ ਨਾ ਦਈਏ ਜੀ, ਤੇ ਉਸ ਵੇਲੇ ਆਪਾਂ ਨੂੰ ਕੰਪਨੀ ਪਿੱਛੋਂ ਰਿਮਾਇੰਡਰ ਦਿੰਦੀ ਆ ਵੀ ਭਾਈ ਤੇਰਾ ਇੰਨਾ ਬਿੱਲ ਬਣਦਾ ਦੇ ਦੇ ਜੀ, ਤੇ ਉਹ ਆਪਾਂ ਇਗਨੋਰ ਕਰੀਏ ਜਾਂ ਸਮਾਂ ਨਾ ਲੱਗੇ, ਦੂਜੀ ਚਿੱਠੀ ਆਉਂਦੀ ਆ ਜੀ, ਫਿਰ ਤੀਜੀ ਚਿੱਠੀ ਆਉਂਦੀ ਆ, ਫਿਰ ਕੋਰਟ ਦੇ ਆਰਡਰ ਵੀ ਆ ਜਾਂਦੇ ਆ ਜੀ। ਉਹ ਜਦੋਂ ਲੋਕ ਇੱਥੇ ਪਰਮੇਸ਼ਰ ਦੇ ਬਣਾਏ ਹੋਏ ਸਾਜੇ ਹੋਏ ਵਿਗੜ ਗਏ ਨਾ, ਉਸ ਵੇਲੇ ਫਿਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਜੀ। ਉਹ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਰੂਪ ਵਿਚ ਆਣ ਕੇ ਜਿਹੜਾ ਸਰੂਪ ਉਹਨੇ ਸਾਜਿਆ ਸੀ ਬ੍ਰਹਿਮੰਡ ਦੇ ਵਿਚ ਮਨੁੱਖ ਦਾ, ਜਦੋਂ ਉਹ ਵਿਗਾੜ ਦਿੱਤਾ ਗਿਆ, ਉਹਨੂੰ ਫਿਰ ਚੇਤਾ ਕਰਾਉਣ ਵਾਸਤੇ ਆਇਆ ਵੀ ਭਾਈ ਤੈਨੂੰ ਏਦਾਂ ਦਾ ਬਣਾਇਆ, ਜਿੱਦਾਂ ਦਾ ਬਣਾਇਆ ਓਦਾਂ ਦਾ ਰਹਿ, ਤੇ ਇਹਨਾਂ ਕਾਰਨਾਂ ਕਰਕੇ ਤੈਨੂੰ ਸਾਜਿਆ ਹੈ ਉਸ ਪਰਮੇਸ਼ਰ ਨੇ ਜੀ। ਤੇ ਪਹੀ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਜਪ ਕੇ ਜੀਵਨ ਨੂੰ ਆਪਣੇ ਨੂੰ ਸਫਲ ਕਰਨ ਵਾਸਤੇ ਇਹ ਸਮਾਂ ਪ੍ਰਾਪਤ ਹੋਇਆ ਹੈ, ਤੇ ਉਹਦਾ ਕਾਰਨ ਹੈ ਕਿ ਆਪਾਂ ਨੂੰ ਕੋਈ ਜ਼ਬਰਦਸਤ ਨਹੀਂ ਕਹਿੰਦਾ ਵੀ ਗੁਰੂ ਘਰ ਬਣਾਓ, ਆ ਗੁਰੂ ਘਰ ਜਿੰਨੇ ਵੀ ਬਣ ਰਹੇ ਆ ਇਹ ਸਾਰਿਆਂ ਦੇ ਭਲੇ ਵਾਸਤੇ ਆ, ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਸਿੱਖ, ਤੇ ਇਸ ਵਾਸਤੇ ਸਮਾਂ ਆਉਣਾ ਹੈ। ਸਾਰਾ ਸੰਸਾਰ ਜਿਹੜਾ ਹੈ, ਦੁਨੀਆਂ ਜਿਹੜੀ ਹੈ, ਭੁੱਲੇ ਭਟਕੇ ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ ਉਹ ਸ਼ਰਨ ਦੇ ਵਿਚ ਆਉਣਗੇ ਪਰਮੇਸ਼ਰ ਦੀ ਦੇ ਵਿਚ। ਇਹ ਸਮੇਂ ਦੀ ਲੋੜ ਹੈ, ਇਹ ਸਮਾਂ ਹੈ ਜਦੋਂ ਕਿਤੇ ਖਾਲਸੇ ਦਾ ਰਾਜ ਆ ਗਿਆ, ਤੇ ਉਸ ਵੇਲੇ ਖਾਲਸੇ ਦਿਨਾਂ ਦੇ ਵਿਚ ਹੀ ਸਾਜ ਜਾਣੇ ਹਨ। ਸੋ ਇਸ ਵੇਲੇ ਅਜੇ ਇਸ ਚੀਜ਼ ਨੂੰ ਡੱਕਾ ਵਿਰੋਧੀਆਂ ਨੇ ਲਾਇਆ ਹੈ, ਕਿਉਂਕਿ ਟੀਮ ਜਿਹੜੀ ਆ ਤਗੜੀ ਟੀਮ ਦੇ ਨਾਲ ਹੀ ਕੋਈ ਖੇਡੇ ਤੇ ਤਾਂ ਹੀ ਫਿਰ ਉਹਦਾ ਮੁੱਲ ਪੈਂਦਾ ਹੁੰਦਾ ਹੈ। ਸੋ ਸੰਸਾਰ ਵਿਚ ਵੱਡੀਆਂ ਵੱਡੀਆਂ ਸਰਕਾਰਾਂ ਜਿਹੜੀਆਂ ਹਨ ਉਹਨਾਂ ਨੇ ਸਾਨੂੰ ਖਤਮ ਕਰਨ ਦਾ ਜ਼ੋਰ ਲਾ ਰਿਹਾ, ਤੇ ਕਿਉਂਕਿ ਮੁਗਲਾਂ ਨੇ ਲਾ ਲਿਆ, ਅੰਗਰੇਜ਼ਾਂ ਨੇ ਵੀ ਰਾਜ ਉੱਥੇ ਕੀਤਾ, ਇਹਨਾਂ ਨੇ ਵੀ ਸਿੱਖਾਂ ਨੂੰ ਭਾਰਤੀਆਂ ਦੇ ਨਾਲ ਮਿਲ ਕੇ ਉਹਨਾਂ ਨੇ ਲਾਇਆ, ਕਿਉਂਕਿ ਇਹਨਾਂ ਨੇ ਰਾਜ ਉਹਨਾਂ ਨੂੰ ਦਿੱਤਾ ਜਿਹੜੇ ਇਹਨਾਂ ਦੇ ਬੰਦੇ ਸੀ, ਉਹਨਾਂ ਨੇ ਉਸ ਲਈ ਪਾਰਟੀਆਂ ਕਾਇਮ ਕਰ ਲਈਆਂ, ਤੇ ਸਿੱਖ ਕੌਮ ਧੋਖੇ ਨਾਲ ਗੁਲਾਮ ਹੋਈ ਆ। ਅੰਗਰੇਜ਼ ਅੱਜ ਵੀ ਮੰਨਦਾ ਕਿ ਸਿੱਖਾਂ ਨੂੰ ਅਸੀਂ ਜਿਹੜਾ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ, ਕਹਿੰਦੇ ਜਿੱਤ ਕੇ ਨਹੀਂ ਲਿਆ ਸੀ, ਅਸੀਂ ਧੋਖੇ ਦੇ ਨਾਲ ਲਿਆ, ਹੀਰਾ ਫੇਰੀ ਕਰਕੇ ਲਿਆ, ਸਸਪੈਂਡ ਹੋਇਆ ਸੀ। ਹਾਂ, ਡੋਗਰਿਆਂ ਨੇ ਧੋਖੇ ਦੇ ਨਾਲ ਮਤਲਬ ਮਹਾਰਾਜਾ ਰਣਜੀਤ ਸਿੰਘ ਨੂੰ ਇਹਨਾਂ ਨੇ ਫੜਿਆ, ਕਿਉਂਕਿ ਪਾਲਿਸੀ ਹੈ, ਅੱਜ ਵੀ ਪਾਲਿਸੀ ਹੈ। ਸੋ ਇਸ ਵਾਸਤੇ ਉਹਨਾਂ ਪਾਲਿਸੀਆਂ ਤੋਂ ਜਾਗਰੂਕ ਕਰਨਾ ਟੈਲੀਵਿਜ਼ਨ ਵਾਲਿਆਂ ਦਾ, ਰੇਡੀਓ ਵਾਲਿਆਂ ਦਾ ਤੇ ਰਾਈਟਰਾਂ ਦਾ, ਕਿਉਂਕਿ ਅੱਜ ਹਰ ਬਹੁ ਗਿਣਤੀ ਜਿਹੜੀ ਰਾਈਟਰਾਂ ਦੀ ਸਿੱਖੀ ਦੇ ਖਿਲਾਫ਼ ਆ, ਕੌਮ ਦੇ ਖਿਲਾਫ਼ ਆ, ਉਹ ਚਾਹੇ ਜਿਸੇ ਤਰ੍ਹਾਂ ਵੀ ਮਰਜ਼ੀ ਉਹਨਾਂ ਨੂੰ ਸਮਝ ਲਓ, ਕਿਉਂਕਿ ਅੱਜ ਸਾਡੀ ਨਾ ਤੇ ਕਿਸੇ ਕੋਰਟ ਵਿਚ ਸੁਣਵਾਈ ਹੈ ਨਾ ਕਿਸੇ ਪਾਸੇ ਸੁਣਵਾਈ ਹੈ, ਜਿਹੜੇ ਸਾਡੇ ਹੀ ਆ, ਸਾਡੇ ਹੀ ਆਪਣੇ ਆਪਣੇ ਵਿਰੋਧੀ ਬਣੇ ਹੋਏ ਆ, ਇਸ ਵਾਸਤੇ ਔਖਾ ਸਮਾਂ ਹੈ। ਸੋ ਆਓ ਜੋ ਉਹ ਬੈਟਲ ਆਫ ਚਮਕੌਰ ਦੀ ਜੋ ਨੌਜਵਾਨਾਂ ਵੱਲੋਂ ਇਹ ਮੰਗ ਹੈ ਉਹ ਆਪ ਜੀ ਦੇ ਨਾਲ ਸਾਂਝੀ ਕਰਾਂਗੇ, ਕਿਉਂਕਿ ਉੱਥੇ ਜਿਹੜੇ ਉੱਥੇ ਦੇ ਜੰਮਪਲ ਨੌਜਵਾਨ ਹਨ ਉਹ ਚੀਜ਼ਾਂ ਉਹ ਹੀ ਹਨ, ਖੰਡ ਆਟਾ ਤੇ ਪਾਣੀ ਜੀ, ਇਹਦੇ ਨਾਲ ਹੀ ਦੇਗ ਬਣਦੀ ਆ ਜੀ, ਇਹਦੇ ਨਾਲ ਹੀ ਕੇਕ ਬਣਦਾ ਜੀ, ਹੈਂਜੀ, ਕੋਈ ਉਹਨੂੰ ਕੇਕ ਬਣਾ ਲੈਂਦਾ ਜੀ, ਕੋਈ ਉਹਨੂੰ ਪ੍ਰਸ਼ਾਦ ਕੜਾਹ ਬਣਾ ਕੇ ਛਕ ਲੈਂਦਾ, ਹੈਂਜੀ, ਇਸ ਤਰ੍ਹਾਂ ਵੀ ਆ ਕਵੀਸ਼ਰੀ ਜਿਹੜੀ ਇਹ ਦੇਸੀ ਚੀਜ਼ ਸਮਝ ਲੋ, ਤੇ ਉਹ ਜਿਹੜਾ ਮਿਊਜਿਕ ਆ ਵੀ ਉਹ ਨਵੇਂ ਹਿਸਾਬ ਦੇ ਨਾਲ, ਹੁਣ ਕਿਉਂਕਿ ਮਿਊਜਿਕ ਨਾ ਤਾਂ ਸਾਡੇ ਨਾਲ ਹੈਗਾ ਨਾ ਇਹੀ ਮਿਊਜਿਕ ਨਾਲ ਗਾਉਂਦੇ ਹੀ ਆ, ਉਹ ਉਹਨਾਂ ਦੀ ਮੰਗ ਆ ਵੀ ਚੀਜ਼ ਆਹ ਹੀ ਆ ਵੀ ਜਰਾ ਇਦਾਂ ਦੀ ਕਰਦੇ ਓਦਾਂ ਦੀ ਕਰਦੇ ਵੀ ਆ, ਪਰ ਜਿਹੜੇ ਕਵੀਸ਼ਰੀ ਦੇ ਅਸਲ ਸ਼ੌਕੀਨ ਆ, ਅਸੀਂ ਬਹੁਤ ਵਿਦੇਸ਼ੀ ਆ, ਅਸੀਂ ਦੋਨਾਂ ਦੀ ਸ਼ੌਕੀਨ ਆ, ਸਾਨੂੰ ਉਹ ਵੀ ਵਧੀਆ ਲੱਗਦੇ ਸਾਨੂੰ ਪੁਰਾਤਨ, ਪਰ ਜਿਹੜੇ ਪੁਰਾਤਨ ਸਟਾਈਲ ਸੁਣਦੇ ਨੇ ਜਿੱਦਾਂ ਭਾਈ ਰਣਜੀਤ ਸਿੰਘ ਸ਼ੇਰਗਿੱਲ ਉਹਨਾਂ ਨੇ ਵੀ ਫਰਮਾਇਸ਼ ਭੇਜੀ ਸੀਗੀ, ਤੇ ਉਹਨਾਂ ਨੂੰ ਉਹ ਕਈ ਵਾਰੀ ਫਰਮਾਇਸ਼ ਕਰ ਦਿੰਦੇ ਆ ਤੇ ਮਿਊਜਿਕ ਵਾਲਾ ਚਲਾ ਦੇਈਦਾ, ਉਹ ਕਹਿੰਦੇ ਨਹੀਂ ਉਹ ਸੁਣਾਓ ਜਿਹੜਾ ਬਿਨਾਂ ਮਿਊਜਿਕ ਤੋਂ, ਜਿਹੜੇ ਪੁਰਾਤਨ ਦੇ ਜਿਹੜੇ ਸ਼ੌਕੀਨ ਆ ਉਸ ਦੇ ਸ਼ੌਕੀਨ ਹੀ ਆ, ਏਦਾਂ ਘਰਾਂ ਦੇ ਵਿਚ ਆਪਾਂ ਸਾਰਾ ਕੁਝ ਸ਼ੱਕੀਦਾ ਜੀ, ਦਾਲਾਂ ਸਬਜ਼ੀਆਂ ਸਭ ਕੁਝ ਬਣੀਆਂ ਹੁੰਦੀਆਂ, ਕਈ ਵਾਰੀ ਆਪਾਂ ਕਹੀਦਾ ਵੀ ਆਪਣੀ ਮਾਤਾ ਨੂੰ ਭੈਣ ਨੂੰ ਪਰਿਵਾਰ ਨੂੰ ਕਹੀਦਾ ਭਾਈ ਅੱਜ ਚਾਹ ਦੇ ਨਾਲ ਪਰੌਠਾ ਜਿਹੜਾ ਕੱਲੇ ਚਾਰ ਨਾ ਖਾਣਾ ਜੀ, ਬਿਲਕੁਲ, ਇਸ ਵਾਸਤੇ ਉਹ ਆਪਾਂ ਆਪਣਾ ਸਵਾਦ ਆ ਤੇ ਹਰ ਚੀਜ਼ ਦਾ ਵੱਖਰਾ ਵੱਖਰਾ ਟੇਸਟ ਆ, ਸਾਰੀਆਂ ਚੀਜ਼ਾਂ ਤਾਂ ਹੀ ਪਰਮੇਸ਼ਰ ਨੇ ਆਪਾਂ ਨੂੰ ਸਭ ਕੁਝ ਦਿੱਤਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸੰਸਾਰ ਨੂੰ ਸਿੱਧੇ ਰਸਤੇ ਪਾਉਣ ਲਈ ਦੋ ਚੀਜ਼ਾਂ ਜੀ, ਇੱਕ ਸ਼ਬਦ ਤੇ ਇੱਕ ਸਾਜ ਜੀ, ਭਾਈ ਮਰਦਾਨਾ ਜੀ ਨੇ ਸਾਜ ਵਜਾਇਆ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੀ ਲਾਲੋ, ਉਹ ਜੋ ਪਰਮੇਸ਼ਰ ਦਾ ਹੁਕਮ ਆਇਆ ਉਹ ਹੁਕਮ ਜਿਹੜਾ ਸੀ ਉਹ ਪਰਮੇਸ਼ਰ ਦੇ ਸਰਗੁਣ ਤੇ ਨਿਰਗੁਣ ਦੋ ਸਰੂਪ ਹਨ, ਤੇ ਨਿਰਗੁਣ ਸਰਗੁਣ ਨਿਰੰਕਾਰ ਸੁਨ ਸਮਾਧੀ ਆਪ, ਉਹ ਆਪੇ ਹੀ ਆ ਸਾਰਾ ਕੁਛ, ਉਹ ਨਿਰਗੁਣ ਵੀ ਆਪ ਆ ਤੇ ਸਰਗੁਣ ਵੀ ਆਪ ਆ, ਤੇ ਇਸ ਕਰਕੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਇਹ ਲੀਲਾ ਹੀ ਹੈ, ਸਾਰੀਆਂ ਚੀਜ਼ਾਂ ਉਹਨੇ ਬਖਸ਼ੀਆਂ ਨੇ, ਸਾਰੀਆਂ ਸਵਾਦ ਲੱਗਦੀਆਂ ਨੇ। ਸੋ ਆਓ ਉਹ ਕਵੀਸ਼ਰੀ ਭਾਈ ਰਣਜੀਤ ਸਿੰਘ ਸ਼ੇਰਗਿੱਲ ਹੋਣਾ ਦੇ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜੇ ਇਹੋ ਜਿਹੇ ਗੁਰਮੁਖ ਪਿਆਰੇ ਹੌਸਲਾ ਹੀ ਦਿੰਦੇ ਹਨ, ਜੇ ਕੋਈ ਵੀ ਚੀਜ਼ ਕੋਈ ਆਪਾਂ ਬਿਜ਼ਨਸ
ਖੁੱਲ ਗਏ, ਉਹਦੇ ਗਾਹਕ ਨਾ ਹੋਣ ਤੇ ਉਹ ਫੇਲ ਹੋ ਜਾਂਦਾ ਜੀ, ਤੇ ਕੋਈ ਵੀ ਗਾਉਣ ਵਾਲਾ ਹੋਵੇ ਉਹਨੂੰ ਸੁਣਨ ਵਾਲੇ ਨਾ ਹੋਣ ਤੇ ਉਹਨੂੰ ਵਿਚਾਰੇ ਨੇ ਦੋ ਚਾਰ ਦਿਨ ਫਿਰ ਫਿਰ ਕੇ ਉੱਥੇ ਬਹਿ ਜਾਣਾ ਜਿੱਥੋਂ ਉੱਠਿਆ ਉੱਥੇ। ਤੇ ਅਸੀਂ ਇਹ ਸਾਰੀਆਂ ਸੰਗਤਾਂ ਦਾ, ਦੁਨੀਆਂ ਭਰ ਦੇ ਸਿੱਖ ਨੌਜਵਾਨਾਂ ਦਾ, ਬੀਬੀਆਂ ਬੱਚਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਸਾਡੇ ਕੋਲ ਹਿੰਮਤ ਨਾ ਹੋਣ ਦੇ ਬਾਵਜੂਦ ਵੀ ਆਪ ਜੀ ਦੇ ਪਿਆਰ ਦਾ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਇਹ ਦੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੁਕਰ ਸੇਵਾ ਕਰ ਰਹੇ ਹਨ। ਸਤਿਗੁਰੂ ਤੇ ਗੁਰੂ ਕੀਆਂ ਸੰਗਤਾਂ ਇਹ ਸੇਵਾ ਪ੍ਰਵਾਨ ਕਰਦੀਆਂ ਹਨ, ਇਸੇ ਤਰ੍ਹਾਂ ਪ੍ਰਵਾਨ ਕਰਦੀਆਂ ਰਹਿਣ ਤੇ ਤੁਹਾਡੀ ਤੇ ਸਾਡੀ ਇਸੇ ਤਰ੍ਹਾਂ ਬਣੀ ਰਹੇ। ਆਪਾਂ ਗੁਰੂ ਕੀ ਬਾਖੀ ਹੋਈ ਮਾਤ ਅਨੁਸਾਰ ਆਪ ਜੀ ਦੀ ਸੇਵਾ ਕਰਦੇ ਰਹੀਏ। ਲਓ ਜੀ, ਬੈਟਲ ਆਫ ਚਮਕੌਰ ਸਾਹਿਬ। ਸਤਿਗੁਰੂ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਆਪਣੇ ਪਿਤਾ ਤੋਂ ਆਗਿਆ ਲੈ ਕੇ ਮੈਦਾਨੇ ਜੰਗ ਦੇ ਵਿਚ ਜਾ ਕੇ ਜਿਵੇਂ ਦੁਸ਼ਮਣਾਂ ਨੂੰ ਭਾਜੜ ਪਾ ਕੇ ਸ਼ਹੀਦੀ ਪ੍ਰਾਪਤ ਕਰਦਾ ਹੈ, ਜਿਹਦੀ ਸ਼ਹੀਦੀ ਦਾ ਸਦਕਾ ਅੱਜ ਤੱਕ ਗੁਰੂ ਕੇ ਸਿੱਖ ਭਾਈ ਹਾਰੇ ਨਹੀਂ ਜੀ, ਸ਼ਹੀਦ ਹੋਏ ਨੇ ਹਾਰੇ ਨਹੀਂ। ਅੱਜ ਤੱਕ ਕਿਸੇ ਨੂੰ ਜਬਰਦਸਤੀ ਆਪਣੇ ਆਪ ਭਾਵੇਂ ਕੋਈ ਸਿੱਖ ਧਰਮ ਛੱਡ ਗਿਆ, ਕੋਈ 20 ਵਾਰੀ ਛੱਡ ਗਿਆ, ਪਰ ਇਹ ਰਿਕਾਰਡ ਹੈ ਸਿੱਖ ਕੌਮ ਦਾ ਕਿ ਇਸ ਨੂੰ ਜਬਰਦਸਤੀ ਭਾਵੇਂ ਚੀਰ ਵੀ ਦਿੱਤਾ ਗਿਆ, ਅੱਗ ਚ ਸਾੜ ਦਿੱਤਾ ਗਿਆ, ਦੇਗ ਵਿਚ ਉਬਾਲ ਦਿੱਤਾ ਗਿਆ। ਇਹ ਸਮੇਂ ਸਿੱਖਾਂ ਦੀਆਂ ਪ੍ਰਿਸਾਂ ਲਾ ਲਾ ਕੇ ਚਮੜੀਆਂ ਸਾੜੀਆਂ ਗਈਆਂ, ਭਾਈ ਅਨੋਖ ਸਿੰਘ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਭਾਈ ਗੁਰਦੇਵ ਸਿੰਘ ਦੀ ਬਾਂਹ ਵੱਢ ਦਿੱਤੀ ਗਈ, ਇੱਥੋਂ ਤੱਕ ਕਿ ਭਾਈ ਅਵਤਾਰ ਸਿੰਘ ਬਸਰਾਮਪੁਰ ਦਾ ਹੋਇਆ ਸਾਡਾ ਗੁਆਂਢੀ ਸਿੰਘ, ਆਪਣਾ ਬੜਾ ਫਰੈਂਡ ਸੀ, ਉਸ ਨੂੰ ਇਸ ਸਵਰਨੇ ਘੋਟਣੇ ਨੇ ਇੱਕ ਲੱਤ ਉਹਦੀ ਟਾਲੀ ਨਾਲ ਬੰਨ ਕੇ, ਇੱਕ ਲੱਤ ਉਹਦੀ ਜੀਭ ਨਾਲ ਬੰਨ ਕੇ ਖਿੱਚ ਕੇ ਤੇ ਪਾੜ ਕੇ ਸ਼ਹੀਦ ਕੀਤਾ ਉਸ ਸਿੰਘ ਨੂੰ। ਪਰ ਇੱਕ ਤਸ਼ੱਦਦ ਕਰਕੇ ਪੁੱਛਦਾ ਸੀ ਵੀ ਸਿੰਘਾਂ ਦੇ ਨਾਂ ਦੱਸ ਤੇ ਅਸਲਾ ਦੱਸ। ਉਹ ਕਹਿੰਦਾ ਵੀ ਸਿੰਘਾਂ ਕੋਲ ਆ, ਸਿੰਘ ਕਿੱਥੇ ਆ? ਕਹਿੰਦਾ ਪੰਜਾਬ ਵਿਚ ਆ। ਇਹ ਹੀ ਗੱਲ ਕਹਿੰਦਾ ਰਹੇ ਤੇ ਵਾਹਿਗੁਰੂ ਜਾਪ ਕਰਦਾ ਵੀ ਜਬਰਦਸਤੀ ਨੀ ਸਾਨੂੰ ਕੋਈ ਮਨਾ ਸਕਿਆ, ਆਪਣੇ ਆਪ ਮੀਡੀਏ ਦਾ ਜਾਂ ਫਿਲਮਾਂ ਦਾ ਇਹ ਬੈਡ ਅਸਰ ਪਾ ਕੇ ਸਾਡੀ ਸ਼ਕਲ ਭਾਵੇਂ ਵਿਗਾੜਨ ਦੀ ਕੋਸ਼ਿਸ਼ ਕਰਦੇ ਆ, ਪਰ ਇਹ ਖਤਮ ਨਹੀਂ ਹੋਣੀ। ਸੋ ਉਹ ਇਹ ਕਿਹਦੀ ਦੇਣ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੁਪੁੱਤਰਾਂ ਦੀ। ਉਹ ਬਾਬਾ ਅਜੀਤ ਸਿੰਘ ਜੀ ਪਿਤਾ ਜੀ ਤੋਂ ਆਗਿਆ ਪਾ ਕੇ ਮੈਦਾਨੇ ਜੰਗ ਵਿਚ ਜਿਵੇਂ ਦੁਸ਼ਮਣਾਂ ਦੇ ਨਾਲ ਲੋਹਾ ਲੈਂਦਾ ਹੋਇਆ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦਾ, ਸ਼ਹੀਦੀ ਪ੍ਰਾਪਤ ਕਰਦਾ ਹੈ, ਇਸ ਤਰ੍ਹਾਂ ਬੇਨਤੀ ਕੀਤੀ ਜਾ ਰਹੀ ਹੈ। ਸ਼ੇਰ ਕਿਲੇ ਚੋਂ ਨਿਕਲੇ ਆ ਜੋ ਤੀਰ ਕਮਾਨੋ, ਵੱਡੇ ਆਕੀ ਖਾਨ ਹੋਏ ਮਾਰੇਗਾ ਜਾਨੋ, ਜਿਤ ਰਾਜੇ ਵੇ ਹਰਨ ਨੂੰ ਪੈ ਜਾਵੇ ਤਾਗੇ, ਤੇ ਗਾਂ ਮਾਰੇ ਸੂਰਮਾ ਗੁੱਸੇ ਵਿਚ ਆ ਕੇ, ਜਿਸ ਤੇ ਵਾਰ ਚਲਾ ਦਵੇ ਨਾ ਮੰਗੇ ਪਾਣੀ, ਹੋਣੀ ਆਪੇ ਸ਼ੇਰ ਦੀ ਬਣ ਗਈ ਬਹੁਰਾਣੀ, ਰੋਣਾ ਚਾਹੁੰਦਾ ਸੁਰਖ ਰੂਸੋਂ ਸੱਚੀ ਖਾ ਕੇ, ਤੇ ਗਾਂ ਮਾਰੇ ਸੂਰਮਾ ਗੁੱਸੇ ਵਿਚ ਆ ਕੇ, ਢਾਲਾ ਮੂਰੇ ਡਾਲੇ ਕੋਈ ਕੋਈ ਤੇ ਗਾਂ ਮਾਰੇ, ਆਫਤ ਕਿਧਰੋਂ ਆਣ ਪਈਏ ਕਹਿੰਦੇ ਸਾਰੇ, ਅਮਲੀ ਵੱਢਦਾ ਫਸਲ ਨੂੰ ਜੋ ਮਾਵਾ ਖਾ ਕੇ, ਤੇ ਗਾਂ ਮਾਰੇ ਸੂਰਮਾ ਗੁੱਸੇ ਵਿਚ ਆ ਕੇ, ਕਈਆਂ ਦੇ ਜਿੱਤ ਨਾਗਣੀ ਸੀਨਿਆਂ ਤੇ ਲੜ ਗਈ, ਕਿਲੇ ਵਿਚਲਿਆ ਸਿੰਘਾਂ ਨੂੰ ਬਿਨ ਪੀਤੀਓ ਚੜ ਗਈ, ਵਧੇ ਆਉਣ ਗਈ ਸ਼ਹਿਰ ਵੱਲ ਅੱਲਾਹ ਗਾ ਕੇ, ਵਧੇ ਆਉਣ ਗਈ ਸ਼ਹਿਰ ਵੱਲ ਅੱਲਾਹ ਗਾ ਕੇ, ਤੇ ਗਾਂ ਮਾਰੇ ਸੂਰਮਾ ਗੁੱਸੇ ਵਿਚ ਆ ਕੇ, ਸਿੰਘ ਦੀ ਵੱਜੀ ਤੇਗ ਨੂੰ ਹੁਣ ਕਿਹੜਾ ਰੋਕੇ, ਰਣ ਵਿਚ ਵੇਖੇ ਜਰਕ ਦੇ ਕਈ ਗੱਪੀ ਫੋਕੇ, ਉਹ ਦਿੱਲੀ ਸ਼ਹਿਰੋਂ ਤੁਰੇ ਸੀ ਜੋ ਕਸਮਾਂ ਖਾ ਕੇ, ਤੇ ਗਾਂ ਮਾਰੇ ਸੂਰਮਾ ਗੁੱਸੇ ਵਿਚ ਆ ਕੇ, ਉਸਨੇ ਮਾਰੇ ਖਾਨ ਕਈ ਵੱਡੇ ਫੁਰਤੀਲੇ, ਜਹਿਰੀ ਫਨੀਅਰ ਨਾਗ ਉਨ ਪੱਥਿਆਂ ਵਿਚ ਕੀਲੇ, ਭਾਵੇਂ ਦੇ ਹੋਣੀ ਨਾਲ ਸੀ ਕਈ ਹਾਣ ਮੁਕਾ ਕੇ, ਤੇ ਗਾਂ ਮਾਰੇ ਸੂਰਮਾ ਗੁੱਸੇ ਵਿਚ ਆ ਕੇ, ਸਾਮੀ ਲੜਨਾ ਕਿਨਾ ਸੀ ਰੰਗ ਪੈ ਗਿਆ ਪੀਲੇ, ਤੇ ਗਾਂ ਸੁੱਟ ਹੱਥ ਜੋੜ ਦੇ ਕਈ ਖਾਨ ਹਠੀਲੇ, ਰਣ ਵਿਚ ਚੰਡੀ ਨੱਚਦੀ ਗਲ ਤੇ ਗਾਂ ਪਾ ਕੇ,
ਜਾਵਰ ਨੇ ਆ ਗਈਆਂ ਅਰਸ਼ਾਂ ਤੋਂ ਹੀਰਾ ਤੋੜੇ ਉੱਤੋਂ ਡਿੱਗ ਪਿਆ ਸਿੰਘ ਫਤਿਹ ਬੁਲਾ ਕੇ ਤੇ ਗਾਵਾਂ ਰੇ ਸੂਰਮਾ ਗੁੱਸੇ ਵਿੱਚ ਆ ਕੇ ਯੋਧਾ ਡਿੱਗਿਆ ਘੋੜਿਓਂ ਦਲ ਪੈ ਗਿਆ ਭਾਰਾ ਇਹ ਦੁਰਦਸਵੇਂ ਗੁਰਾਂ ਨੇ ਛੱਡਿਆ ਜੈਕਾਰਾ ਇਸ ਤਰ੍ਹਾਂ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਨੇ ਉਹ ਚਮਕੌਰ ਦੀ ਗੜੀ ਦੇ ਵਿੱਚ ਜੀ ਸ਼ਹੀਦੀ ਪ੍ਰਾਪਤ ਕੀਤੀ ਹੈ। ਸੋ ਉਸ ਸ਼ਹੀਦੀ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਭਾਈ ਅਵਤਾਰ ਸਿੰਘ ਜੀ ਬ੍ਰਹਮੇ ਵਰਗੇ, ਬਾਬਾ ਗੁਰਬਚਨ ਸਿੰਘ ਜੀ ਮਾਣੋ ਚਾਲ ਵਰਗੇ ਤੇ ਜਨਰਲ ਸੁਖਦੇਵ ਸਿੰਘ ਸੁੱਖਾ ਸਿਪਾਹੀ, ਜਨਰਲ ਲਾਭ ਸਿੰਘ ਕਮਾਂਡੋ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ, ਉਹ ਤੋਂ ਆਉਣ ਵਾਲੇ ਅਨੇਕਾਂ ਸੂਰਮੇ ਅਤੇ ਫੈਡਰੇਸ਼ਨ ਦੇ ਇਹ ਅਨੇਕਾਂ ਸੂਰਮੇ ਨੌਜਵਾਨ ਕਾਲਜਾਂ ਦੇ ਵਿੱਚੋਂ ਇਹ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਬਾਬਾ ਅਜੀਤ ਸਿੰਘ ਜੀ ਨੂੰ ਫੋਲੋ ਕਰਦਿਆਂ ਹੋਇਆ ਮੈਦਾਨੇ ਜੰਗ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਇਹ ਇਸੇ ਤਰ੍ਹਾਂ ਸ਼ਹੀਦੀਆਂ ਜਿਹੜੀਆਂ ਚੱਲਦੀਆਂ ਹੀ ਰਹਿਣਗੀਆਂ ਜਦੋਂ ਤੱਕ ਸੰਸਾਰ ਹੈ। ਜਦੋਂ ਤੱਕ ਸੰਸਾਰ ਹੈ ਉਦੋਂ ਤੱਕ ਲੋਕਾਂ ਨੇ ਵੀ ਯਤਨ ਕਰਨਾ ਹੈ ਕਿ ਇਸ ਖਾਲਸਾ ਕੌਮ ਜੋ ਚੈਂਪੀਅਨ ਬਣਾਈ ਹੈ, ਦਸਵੇਂ ਪਾਤਸ਼ਾਹ ਮਹਾਰਾਜ ਨੇ ਹਰੇਕ ਚਾਹੁੰਦਾ ਵੀ ਮੈਂ ਚੈਂਪੀਅਨ ਨੂੰ ਢਾ ਕੇ ਤੇ ਮੈਂ ਚੈਂਪੀਅਨ ਬਣਾ, ਪਰ ਇਹ ਅਕਾਲ ਪੁਰਖ ਦਾ ਸਾਜਿਆ ਹੋਇਆ ਖਾਲਸਾ ਚੈਂਪੀਅਨ ਇਹਨੂੰ ਢਾਉਣ ਵਾਲਾ ਕੋਈ ਨਹੀਂ ਜੰਮਿਆ ਜੀ। ਬਿਲਕੁਲ ਜੀ, ਖਾਲਸਾ ਪ੍ਰਗਟਿਓ ਪ੍ਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਖਾਲਸੇ ਦਾ ਜਿਹੜਾ ਸੱਚ ਦਾ ਨਾਦ ਆ ਉਹ ਇਸੇ ਤਰ੍ਹਾਂ ਵੱਜਦਾ ਰਹਿਣਾਗਾ ਤੇ ਉਸ ਦੀਆਂ ਵਾਰਾਂ, ਉਸ ਦੀਆਂ ਕਵੀਸ਼ਰੀਆਂ ਵੀ ਇਹ ਪੰਥ ਦੇ ਵਿਚ ਇਸੇ ਤਰ੍ਹਾਂ ਗਾਈਆਂ ਜਾਈਆਂ ਰਹਿਣੀਆਂ ਨੇ, ਬੜੀ ਚੜ੍ਹਦੀ ਕਲਾ ਦੇ ਵਿਚ, ਬੜੀਆਂ ਸ਼ਾਨੋ ਸ਼ੌਕਤ ਦੇ ਨਾਲ। ਬਹੁਤ ਬਹੁਤ ਅਸੀਂ ਧੰਨਵਾਦੀ ਸਮਝਦੇ ਹਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੱਕ ਬੇਨਤੀ ਕਰਨੀ ਹੈ ਜੀ, ਆਪਾਂ ਜਿੱਦਾਂ ਸੰਗਤਾਂ ਦੀ ਮੰਗ ਤੇ ਨੌਜਵਾਨਾਂ ਦੀ ਤੇ ਆਪਣੀ ਐਲਬਮ ਆ ਰਹੀ ਹੈ ਵਿਸਾਖੀ ਨੂੰ, ਜਰੂਰ ਉਹਦੀ ਰਿਕਾਰਡਿੰਗ ਅੱਧੀ ਖੋਈ ਆ, ਹੁਣ ਕੁਛ ਅਸੀਂ ਇੱਥੋਂ ਹੀ ਸ਼ਾਇਦ ਮਤਲਬ ਦਾ ਖਰੜਾ ਜਿਹਾ ਤਿਆਰ ਕਰਕੇ ਭੇਜੀਏ ਥੋੜਾ ਬਹੁਤਾ ਜੀ, ਤੇ ਉਹ ਆਪਾਂ ਨੂੰ ਮਾਰਚ ਦੇ ਵਿਚ ਆ ਜਾਣੀ, ਉਹ ਆਪਾਂ ਇੱਥੇ ਵੀ ਰਿਲੀਜ਼ ਕਰਾਂਗੇ ਜੀ ਤੁਹਾਡੀ ਸਹਾਇਤਾ ਦੇ ਨਾਲ। ਉੱਥੇ ਨੌਜਵਾਨ ਕਰਨਗੇ ਇੰਗਲੈਂਡ ਵਿਚ ਵੀ ਤੇ ਕੈਨੇਡਾ, ਅਸੀਂ ਉਦੋਂ ਜਾਵਾਂਗੇ ਸ਼ਾਇਦ ਟੋਰਾਂਟੋ ਜੀ, ਇਸ ਕਰਕੇ ਉਹ ਅਸੀਂ ਮਤਲਬ ਸੱਚੋ ਸੱਚ ਕਹਿੰਦੇ ਅਸੀਂ ਉਹਦੇ ਵਿਚ ਕੋਈ ਪ੍ਰੋਫਿਟ ਨਹੀਂ, ਅਸੀਂ ਆਪਣਾ ਟਾਈਮ ਛੱਡ ਕੇ, ਕੰਮ ਛੱਡ ਕੇ ਸਮਾਂ ਸੇਵਾ ਕਰੀ ਦੀ ਆ। ਉਹ ਨੌਜਵਾਨ ਜਿਹੜੇ ਕੰਮ ਕਰਦੇ ਆ ਨਾ, ਫਿਰ ਉਹ ਤੁਹਾਡੇ ਹੀ ਬੱਚੇ ਆ, ਉਹਨਾਂ ਦੀ ਉਹ ਕੋਈ ਨਾਨ ਪ੍ਰੋਫਿਟੇਬਲ ਜਿੱਦਾਂ ਕਹਿ ਲੋ ਬੰਦੀਆਂ। ਬਿਲਕੁਲ, ਇੱਥੇ ਮੈਂ ਥੋੜੀ ਐਡ ਕਰਨਾ ਚਾਹੁੰਦਾ, ਜੋ ਅਸੀਂ ਗੀਤ ਖਰੀਦਦੇ ਆ, ਮੈਂ ਜਿਹੜੀ ਸਟ੍ਰੇਟ ਆਊਟ ਆਫ ਖਾਲਿਸਤਾਨ ਖਰੀਦੀ ਆ, ਉਹ ਸਾਰੇ ਪ੍ਰੋਪਰ ਪਹੁੰਚ ਜਾਂਦੇ, ਕਿਸੇ ਹੋਰ ਕੰਪਨੀ ਤਾਂ ਨਹੀਂ ਜਾਂਦੇ ਜਿਹੜੀ ਮਿਹਨਤ ਕਹਿੰਦੇ ਆ। ਮੁੰਡੇ ਬਿਲਕੁਲ ਸਹੀ ਆ ਜੀ, ਆਪਣੀ ਮਤਲਬ ਆਨਲਾਈਨ ਖਰੀਦ, ਹਾਂਜੀ ਉਹ ਸਾਡੇ ਕੋਲ ਦਾ ਕੋਈ ਕੰਟਰੋਲ ਨਹੀਂ, ਆਪਣੇ ਵਧੀਆ ਬੰਦੇ ਆ, ਜਿੱਦਾਂ ਤੁਹਾਡੇ ਇੱਥੇ ਆਏ ਸੀ ਸਿੰਘ, ਆਪਣੇ ਐਮ ਪੀ ਸਾਹਿਬ ਵੀ ਆਏ ਸੀ ਨਾ ਇੱਕ ਮਨਿੰਦਰ ਸਿੰਘ, ਉਹਨਾਂ ਨੂੰ ਸ਼ੱਕ ਦੀ ਪੁੱਛ ਲਿਓ, ਸਾਰੇ ਮੁੰਡੇ ਚੰਗੇ ਚੰਗੇ ਕਾਰੋਬਾਰ ਆ ਮੁੰਡਿਆਂ ਦੇ, ਆਪਣੇ ਬਹੁਤ ਪੜ੍ਹੇ ਲਿਖੇ, ਆਪਣੀ ਵਧੀਆ ਜੋਬਾਂ ਕਰਦੇ ਆ ਉਹ, ਇਸ ਕਰਕੇ ਉਹਨਾਂ ਦੋ ਚੀਜ਼ਾਂ ਹੋ ਜਾਂਦਾ ਤੇ ਉਹਦੇ ਵਿਚ ਆਪਾਂ ਵਧੀਆ ਵਧੀਆ ਗੀਤ ਮਤਲਬ ਗੁਰੂ ਦੀ ਕਿਰਪਾ ਦੇ ਨਾਲ ਜੀ ਬੜੀ ਵਧੀਆ ਗੱਲ, ਸਾਨੂੰ ਬੜੀ ਉਤਸੁਕਤਾ ਦੇ ਨਾਲ ਉਹਦੀ ਜਿਹੜਾ ਇੰਤਜ਼ਾਰ ਰਹੂਗਾ। ਸੋ ਇੱਥੋਂ ਵੀ ਅਸੀਂ ਰਿਲੀਜ਼ ਕਰਾਂਗੇ ਕੌਮੀ ਆਵਾਜ਼ ਰੇਡੀਓ ਦੇ ਵੱਲੋਂ ਵੀ, ਬਾਕੀ ਜਿਹੜਾ ਮੀਡੀਆ ਇੱਥੋਂ ਸਿੰਘ ਦਾ ਇੱਕ ਦਾ ਫੋਨ ਗਿਆ ਸੀ, ਕਹਿੰਦਾ ਸੀ ਅਸੀਂ ਟੇਪ, ਮੈਂ ਕਿਹਾ ਤੁਹਾਡੀ ਆਪਣੀ ਟੇਪ ਹੈ, ਜਿੱਦਾਂ ਮਰਜ਼ੀ ਵੰਡੋ, ਕਹਿੰਦੇ ਲੋਗੋ ਲਾ ਦੀ, ਪਟੀਸ਼ਨ ਦਾ ਲੋਗੋ ਲਾ ਦੀਏ, ਮੈਂ ਕਿਹਾ ਲਾ ਦਿਓ ਕੋਈ ਗੱਲ ਨੀ ਜੀ, ਮੈਂ ਕਿਹਾ ਇਹ ਕਿਹੜੀ ਗੱਲ, ਸਾਡਾ ਚ ਕੀ ਹੈ, ਸ਼ਹੀਦਾਂ ਦੀਆਂ ਸਾਰੀਆਂ ਗੱਲਾਂ, ਉਹ ਬਹੁਤ ਖੁਸ਼ ਹੋ ਜਾਂਦੇ। ਬਿਲਕੁਲ, ਅਸੀਂ ਬੜੀ ਖੁਸ਼ੀ ਦੇ ਨਾਲ ਚਲਾਉਂਦੇ ਆ ਜੀ, ਹਰ ਇੱਕ ਮੀਡੀਆ ਨਿਊਟਰ ਹੋਣ ਦੀ ਗੱਲ ਕਰਦਾ ਗਾ ਕਿ ਅਸੀਂ ਨਿਊਟਰ ਹੋ ਕੇ ਗੱਲ ਕਰਦੇ ਆ, ਪਰ ਜਦੋਂ ਗੱਲ ਰੱਖਣ ਦੀ ਗੱਲ ਆਉਂਦੀ ਆ ਉਦੋਂ ਪਤਾ ਲੱਗਦਾ ਗਾ। ਸੋ ਆਸਟ੍ਰੇਲੀਆ ਦੇ ਵਿਚ ਸ਼ਾਇਦ ਹੀ ਕੋਈ ਮੀਡੀਆ ਹੋਵੇ ਜੋ ਜਾਗੋਵਾਲੇ ਜਥੇ ਨੂੰ ਚਲਾਉਂਦਾ ਹੋਵੇ, ਹਰੇਕ ਮੀਡੀਆ ਦੇ ਉੱਤੇ, ਕਿਉਂਕਿ ਜਦੋਂ ਸ਼ੁਰੂ ਹੁੰਦਾ ਨਾ ਜੀ ਉਸ ਵੇਲੇ ਤੇ ਹਰੇਕ ਬੰਦੇ ਦੀ ਭਾਵਨਾ ਇਹ ਹੁੰਦੀ ਆ ਵੀ ਮੈਂ ਕੌਮ ਦੀ ਗੱਲ ਨਿਰਪੱਖਤਾ ਨਾਲ ਕਰ ਸਕਾਂ ਜੀ, ਪਰ ਕਈ ਵਾਰੀ ਉਹ ਜਿਹੜੇ ਵਿਰੋਧੀ ਆ ਨਾ ਉਹ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਉੱਤੇ ਆਣ ਕੇ ਹਾਵੀ ਹੋ ਜਾਂਦੇ ਆ, ਸ਼ੁਰੂ ਜਿਹੜਾ ਮਤਲਬ ਰਵੇ ਤੇ ਸਾਰਿਆਂ ਤੇ ਨਹੀਂ ਉਹ ਕਰ ਸਕਦੇ, ਜੇ ਉਹ ਸਾਰਿਆਂ ਤੇ ਕਰ ਸਕਦੇ ਕੌਮ ਦੀ ਗੱਲ ਬੰਦ ਹੋ ਸਕਦੀ ਹੈ, ਸਾਰਿਆਂ ਤੇ ਨਹੀਂ, ਸਾਰੇ ਤਰ੍ਹਾਂ ਨਹੀਂ, 100% ਨਹੀਂ, ਇਸ ਵਾਸਤੇ ਵੀ 100% ਜਿੱਦਾਂ ਤੁਸੀਂ ਕੌਮੀ ਆਵਾਜ਼ ਆ, ਕੌਮ ਦੀ ਆਵਾਜ਼ ਤੁਸੀਂ ਸੇਵਾ ਕਰਦੇ ਹੋ, ਇਹ ਕੋਈ ਕੋਈ ਆ, ਇਹ ਆਪਾਂ ਤੁਹਾਨੂੰ ਸਾਹਮਣੇ ਕਹਿੰਦੇ ਹਰੇਕ ਚੀਜ਼ ਦਾ ਧਿਆਨ ਹੁੰਦਾ ਆ, ਮਤਲਬ ਜਿੰਨੇ ਵੀ ਕਾਰਾਂ ਦੇ ਐਕਸੀਡੈਂਟ ਹੁੰਦੇ ਜਿਨ੍ਹਾਂ ਨੂੰ ਉਹਨਾਂ ਨੇ ਦਿੱਤਾ ਹੁੰਦਾ ਲਾਇਸੈਂਸ, ਉਹੀ ਕਰਦੇ ਉਹਨਾਂ ਨੇ ਜਾਣਾ ਹੁੰਦਾ, ਉਹਨਾਂ ਰੋਕਦੇ ਵੀ ਆਪਣੇ
ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਵੀ ਗਲਤੀ ਕਰ ਸਕਦੇ ਆ, ਸਾਰੇ ਗਲਤੀਆਂ ਕਰ ਸਕਦੇ, ਪਰ ਆਪਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਚੱਲੇ ਜਾਣੇ, ਧਿਆਨ ਆਪਣੇ ਵੀ ਹੋਣੇ, ਮੀਡੀਆ ਦੇ ਵੀ ਹੋਣੇ, ਪ੍ਰਚਾਰਕਾਂ ਦੇ ਵੀ ਹੋਣੇ, ਪ੍ਰਬੰਧਕਾਂ ਦੇ ਵੀ ਹੋਣੇ, ਸੰਗਤਾਂ ਦੇ ਵੀ ਹੋਣੇ, ਲੀਡਰਾਂ ਦੇ ਹੋਣੇ, ਜਥੇਦਾਰਾਂ ਦੇ ਹੋਣੇ, ਆਪਾਂ ਆਪਣਾ ਧਿਆਨ ਪਾਸ ਹੀ ਕਰੀਏ, ਕੋਈ ਖਤਰਾ ਹੀ ਨਹੀਂ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਭਾਈ ਸਤਵਿੰਦਰ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ, ਜਾਗੋ ਵਾਲੇ ਜਥੇ ਨੇ ਅੱਜ ਹਾਜ਼ਰੀ ਭਰੀ, ਫਰਮਾਇਸ਼ਾਂ ਸਰੋਤਿਆਂ ਦੀਆਂ ਸੁਣੀਆਂ। ਪਿਛਲੀ ਵਾਰ ਫਰਮਾਇਸ਼ਾਂ ਪੂਰੀਆਂ ਨਹੀਂ ਸੀ ਹੋਈਆਂ, ਪਿਛਲੀ ਵਾਰ ਸਾਡੀਆਂ ਫਰਮਾਇਸ਼ਾਂ ਹੀ ਰਹਿ ਗਈਆਂ ਸੀ ਇਕੱਲੀਆਂ, ਸੋ ਇਸ ਵਾਰ ਉਹ ਵੀ ਜਿਹੜਾ ਚਾਹ ਪੂਰਾ ਹੋਇਆ, ਤੇ ਅਗਲੀ ਵਾਰ ਫਿਰ ਜੇ ਤੁਸੀਂ ਆਏ ਫਿਰ ਜਿਹੜੀ ਨਵੀਂ ਪ੍ਰੈਲ ਵਾਲੀ ਤੁਹਾਡੀ ਰਿਲੀਜ਼ ਹੋਣੀ ਉਹਨਾਂ ਨੂੰ ਫਿਰ ਲਾਈਵ ਪਿਛਲੀਆਂ ਜਿਹੜੀਆਂ ਐਲਬਮਾਂ ਜਿੱਦਾਂ ਗੋਲ ਦਸਤਾਰੇ ਵਾਲੀ ਸਾਰੀਆਂ ਗੀਤ ਆਪਣੇ ਲਿਖੇ ਆ, ਪਰ ਅਸੀਂ ਉਹ ਬੁੱਕ ਮੇਰੇ ਤੋਂ ਵਿਸਰ ਗਈ ਨੀ, ਤੇ ਮੈਂ ਕੋਲ ਰੱਖਦਾ ਉਹਨੇ, ਫਿਰ ਮੈਂ ਇਕੱਲੇ ਨੇ ਸੁਣਾ ਦੇਣਾ ਸੀ ਤੁਹਾਨੂੰ ਜਿੱਦਾਂ ਵੀ ਹੈਗਾ। ਕੋਈ ਚੱਕਰ ਨੀ, ਫਿਰ ਕਦੇ ਸਵਾਪ ਬਣਿਆ ਵਾਹਿਗੁਰੂ। ਅਸੀਂ ਵੀ ਅੰਤ ਵਿਚ ਕੌਮੀ ਆਵਾਜ਼ ਰੇਡੀਓ ਦੇ ਸਮੂਹ ਸਟਾਫ ਤੇ ਸਮੂਹ ਸਰੋਤੇ ਜਿਹੜੇ ਘਰਾਂ ਵਿਚ ਬੈਠੇ ਪਿਆਰ ਦੇ ਨਾਲ ਸੁਣਦੇ ਹਨ, ਇਹ ਵੀ ਬਹੁਤ ਇਕ ਵੱਡੀ ਸੇਵਾ ਹੈ ਕਿ ਕਿਸੇ ਨੂੰ ਘਰ ਬੈਠੇ ਨੂੰ ਡਿਲੀਵਰੀ ਚੱਲ ਜਾਣੀ, ਭਾਵੇਂ ਠੀਕ ਹੈ ਆਪਾਂ ਆਪੋ ਆਪਣੀ ਪ੍ਰੋਫਿਟ ਵਾਸਤੇ ਆ, ਪੋਸਟ ਆਫਿਸ ਵਾਲੇ ਆ, ਹੋਰ ਟਰਾਂਸਪੋਰਟ ਕੰਪਨੀਆਂ ਆ, ਠੀਕ ਹੈ ਕਿਰਤ ਕਮਾਈ ਕਿਸੇ ਤਰ੍ਹਾਂ ਦੀ ਵੀ ਹੈ, ਪਰ ਉਹ ਜੇ ਕਿਸੇ ਬੈਠੇ ਨੂੰ ਘਰ ਬੈਠੇ ਨੂੰ ਕੋਈ ਚੀਜ਼ ਡਿਲੀਵਰ ਹੁੰਦੀ ਆ ਨਾ, ਤੇ ਉਹਦੀ ਸੇਵਾ ਜਿਹੜੀ ਆ ਉਹ ਪਰਮੇਸ਼ਰ ਜਿਹੜਾ ਤੁਹਾਡੀ ਸੇਵਾ ਨੂੰ ਲਾਉਣ ਦੀ ਜ਼ਰੂਰਤ। ਡਾਕਟਰਾਂ ਕੋਲ ਇੰਨੇ ਪੈਸੇ ਹੁੰਦੇ ਆ, ਉਹ ਆਪਰੇਸ਼ਨ ਕਰਦੇ ਛੱਡ ਵੀ ਦੇਣੇ, ਉਹਨਾਂ ਤੋਂ ਪੈਸੇ ਨੀ ਮੁੱਕਦੇ, ਪਰ ਵੀ ਭਲਾਈ ਕਰਦੇ। ਸੱਤ ਸੱਤ ਘੰਟੇ ਕਈ ਡਾਕਟਰ ਚਾਹ ਨੀ ਪੀਂਦੇ, ਏਦਾਂ ਲੱਗੇ ਰਹਿੰਦੇ ਆ। ਏਦਾਂ ਮੀਡੀਆ ਵਾਲੇ ਵੀ ਆ ਜਿਹੜੇ ਮਤਲਬ ਭਲਾ ਕਰ ਰਹੇ ਆ, ਵਕੀਲ ਭਲਾ ਕਰ ਰਹੇ ਆ, ਭਾਵੇਂ ਉਹ ਮਤਲਬ ਆਪਣੀ ਫੀਸ ਵੀ ਲੈਣ, ਪਰ ਫੀਸ ਲੈ ਕੇ ਵੀ ਭਲਾ ਤਾਂ ਹੋ ਰਿਹਾ ਨਾ ਜਿੱਦਾਂ ਮਰਜ਼ੀ। ਰੇਡੀਓ ਵਾਲੇ ਜੇ ਚਲਾਉਂਦੇ ਆਪਣੀ, ਤੁਸੀਂ ਮਿਹਨਤ ਕਰਦੇ ਆ ਤੇ ਭਲਾ ਜ਼ਰੂਰ ਕਰ ਰਹੇ ਆ, ਸਾਨੂੰ ਚਾਹੀਦਾ ਵੀ ਆਪ ਦੀ ਤੁਹਾਡੀ ਸਹਾਇਤਾ ਕਰਨ। ਮਕੈਨਿਕ ਆ ਉਹ ਮਤਲਬ ਭਲਾ ਹੀ ਕਰ ਰਿਹਾ, ਜੇ ਤੁਸੀਂ ਕਾਰ ਠੀਕ ਹੀ ਨਾ ਕਰੋਗੇ ਤੇ ਗਾਂ ਮਤਲਬ ਪਰਿਵਾਰ ਕਿੱਦਾਂ ਪਹੁੰਚੂ ਨਿਸ਼ਾਨੇ ਤੇ। ਬਿਲਕੁਲ, ਇਸ ਵਾਸਤੇ ਸਾਰਿਆਂ ਦਾ ਇੱਕ ਫੇਰ ਦੁਬਾਰਾ ਤੋਂ ਫੇਰ ਕੌਮੀ ਆਵਾਜ਼ ਰੇਡੀਓ ਸੁਣਨ ਵਾਲਿਆਂ ਦਾ, ਸੁਣਾਉਣ ਵਾਲਿਆਂ ਦਾ, ਅਸੀਂ ਆਪਣੇ ਜਥੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਿਤਾ, ਤੇ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਸੱਚੇ ਦਿਲੋਂ ਸਤਿਗੁਰੂ ਜੀ, ਇਹ ਜੋ ਅੱਜ ਦਾ ਇਲੈਕਟ੍ਰੋਨਿਕ ਮੀਡੀਆ ਹੈ ਇਸ ਦੇ ਉੱਤੇ ਮਿਹਰਾਂ ਦਾ ਹੱਥ ਰੱਖ ਕੇ ਸਭਨਾਂ ਦੇ ਉੱਤੇ ਕਿਰਪਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ, ਕਿ ਇਹ ਕੌਮ ਦੀ, ਧਰਮ ਦੀ, ਸੱਚ ਦੀ, ਖਾਲਿਸਤਾਨ ਦੀ ਆਵਾਜ਼, ਆਪਣਾ ਘਰ ਬਣਨ ਦੀ ਆਵਾਜ਼ ਜਿਹੜੀ ਆ ਉਹ ਬਣਾ ਸਕੇ, ਕਿਉਂਕਿ ਖਾਲਸਾ ਜੀ ਬੱਚੀ ਸਹੁਰੇ ਘਰ ਵਿਚ ਉਹ ਸੁਖੀ ਵੱਸ ਸਕਦੀ ਹੈ ਜਿਹਦੇ ਪੇਕੇ ਤਕੜੇ ਹੋਣ ਜੀ। ਮਾੜਿਆਂ ਦੀਆਂ ਬੱਚੀਆਂ ਨੂੰ ਝਿੜਕੇ ਤੇ ਬਹੁਤ ਜ਼ਿਆਦਾ ਦੁੱਖ ਸਹਿਣੇ ਪੈਂਦੇ ਆ, ਕਿਉਂਕਿ ਉਹਦਾ ਪਿੱਛੋਂ ਕੋਈ ਉਹਦੀ ਸਾਰ ਲੈਣ ਵਾਲਾ ਨਹੀਂ ਹੁੰਦਾ। ਇਸ ਵਾਸਤੇ ਆਪਣੇ ਸਿੱਖ ਕੌਮ ਦੇ ਪੇਕੇ ਆ ਹਰਿਮੰਦਰ ਸਾਹਿਬ, ਨਨਕਾਣਾ ਸਾਹਿਬ, ਪੰਜਾਬ ਜੀ, ਇਸ ਵਾਸਤੇ ਜੇ ਉਹ ਤਕੜੇ ਹੋਣਗੇ ਤੇ ਆਪਾਂ ਨੂੰ ਬਾਹਰ ਕੋਈ ਖਤਰਾ ਨਹੀਂ ਗਾ ਜੀ, ਨਹੀਂ ਤੇ ਬਹੁਤ ਦੇਖ ਲੋ ਤੁਸੀਂ ਇਰਾਕ ਦੀ ਜੰਗ ਲੱਗੀ ਸੀ। ਬਿਲਕੁਲ, ਤੇ ਇਹ ਅੰਗਰੇਜ਼ ਉਹਨਾਂ ਨੇ ਅੰਗਰੇਜ਼ਾਂ ਨੇ ਉੱਥੇ ਹਮਲਾ ਕੀਤਾ ਤੇ ਆਪਣੇ ਹਿੰਦੁਸਤਾਨ ਦਾ ਕੋਈ ਉਹਦੇ ਵਿਚ ਹੱਥ ਨਹੀਂ ਸੀ ਜੀ, ਪੰਜਾਬੀਆਂ ਦਾ ਕਿਸੇ ਦਾ ਹੱਥ ਨਹੀਂ ਸੀ, ਪਰ ਕੰਮ ਕਰਨ ਵਾਲੇ ਆਪਣੇ ਪੰਜਾਬੀ ਆਪਾਂ ਉੱਥੇ ਟਿੱਬਿਆਂ ਚ ਰੋਲਦੇ ਦੇਖੇ, ਉਹਨਾਂ ਨੂੰ ਕੋਈ ਸਾਰ ਨਹੀਂ ਸੀ ਲੈਂਦਾ। ਜਿਹੜੇ ਲੋਕ ਉਹਨਾਂ ਨੂੰ ਮਾਰਨ ਗਏ ਉਹਨਾਂ ਦੇ ਬੰਦੇ ਉਹਨਾਂ ਨੇ ਸਦਮ ਹੁਸੈਨ ਨੇ ਆਪ ਦਿਖਾਲੇ ਸੀ ਟੈਲੀਵਿਜ਼ਨ ਦੇ ਉੱਤੇ, ਦੇਖੋ ਜੀ ਅਸੀਂ ਇਹਨਾਂ ਨੂੰ ਜਿਹੜੇ ਵਿਜ਼ਿਟਰ ਗਏ ਸੀ ਉੱਥੇ ਹੋਲੀਡੇ ਵਾਲੇ ਉਹਨਾਂ ਨੂੰ ਹੋਟਲਾਂ ਚ ਰੱਖਿਆ ਤੇ ਉਹਨਾਂ ਟੈਲੀਵਿਜ਼ਨ ਨੇ ਦਿਖਾਲਿਆ, ਦੇਖੋ ਜੀ ਇਹਨਾਂ ਨੂੰ ਕੋਈ ਤੰਗੀ ਨਹੀਂ ਗੀ, ਅਸੀਂ ਇਹਨਾਂ ਨੂੰ ਸਹੀ ਸਲਾਮਤ ਸੁਰੱਖਿਅਤ ਰੱਖਿਆ ਤੇ ਸੁਰੱਖਿਅਤ ਵਾਪਸ ਕਰਾਂਗੇ। ਕੀਤੇ ਵੀ ਉਹਨਾਂ ਨੇ, ਕਿਉਂ ਕੀਤੇ? ਕਿਉਂਕਿ ਉਹਨਾਂ ਦੇ ਪੇਕੇ ਤਕੜੇ ਸੀ। ਇਸ ਵਾਸਤੇ ਖਾਲਸਾ ਕੌਮ ਦੇ ਪੇਕੇ ਹੈਗੇ ਹਰਿਮੰਦਰ ਸਾਹਿਬ, ਉਹ ਆਜ਼ਾਦ ਹੋਵੇ, ਅਕਾਲ ਤਖ਼ਤ ਸਾਹਿਬ ਆਜ਼ਾਦ ਹੋਵੇ ਤੇ ਉਹਦੇ ਉੱਤੇ ਅਕਾਲ ਤਖ਼ਤ ਸਾਹਿਬ ਦੀ ਅਕਾਲੀ ਫੂਲਾ ਸਿੰਘ ਵਾਂਗ, ਉਹ ਐਵੇਂ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਜਾ ਕੇ ਹੱਥ ਬੰਨ ਲਿਆ ਤੇ ਮਾਫ਼ੀ ਮੰਗੀ ਸੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅੱਗੇ, ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਫੌਜ ਸੀ ਤੇ ਹੁਣ ਅਕਾਲ ਤਖ਼ਤ ਸਾਹਿਬ ਦੇ ਕੋਲ ਉਹਨਾਂ ਨੇ ਕੁਛ ਰਹਿਣ ਨਹੀਂ ਦਿੱਤਾ। ਬਿਲਕੁਲ ਜੀ, ਇਸ ਵਾਸਤੇ ਪਰੰਪਰਾ ਜ਼ਰੂਰ ਚੱਲਦੀਆਂ ਹਨ ਪਰ ਤਾਕਤ ਆਪਣੀ ਖਾਲਸੇ ਦੀ ਹੋਣੀ ਚਾਹੀਦੀ ਹੈ ਤੇ ਉਹ ਖਾਲਸਾ ਆਜ਼ਾਦ ਹੋਵੇ, ਸਾਡੇ ਉਹ ਪੇਕੇ ਤਗੜੇ ਹੋਣਗੇ ਤੇ ਆਪਾਂ ਜਿਹੜੇ ਸਿੱਖ ਆ ਉਹ ਬਾਹਰ ਫੇਰ ਆਪਾਂ ਸੁਖੀ ਵੱਸ ਸਕਾਂਗੇ। ਇਸ ਵਾਸਤੇ ਆਪਾਂ ਨੂੰ ਸੁਖੀ ਵਸਣ ਲਈ ਆਪਾਂ ਨੂੰ ਆਪਣੇ ਪੇਕਿਆਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਤੇ ਉੱਥੇ ਜਿਹੜਾ ਆਪਣਾ ਘਰ ਪੰਜਾਬ ਹੈ ਉਹਨੂੰ ਅੱਜ ਖਾਲਿਸਤਾਨ ਬਣਾ ਕੇ, ਖਾਲਸੇ ਦਾ ਰਾਜ, ਅਸਲੀ ਸੱਚੇ ਸੁੱਚੇ ਖਾਲਸੇ ਦਾ ਰਾਜ ਕਾਇਮ ਕਰਕੇ ਤੇ ਫੇਰ ਹੀ ਸੰਸਾਰ ਦੇ ਉੱਤੇ ਆਪਾਂ ਸ਼ਾਂਤੀ ਦੇ ਨਾਲ ਰਹਿ ਸਕਦੇ ਹਾਂ ਤੇ ਸ਼ਾਂਤੀ ਵਰਤਾ ਸਕਦੇ ਹਾਂ। ਇੰਨੀਆਂ ਬੇਨਤੀਆਂ ਕਰਦੇ ਹੋਏ ਸਮੂਹ ਸਰੋਤਿਆਂ ਦਾ, ਕੌਮੀ ਆਵਾਜ਼ ਰੇਡੀਓ ਦੇ ਸਮੂਹ ਸਟਾਫ ਦਾ ਧੰਨਵਾਦ ਕਰਦੇ ਹੋਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰੋਤਿਓ, ਇੱਥੇ ਹੀ ਮੈਂ ਵੀ ਮਾਫ਼ੀ ਤੁਹਾਡੇ ਤੋਂ ਮੰਗਦਾ ਹਾਂ, ਅੱਜ ਹੀ ਇੱਥੇ ਕਿਵਾਂ ਚਾਹੁੰਦਾ ਹਾਂ ਤੇ ਸਟੂਡੀਓ ਦੀਆਂ ਘੜੀਆਂ ਤੇ 10:56 ਦਾ ਜਿਹੜਾ ਸਮਾਂ ਹੋ ਚੁੱਕਿਆ, ਸਮਾਂ ਪਤਾ ਨਹੀਂ ਲੱਗਦਾ ਫਿਰ ਜਦੋਂ ਵਾਰਾਂ ਗਾਈਆਂ ਜਾਂਦੀਆਂ ਹੁਣ, ਕਵੀਸ਼ਰੀਆਂ ਗਾਈਆਂ ਜਾਂਦੀਆਂ, ਇਤਿਹਾਸ ਸੁਣਾਉਂਦਾ ਜਾ ਹੋਵੇ ਕਿ ਕਿਸ ਵੇਲੇ ਲੰਘ ਗਿਆ ਏ। ਖੁੱਲਾ ਸਮਾਂ ਆਪਣੇ ਕੋਲ ਹੁੰਦਾ, ਖੁੱਲਾ ਕਿਉਂਕਿ ਆਪਾਂ
ਕਾਲ ਦੇ ਵਿਚ ਨਹੀਂ ਚਲਦੇ ਆਪਾਂ, ਅਕਾਲ ਦੇ ਜਿਹੜਾ ਪੁਜਾਰੀ ਆ। ਸੋ ਸਮਾਂ ਅਕਾਲ ਦੇ ਮੁੱਖ ਮੰਨ ਕੇ ਆਪਾਂ ਚੱਲਦੇ ਹੁੰਦੇ ਆ। ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਜਿਹੜਾ ਬੀਤੇ ਕੱਲ ਕੈਬ ਜੰਕਸ਼ਨ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ ਉਹਦਾ ਰਿਪੀਟ ਚੱਲੇਗਾ। ਉਸ ਤੋਂ ਬਾਅਦ 12 ਵਜੇ ਡਾਕਟਰ ਅਮਰਜੀਤ ਸਿੰਘ ਦਾ ਸੱਚੋ ਸੱਚ ਪ੍ਰੋਗਰਾਮ ਜਿਹੜਾ ਅਮਰੀਕਾ ਤੋਂ ਪ੍ਰਸਾਰਿਤ ਹੁੰਦਾ ਉਹ ਚੱਲੇਗਾ। ਉਸ ਤੋਂ ਬਾਅਦ ਗੀਤ ਸੰਗੀਤ, ਪੰਜਾਬੀ ਗੀਤ ਸੰਗੀਤ ਦਾ ਚੱਲਦਾ ਰਹੇਗਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੁੜੇ ਰਹੇ ਕੌਮੀ ਆਵਾਜ਼ ਰੇਡੀਓ ਦੇ ਨਾਲ, ਸਵੇਰ ਦੀ ਸਭਾ ਦੇ ਨਾਲ। ਸਾਧ ਚੱਲਦੇ ਭਲੇ, ਨਗਰੀ ਵਸਤੀ ਭਲੀ, ਸਿੰਘ ਗੱਜ ਦੇ ਭਲੇ। ਮੈਂ ਵਿਸ਼ੇਸ਼ ਤੌਰ ਤੇ ਬਾਈ ਹਰਪ੍ਰੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਮਾਨਸਾ ਹੋਰਾਂ ਦਾ, ਜਿਹੜੇ ਜਾਗੋ ਵਾਲੇ ਜਥੇ ਨੂੰ ਸਟੂਡੀਓ ਦੇ ਵਿਚ ਲੈ ਕੇ ਆਏ। ਸੋ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਜੁੜੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।